ਬੇਬੀ ਜੀ ਆਪਣੇ ਤਰੀਕੇ ਨਾਲ ਦੇਖ ਲਿਓ ਜੋ ਜੋ ਚਾਹੀਦਾ। ਸਾਦਗੀ 'ਚ ਰਹਿ ਕੇ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਉਸ ਕਲਾਕਾਰ ਨੇ ਹਮੇਸ਼ਾ ਪੰਜਾਬੀਆਂ ਦੇ ਪਿਆਰ ਸਦਕਾ ਆਪਣੀ ਪਰਫੋਰਮੈਂਸ ਦਿੱਤੀ ਹੈ। ਤੁਸੀਂ ਸਾਰਿਆਂ ਨੇ ਹਮੇਸ਼ਾ ਬਹੁਤ ਪਿਆਰ ਬਹੁਤ ਮੁਹੱਬਤ ਨਿਵਾਜ਼ੀ ਹੈ ਉਸ ਕਲਾਕਾਰ ਨੂੰ। ਦਰਵੇਸ਼ ਕਲਾਕਾਰ ਸੂਫੀ ਗਾਇਕੀ 'ਚ ਬਹੁਤ ਵੱਡਾ ਨਾਮ ਬਾਈ ਕਨਵਰ ਗਰੇਵਾਲ ਸਾਹਿਬ। ਬਾਈ ਇੱਕ ਵਾਰ ਤਾੜੀਆਂ ਜ਼ੋਰਦਾਰ ਵਜਾਦਾ, ਬਾਈ ਜੀ ਪਹੁੰਚ ਚੁੱਕੇ ਨੇ ਜ਼ੋਰਦਾਰ ਤਾੜੀਆਂ। ਤਾਰੂਗਾ ਦੁਨੀਆ ਪ੍ਰਗਟ ਕੀਤੀ ਰਾਮ ਤੈਨੂੰ ਤਾਰੂਗਾ।
ਤੁਸੀਂ ਮੇਰੇ ਨਾਲ ਗਾ ਸਕਦੇ ਹੋ। ਬਾਬੇ ਦੇ ਬੋਲ ਹੈ, ਇੱਕ ਵਾਰੀ ਆਵਾਜ਼ ਸਾਡੇ ਵਾਲੇ ਪਾਸੇ ਆਊ ਮਾਂ ਮੇਰੀ, ਇੱਕ ਵਾਰੀ ਆਵਾਜ਼ ਫਿਰ ਤੁਹਾਡੀ ਸਭ ਦੀ ਆਵੇ। ਜਪ ਲੈ ਰਾਮ ਨੂੰ, ਧਿਆ ਲੈ ਰਾਮ ਨੂੰ, ਜਪ ਲੈ ਰਾਮ ਨੂੰ, ਧਿਆ ਲੈ ਰਾਮ ਨੂੰ। ਆ ਜਿੰਨੇ ਛੜੇ ਬੈਠੇ ਆ, ਤੁਸੀਂ ਘਰੇ ਕਹਿ ਗਏ ਹੋ ਵੀ ਅਸੀਂ ਨਹੀਂ ਬੋਲਣਾ, ਗਾ ਲਓ, ਵਿਆਹ ਛੇਤੀ ਹੋ ਜਾਣਗੇ। ਜਪ ਲੈ ਰਾਮ ਨੂੰ, ਧਿਆ ਲੈ ਰਾਮ ਨੂੰ, ਯਾ ਬਾਤ ਦੇਖੋ ਵਿਆਹ ਦਾ ਕਿੰਨਾ ਚਾਅ ਕਰਦੇ ਆ, ਉਦੋਂ ਹੀ ਇਹਨਾਂ ਦੀਆਂ ਆਵਾਜ਼ਾਂ ਨਿਕਲਣ ਲੱਗ ਗਈਆਂ। ਜਪ ਲੈ ਰਾਮ ਨੂੰ, ਧਿਆ ਲੈ ਰਾਮ ਨੂੰ, ਭਰ ਲੈ ਨਾਮ ਦੀ ਸ਼ੀਸ਼ੀ, ਰਾਮ ਤੈਨੂੰ ਤਾਰੂਗਾ, ਅੱਜ ਨੇ ਦੁਨੀਆ ਪ੍ਰਗਟ ਕੀਤੀ, ਰਾਮ ਤੈਨੂੰ ਤਾਰੂਗਾ।
ਗੱਲ ਹੋ ਦੇ ਵਸੋਂ ਬਾਰ ਗੱਲ ਹੋ ਜੇ ਵਸੋਂ ਬਾਰ ਤੇ ਨੱਚਣਾ ਪੈਂਦਾ ਏ ਹੋ ਜੇ ਵਸੋਂ ਬਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਚਾਰਾਂ ਚ ਤਾਂ ਸੁੱਖ ਹੀ ਸੁੱਖ ਹੈ
ਪਰ ਜਿਹੜੀਆਂ ਦੋ ਤੋਂ ਪਹਿਲਾਂ ਚਾਰ, ਫਿਰ ਦੋ ਤੋਂ ਛੇ, ਦੋ ਤੋਂ ਅੱਠ, ਯੂ ਅੰਡਰਸਟੈਂਡ ਵਾਟ ਆਈ ਐਮ ਸੇਇੰਗ ਬ੍ਰਦਰ? ਇਸ ਕਰਕੇ ਇਹ ਤਾਂ ਉਹ ਅੱਖਾਂ ਹੈ ਜਿਹੜੀ ਬਾਅਦ ਚ ਇੱਕੋ ਹੀ ਜੋਤ ਰਹਿ ਜਾਂਦੀ ਹੈ। ਫਿਰ ਗੀਤ ਗਾਉਂਦੇ ਆ ਬਾਬੇ, ਵੇ ਮੈਂ ਜਿਹੜੇ ਪਾਸੇ ਵੇਖਾਂ ਮੈਨੂੰ ਤੂੰ ਦੱਸਦਾ। ਇਹ ਉਹ ਜੋਤ ਹੈ ਜਿਹੜੀ ਜੋਤ ਜੋਤ ਚ ਸਮਾਉਂਦੀ ਹੈ। ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਚੱਲੀਏ, ਅੱਖੀਆਂ ਹੋ ਜਾਣ ਚਾਰ, ਜੁੜ ਜੇ ਤਾਰ ਨਾ ਤਾਰ, ਚੜ ਜੇ ਇਸ਼ਕ ਬੁਖਾਰ ਤੇ ਲੱਚਣਾ ਪੈਂਦਾ ਜੇ ਸਾਹਮਣੇ ਹੋਵੇ ਯਾਰ ਤੇ ਲੱਚਣਾ। ਬੋਲ ਫਕੀਰਾ ਅੱਲਾ ਅੱਲਾ, ਬੋਲ ਫਕੀਰਾ ਅੱਲਾ ਅੱਲਾ, ਬੋਲ ਫਕੀਰਾ ਅੱਲਾ ਅੱਲਾ, ਬੋਲ ਫਕੀਰਾ ਅੱਲਾ। ਨਾਰਾਇਣ ਮੇਰਾ ਨਾਰਾਇਣ, ਨਾਰਾਇਣ ਓਮ ਨਾਰਾਇਣ, ਨਾਰਾਇਣ ਮੇਰਾ ਨਾਰਾਇਣ, ਨਾਰਾਇਣ ਮੇਰਾ ਨਾਰਾਇਣ। ਵਾਹਿਗੁਰੂ ਵਾਹਿਗੁਰੂ ਅੱਲਾਹੂ, ਨਾਰਾਇਣ ਓਮ ਵਾਹਿਗੁਰੂ, ਵਾਹਿਗੁਰੂ ਅੱਲਾਹੂ, ਨਾਰਾਇਣ ਓਮ ਵਾਹਿਗੁਰੂ। ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਇੱਕੋ ਹੀ ਹੈ। ਉਹ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਹੈ। ਸਿੱਖ ਹੋਣਾ, ਹਿੰਦੂ ਹੋਣਾ, ਮੁਸਲਮਾਨ ਹੋਣਾ, ਇਹ ਬੜੀ ਸੋਹਣੀ ਗੱਲ ਹੈ, ਬਹੁਤ ਮਹਾਨ ਗੱਲ ਹੈ। ਪਰ ਜੇ ਆਖੀਏ ਵੀ ਨਾਂ ਅਲੱਗ ਅਲੱਗ ਹੋ ਗਏ ਤੇ ਰਸਤੇ ਵੀ ਅਲੱਗ ਅਲੱਗ, ਨਹੀਂ ਬਾਬਾ, ਉੱਪਰ ਜਾ ਕੇ ਖਸਮ ਇੱਕੋ ਹੀ ਹੈ। ਉਹ ਵੱਖਰੀ ਗੱਲ ਹੈ, ਕੋਈ ਐਜੂਕੇਸ਼ਨ ਆਪਣੀ ਗੁਰਦੁਆਰਾ ਸਾਹਿਬ ਤੋਂ ਲੈ ਰਿਹਾ, ਕੋਈ ਮੰਦਰ ਚੋਂ ਲੈ ਰਿਹਾ, ਕੋਈ ਮਸਜਿਦ ਚੋਂ ਲੈ ਰਿਹਾ, ਪਰ ਕਿਉਂ ਅਫਸਰੋ, ਉੱਪਰ ਜਾ ਕੇ ਇੱਕੋ ਹੀ ਹੈ। ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ, ਹਿੰਦੂ ਵੀ ਤੂੰ, ਸਿੱਖ ਵੀ ਤੂੰ, ਮੁਸਲਿਮ ਵੀ ਤੂੰ, ਮੈਂ ਵੀ ਤੂੰ ਤੇ ਤੂੰ ਵੀ ਤੂੰ, ਸਭ ਕੁਝ ਤੂੰ। ਹਿੰਦੂ ਵੀ ਤੂੰ, ਸਿੱਖ ਵੀ ਤੂੰ, ਮੁਸਲਿਮ ਵੀ ਤੂੰ, ਤੂੰ ਵੀ ਤੂੰ, ਸਾਊਂਡ ਵਾਲਾ ਵੀ ਤੂੰ, ਮੂਵੀ ਵਾਲਾ ਵੀ ਤੂੰ, ਟੈਂਟ ਵਾਲਾ ਵੀ ਤੂੰ, ਸੱਜ ਵਾਲਾ ਵੀ ਤੂੰ, ਗਾਉਣ ਵਾਲਾ ਵੀ ਤੂੰ, ਵਜਾਉਣ ਵਾਲਾ ਵੀ ਤੂੰ, ਪੱਗਾਂ ਵਾਲਾ ਵੀ ਤੂੰ, ਮੋਨਾ ਵੀ ਤੂੰ, ਰੋਡਾ ਵੀ ਤੂੰ, ਪੱਗਾਂ ਵਾਲਾ ਵੀ ਤੂੰ, ਸਭ ਕੁਝ ਤੂੰ, ਤੂੰ ਹੀ ਤੂੰ, ਤੂੰ। ਉਹ ਪਿੰਡ ਵਾਲਿਓ, ਹੈ ਨੀ ਕੋਈ ਰੌਲਾ, ਐਵੇਂ ਪਾਣੀ ਚ ਮਧਾਣੀ ਪਾ ਰੱਖੀ ਆ, ਬਹਿ ਬਹਿ ਕੇ ਨਿਕਲ ਜਾਓ। ਨੀਵੇਂ ਹੋ ਕੇ ਨਿਕਲ ਜਾਓ, ਮਰ ਕੇ ਨਿਕਲ ਜਾਓ। ਜਿਉਂਦਿਆਂ ਮਰ ਕੇ ਨਿਕਲ ਜਾਓ। ਮੈਂ ਤੁਹਾਡੇ ਲਈ ਅਰਦਾਸ ਕਰਦਾ, ਤੁਸੀਂ ਇਸ ਮੂਰਖ ਲਈ ਕਰਦੇ ਹੋ।
ਏਕੋ ਹੈ ਭਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਈ ਏਕੋ ਹੈ ਸਾਹਿਬ ਮੇਰਾ ਜੀ ਸਾਹਿਬ ਮੇਰਾ ਸਾਹਿਬ ਮੇਰਾ ਉਹ ਸਾਹਿਬ ਮੇਰਾ ਸਾਹਿਬ ਮੇਰਾ ਨੀ ਮੇਰਾ ਬੋਲਿਆ ਯਾਰ ਨੀ ਮੇਰਾ ਬੋਲਿਆ ਯਾਰ ਹਾਂ ਨੀ ਬੋਲਿਆ ਜਿੰਨੇ ਕਦਮ ਗੁਰੂ ਕੇ ਘਰਾਂ 'ਚ ਆਏ ਹੋ ਸਭ ਤੋਂ ਪਹਿਲਾਂ ਤਾਂ ਮੇਰੀਆਂ ਬਹੁਤ ਪਿਆਰੀਆਂ ਮਾਵਾਂ ਸਾਡੀਆਂ ਸਭ ਦੀਆਂ ਮਾਵਾਂ ਰੱਬ ਵਰਗੀਆਂ ਮਾਵਾਂ ਔਰ ਇਹ ਮੇਰੀਆਂ ਭੈਣਾਂ ਔਰ ਚੜ੍ਹਦੀ ਕਲਾ 'ਚ ਬੈਠੇ ਸਾਡੇ ਬਾਪੂ ਸ਼੍ਰੀ ਸਾਡੇ ਲਾਣੇਦਾਰ ਔਰ ਸਾਰੇ ਮੇਰੇ ਭਰਾ ਦੋਸਤ ਮਿੱਤਰ ਉਮਰਾਂ 'ਚ ਵੱਡੇ ਵੀ ਬੈਠੇ ਹੋ ਮੇਰੇ ਹਾਨ ਦੇ ਵੀ ਬੈਠੇ ਹੋ ਛੋਟੇ ਵੀ ਬੈਠੇ ਹੋ ਛੋਟੇ ਛੋਟੇ ਬੱਚੇ ਆਹ ਮੂਵੀਆਂ ਬਣਾਉਣ ਵਾਲੇ ਭਰਾ ਸਾਡਾ ਸਾਊਂਡ ਵਾਲਾ ਸੱਜਣ ਔਰ ਆਹ ਪੱਖੇ ਚਲਾਉਣ ਵਾਲੇ ਟੈਂਟ ਲਾਉਣ ਵਾਲੇ ਸਟੇਜਾਂ ਲਾਉਣ ਵਾਲੇ ਪੁਲਿਸ ਆਫਿਸਰ ਸਾਹਿਬਾਨ ਔਰ ਇੱਥੇ ਆਪੋ ਆਪਣੀਆਂ ਦੁਕਾਨਾਂ ਰੇਹੜੀਆਂ ਲਾ ਕੇ ਆਪਦੀ ਕਿਰਤ ਕਰਨ ਆਏ ਆ ਜਿਹੜੇ ਸੱਜਣ ਇੱਧਰ ਬਾਹਰ ਖੜ੍ਹੇ ਆ ਜਿਹੜੇ ਸੋ ਤੁਹਾਡੇ ਸਾਰਿਆਂ ਦੇ ਅੰਦਰ ਵਸਦੇ ਉਸ ਪਰਮਾਤਮਾ ਨੂੰ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਭ ਦਾ ਜੀ ਆਇਆਂ ਨੂੰ ਸੱਜਣੋ ਅਤੇ ਆ ਜਾਓ ਬਦਲਵਾਈ ਜੀ ਹੈ ਇੱਕ ਨਾ ਬੜੀ ਵਧੀਆ ਗੱਲ ਹੈ ਕਿਸੇ ਨੇ ਦੱਸੀ ਮੌਸਮ ਕਦੇ ਵੀ ਵਿਗੜਦਾ ਨਹੀਂ ਜੇ ਪੰਜਾਬ 'ਚੋਂ ਕੋਈ ਸੱਜਣ ਕਹੇ ਨਾ ਵੀ ਮੌਸਮ ਵਿਗੜ ਗਿਆ ਸਮਝ ਲਿਓ ਰੱਬ ਨੂੰ ਲਾਂਭਾ ਦੇ ਰਿਹਾ ਇਸ ਗੱਲ ਦਾ ਆਪਾਂ ਹੱਕ ਨਹੀਂ ਰੱਖਦੇ ਪੰਜਾਬ 'ਚ ਰਹਿਣ ਵਾਲੇ ਇਹ ਧਰਮੀ ਲੋਕ ਇੱਕੋ ਹੀ ਗੱਲ ਬੋਲਦੇ ਆ ਮੌਸਮ ਬਦਲ ਗਿਆ ਮੌਸਮ ਬਦਲ ਗਿਆ ਔਰ ਇਹਨੇ ਬਦਲਦੇ ਹੀ ਰਹਿਣਾ ਸਥਿਰ ਅਟਲ ਤਾਂ ਰੱਬ ਦਾ ਵਜ਼ੀਰ ਹੈ ਉਹ ਸੰਤ ਹੈ ਉਹ ਮਹਾਂਪੁਰਸ਼ ਹੈ ਉਹ ਭਗਤ ਹੈ ਉਹ ਸਾਧੂ ਹੈ ਜਿਹੜਾ ਬਸ ਖੜ ਗਿਆ ਸੋ ਆਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਇਸ ਮੌਸਮ ਦਾ ਸਤਿਕਾਰ ਜੀ ਆਇਆਂ ਨੂੰ ਅਤੇ ਇੱਕ ਗੱਲ ਮੈਨੂੰ ਦੱਸ ਦਿਓ ਗਾਉਣ ਵਾਲੇ ਦੀ ਅਤੇ ਸਾਜ਼ਾਂ ਦੀ ਆਵਾਜ਼ ਤੁਹਾਨੂੰ ਪ੍ਰੋਪਰ ਸਮਝ ਆਉਂਦੀ ਹੈ ਮੈਨੂੰ ਇੱਕ ਤਾੜੀ ਮਾਰ ਕੇ ਦੱਸ ਦਿਓ ਪਲੀਜ਼ ਤੁਹਾਨੂੰ ਨਹੀਂ ਆਉਂਦੀ ਬਾਬੇ ਉਹ ਅਤੇ ਤਾੜੀ ਮਾਰ ਦਿਓ ਯਾਰ ਆ ਜਾਓ ਆਹੀ ਰੱਖਿਓ
ਹੁਣ ਜਿਹੜੇ ਭੈਣ ਭਰਾ ਪਿਆਰ ਕਰਦੇ ਆ ਉਹ ਗੱਲ 'ਚ ਹਾਰ ਪਾ ਕੇ ਜਾਂਦੇ ਆ, ਪਰ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਜਿੱਦੇ ਮੇਰੇ ਵਾਲਾ ਕੰਮ ਹੋ ਗਿਆ ਆ ਇੱਕੋ ਹੀ ਫੁੱਲ ਇੰਨਾ ਕੀ ਆ ਮੈਂ, ਔਰ ਜੇ ਤੂੰ ਇਦੋਂ ਵੱਧ ਹੈਗਾ, ਜੇ ਤੂੰ ਇਦੋਂ ਵੱਧ ਹੈਗਾ ਤਾਂ ਤਾੜੀ ਨਾ ਮਾਰੀ, ਜੇ ਤੈਨੂੰ ਲੱਗਦਾ ਵੀ ਤੂੰ ਵੀ ਇੰਨਾ ਕੀ ਆ ਤਾਂ ਮਾਰ ਲਾ। ਪਰ ਦੇਖੋ ਵੀ ਜਦੋਂ ਸਮਾਜ 'ਚ ਵਿਚਰਦੇ ਆ ਆਹ ਹਾਰ ਸਾਨੂੰ ਵਾਹ ਵਾਹ ਦਿੰਦੇ ਆ, ਇਹ ਪਿਆਰ ਕਰਨ ਵਾਲੇ ਲੋਕ ਆ ਸਾਰੇ, ਮੈਂ ਕਦਰ ਕਰਦਾ ਇਹਨਾਂ ਦੀ, ਪਰ ਰੌਲਾ ਇਹ ਆ ਵੀ ਜਿਹਦੇ ਗੱਲ 'ਚ ਪਵਾਉਂਦਾ ਨਾ ਮਹਾਰਾਜ ਉਹਨੂੰ ਖਲਿਆਰ ਦਿੰਦਾ ਹੈ, ਉਹਨੂੰ ਭੁਲੇਖਾ ਪੈਣ ਲੱਗ ਜਾਂਦਾ ਵੀ ਗਰੇ ਵਾਲਾ ਹੁਣ ਕੋਈ ਚੀਜ਼ ਆਓ ਤੂੰ। ਪਰ ਸੱਚ ਇਹੀ ਆ ਵੀ ਆਦਮੀ ਇੱਕ ਦਮੀਆਂ, ਇੱਕ ਸਾਈ ਤੇਰੇ ਕੋਲ ਆ ਬਾਈ ਤੇ ਇੱਕ ਹੀ ਮੇਰੇ ਕੋਲ ਹੈ, ਅਗਲੇ ਤਾਂ ਉਹਦਾ ਤਰਸ ਹੈ, ਉਹਦੀ ਰਹਿਮਤ ਹੈ ਜਿਹੜਾ ਦੇਈ ਜਾਂਦਾ ਹੈ, ਇਹ ਉਹਦਾ ਤਰਸ ਹੈ। ਸੋ ਭਾਈਚਾਰੇ ਬੈਠੇ ਹੋ, ਭਾਈਚਾਰੇ ਦਾ ਹੀ ਗੀਤ ਸੁਣਾਉਣ ਲੱਗਿਆ, ਬੜਾ ਸਟਾਈਲ ਬਣਾਇਆ ਬਾਬਾ ਜੀ ਹੈ। ਲਾਉਣਾ ਖੜ ਜਾ, ਇੱਕ ਗੀਤ ਸੁਣ ਪਹਿਲਾਂ ਸਰਦਾਰਾ, ਆਪਣੇ ਸਾਰਿਆਂ ਲਈ ਹੈ, ਜਿਹੜੇ ਜਾਤਾਂ ਨੂੰ ਲੈ ਕੇ ਧਰਮਾਂ ਨੂੰ ਲੈ ਕੇ ਧੌਣ 'ਚ ਡੰਡੇ ਨਹੀਂ ਫਸੇ ਕਈਆਂ ਦੇ ਮੇਰੇ ਵਰਗਿਆਂ ਦੇ, ਇਹ ਉਹਨਾਂ ਵੱਲ ਨੂੰ ਹੋਕਾ ਹੈ। ਮੰਦਰ ਮਸਜਿਦ ਗੁਰੂ ਦੁਆਰੇ, ਲੈ ਗੱਲ ਸੁਣ ਲਿਓ, ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਪੁੱਛੀ ਨਾ ਧਰਮਾਂ ਬਾਰੇ, ਪੁੱਛੀ ਨਾ ਧਰਮਾਂ ਬਾਰੇ, ਉਹ ਸਭ ਨਾਲ ਹੱਸਦਾ ਖਿਲਦਾ ਰਹਿ। ਹਟ ਗਏ ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਪੁੱਛੀ ਨਾ ਧਰਮਾਂ ਬਾਰੇ, ਉਹ ਪੁੱਛੀ ਨਾ ਧਰਮਾਂ ਬਾਰੇ, ਸਭ ਨਾਲ ਹੱਸਦਾ ਖਿਲਦਾ ਰਹਿ। ਮੇਰੀ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ, ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ, ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ। ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਮੰਦਰ ਮਸਜਿਦ ਗੁਰੂ ਦੁਆਰੇ ਇੱਕੋ ਜੇ ਤੱਕੀ ਸਾਰੇ, ਪੁੱਛੀ ਨਾ ਧਰਮਾਂ ਬਾਰੇ, ਪੁੱਛੀ ਨਾ ਧਰਮਾਂ ਬਾਰੇ, ਸਭ ਨਾਲ ਹੱਸਦਾ ਖਿਲਦਾ ਰਹਿ। ਮੇਰੀ ਜਾਤ ਗੋਤ ਨਾ, ਮੇਰੀ ਜਾਤ ਗੋਤ ਨਾ, ਮੇਰੀ ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ, ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ, ਜਾਤ ਗੋਤ ਨਾ ਪੁੱਛੀ ਬੰਦਾ ਬਣ ਕੇ ਮਿਲਦਾ ਰਹਿ।
ਨਹੀਂ ਖੈਂਦੀ, ਰਿਸ਼ਤੇਦਾਰੀ ਨਾ ਯਾਰੀ ਰਹਿੰਦੀ, ਜ਼ਿੰਦਗੀ ਮੌਤ ਨਾਲ ਪਈ ਖੈਂਦੀ, ਰਿਸ਼ਤੇਦਾਰੀ ਨਾ ਯਾਰੀ ਰਹਿੰਦੀ, ਆਖਰ ਦੁਨੀਆਂ ਛੱਡਣੀ ਪੈਂਦੀ, ਦੁਨੀਆਂ ਛੱਡਣੀ ਪੈਂਦੀ, ਉਹ ਤੈਨੂੰ ਅੱਖੀਆਂ ਰੋਣਗੀਆਂ। ਸੁਣ ਕੇ ਜਬਰੋ, ਜ਼ਿੰਦਗੀ ਮੌਤ ਨਾਲ ਪਈ ਖੈਂਦੀ, ਰਿਸ਼ਤੇਦਾਰੀ ਨਾ ਯਾਰੀ ਰਹਿੰਦੀ, ਆਖਰ ਦੁਨੀਆਂ ਛੱਡਣੀ ਪੈਂਦੀ, ਉਹ ਦੁਨੀਆਂ ਛੱਡਣੀ ਪੈਂਦੀ, ਤੈਨੂੰ ਅੱਖੀਆਂ ਰੋਣਗੀਆਂ। ਤੂੰ ਲੱਕੜਾਂ ਦੇ ਉੱਤੇ ਲੱਕੜਾਂ ਬਲਦੀਆਂ ਹੋਣਗੀਆਂ, 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 ਤੂੰ ਲੱਕੜਾਂ ਦੇ ਮੋੜ ਕੇ ਮੋੜ ਕੇ ਮਖਾ ਮੋੜ ਕੇ ਮੋੜ ਕੇ ਮਖਾ ਮੋੜ ਕੇ ਮੋੜ ਕੇ ਕਿੰਨਿਆਂ ਨੇ ਰੋਗ ਲਵਾ ਲਏ, ਜੀ ਸਤਿ ਸ੍ਰੀ ਅਕਾਲ, ਹੋਰ ਠੀਕ ਠਾਕ ਹੋ ਤੁਸੀਂ ਜੀ? ਆਇਆਂ ਨੂੰ ਜੀ ਆਇਆਂ ਨੂੰ ਕਿੰਨਿਆਂ ਨੇ ਰੋਗ ਲਵਾ ਲਏ, ਵਹਿਮਾਂ ਭਰਮਾਂ ਲੋਕੀ ਖਾ ਲਏ। ਬੇਬੇ ਜੀ ਸਪੈਸ਼ਲੀ ਫੋਰ ਯੂ। ਕਿੰਨਿਆਂ ਨੇ ਰੋਗ ਲਵਾ ਲਏ, ਵਹਿਮਾਂ ਭਰਮਾਂ ਲੋਕੀ ਖਾ ਲਏ, ਤਰਦੇ ਲਾਲ ਲੀੜਿਆਂ ਵਾਲੇ, ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ। ਤੁਸੀਂ ਤਾਂ ਬਾਈ ਜੀ ਦੁਨੀਆਂ ਵੱਧ ਦੇਖੀ ਹੈ ਸਾਡੇ ਨਾਲੋਂ। ਨਹਿਰਾਂ 'ਚ ਕਈ ਵਾਰੀ ਦੇਖਿਆ ਨਾ, ਲਾਲ ਜਿਹੇ ਕੱਪੜੇ 'ਚ ਕੁਛ ਤਰਦਾ ਜਾਂਦਾ ਹੁੰਦਾ ਹੈ। ਸਾਡੀਆਂ ਸਾਰੀਆਂ ਤਾਂ ਨਹੀਂ ਪਰ ਬਹੁਤੀਆਂ ਬੀਬੀਆਂ ਉਹ ਹੈ ਜਦੋਂ ਦੇਖ ਲੈਣ ਉਦੋਂ ਹੀ। ਪੁੱਛਾਂ ਮੈਂ ਮੇਰੀ ਭੈਣ ਨੂੰ ਕੀ ਹੈ ਵਿੱਚ ਨਹੀਂ ਜਿਹਨੂੰ ਮੱਥਾ ਟੇਕੀ ਜਾਂਦੀ ਹੈ। ਕਿੰਨਿਆਂ ਨੇ ਰੋਗ ਲਵਾ ਲਏ, ਵਹਿਮਾਂ ਭਰਮਾਂ ਲੋਕੀ ਖਾ ਲਏ, ਤਰਦੇ ਲਾਲ ਲੀੜਿਆਂ ਵਾਲੇ, ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ। ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ, ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ, ਬਿੱਲੀ ਰਸਤਾ ਕੱਟ ਗਈ ਜੁੱਤੀਆਂ ਭਰਮਾਂ ਲੋਕੀ ਖਾ ਲੇ। ਕਿੰਨਿਆਂ ਨੇ ਰੋਗ ਲਵਾ ਲੇ, ਵਹਿਮਾਂ ਭਰਮਾਂ ਲੋਕੀ ਖਾ ਲੇ, ਤਰਦੇ ਲਾਲ ਲੀੜਿਆਂ ਵਾਲੇ, ਲਾਲ ਲੀੜਿਆਂ ਵਾਲੇ ਖੋਪੇ ਵੇਖੋ ਨਹਿਰਾਂ ਤੇ। ਇੱਥੇ ਬਿੱਲੀ ਅਫਸਰੋ ਬਿੱਲੀ, ਬਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ, ਬਿੱਲੀ ਰਸਤਾ ਕੱਟ ਗਈ ਜੁੱਤੀਆਂ, ਰਸਤਾ ਕੱਟ ਗਈ ਜੁੱਤੀਆਂ ਮਾਰਨ ਟਹਿਰਾਂ ਤੇ, ਬਿੱਲੀ 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 ਰਸਤਾ ਕੱਟ ਗਈ ਜੁੱਤੀਆਂ ਮੋੜ ਕੇ ਮੋੜ ਕੇ ਮਖਾ ਮੋੜ ਕੇ ਮੋੜ ਕੇ ਮਖਾ ਮੋੜ ਕੇ ਮੋੜ ਕੇ ਹੇ ਜਾਏ ਜਾਏ ਜਾ। ਪਹਿਲਾ
ਖੇਤ ਖੋਣ ਸੀ ਆ ਗਏ ਜ਼ੁਰਤਾਂ ਵਾਲੇ ਮੱਥਾ ਲਾ ਗਏ। ਸੁਣ ਲਿਓ ਪਿੰਡ ਵਾਲਿਓ, ਪਹਿਲਾਂ ਖੇਤ ਖੋਣ ਸੀ ਆ ਗਏ ਜ਼ੁਰਤਾਂ ਵਾਲੇ ਮੱਥਾ ਲਾ ਗਏ, ਸਾਡੇ ਕਿੰਨੇ ਪੁੱਤ ਮਰਾ ਗਏ। ਪਹਿਲਾਂ ਖੇਤ ਖੋਣ ਸੀ ਆ ਗਏ ਜ਼ੁਰਤਾਂ ਵਾਲੇ ਮੱਥਾ ਲਾ ਗਏ, ਸਾਡੇ ਕਿੰਨੇ ਪੁੱਤ ਮਰਾ ਗਏ। ਉਹ ਕਿੰਨੇ ਪੁੱਤ ਮਰਾ ਗਏ ਤੇ ਹਾਕਮ ਲਾਸ਼ਾਂ ਸੇਕ ਰਹੇ। ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ, ਦਿੱਲੀ ਵਾਲੇ ਅੱਜ ਕੱਲ ਚੰਡੀਗੜ੍ਹ ਨੂੰ ਵੇਖ ਰਹੇ, ਦਿੱਲੀ ਵਾਲੇ ਪੈਂਦੀ ਆ ਪੱਲੇ। ਪਾਣੀ ਪੜ ਕੇ ਰਹਿ ਗਏ ਊਣੇ, ਦੱਸ ਕਿਹੜਾ ਯਾਰ ਹਲੂਣੇ। ਬਾਬੇ ਦੀ ਬਾਣੀ, ਬਾਣੀ ਪੜ ਕੇ ਰਹਿ ਗਏ ਊਣੇ, ਦੱਸ ਕਿਹੜਾ ਯਾਰ ਹਲੂਣੇ। ਹੁੰਦੇ ਸੜਕ ਵਿਚਾਲੇ ਟੂਣੇ, ਸੜਕ ਵਿਚਾਲੇ ਟੂਣੇ, ਕਿੱਥੇ ਹੈ ਵਿਗਿਆਨ ਮੀਆਂ। ਰਾਸ਼ੀ ਪੜ ਕੇ ਘਰੋਂ ਨਿਕਲਦੇ ਸਾਇੰਸਦਾਨ ਮੀਆਂ, ਰਾਸ਼ੀ ਪੜ ਕੇ ਘਰੋਂ ਨਿਕਲਦੇ ਸਾਇੰਸਦਾਨ ਮੀਆਂ, ਰਾਸ਼ੀ ਪੜ ਕੇ ਘਰੋਂ ਨਿਕਲਦੇ ਸਾਇੰਸਦਾਨ ਆਹਾ। ਆਖਰੀ ਬੋਲ ਹੈ, ਆਪਣੇ ਲੋਕਾਂ ਦੇ ਵਿੱਚ ਆ ਕੇ ਆਇਆ ਬੜਾ ਨਜ਼ਾਰਾ ਗਾ ਕੇ। ਜੁੜੀ ਵਾਲੇ ਬਾਬਾ ਜੀ, ਆਪਣੇ ਲੋਕਾਂ ਦੇ ਵਿੱਚ ਆ ਕੇ ਆਇਆ ਬੜਾ ਨਜ਼ਾਰਾ ਗਾ ਕੇ, ਕੁੜਤੇ ਨਾਲ ਚਾਦਰਾ ਲਾ ਕੇ, ਕੁੜਤੇ ਨਾਲ ਚਾਦਰਾ ਲਾ ਕੇ, ਸਿਰ ਤੇ ਬੰਨ ਕੇ ਪਰਨੇ ਨੂੰ, ਡਰ ਫਕਰਾਂ ਦੇ ਆ ਗਏ ਤੁਹਾਡੇ ਦਰਸ਼ਨ ਕਰਨੇ ਨੂੰ। ਦਿੱਲੀ ਰਸਤਾ ਕੱਟ ਗਈ ਜੁੱਤੀਆਂ ਮਾਰਨ ਟੈਰਾਂ ਤੇ ਬਚ ਕੇ, ਤੂੰ ਲੱਕੜਾਂ ਦੇ ਉੱਤੇ, ਤੂੰ ਲੱਕੜਾਂ ਦੇ ਉੱਤੇ ਮਾਨਾ, ਤੂੰ ਲੱਕੜਾਂ ਦੇ ਗਲੇ ਵਾਲਾ, ਤੂੰ ਲੱਕੜਾਂ ਦੇ ਉੱਤੇ ਮਾਨਾ, ਤੂੰ ਲੱਕੜਾਂ ਦੇ ਉਹ ਬੰਦਿਆ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ ਹੋਣਗੀਆਂ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ ਹੋਣਗੀਆਂ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ ਹੋਣਗੀਆਂ, ਤੂੰ ਲੱਕੜਾਂ ਦੇ ਉੱਤੇ ਲੱਕੜਾਂ ਪਾਉਂਦੀਆਂ।
ਆਪਾਂ ਲੱਕੜਾਂ ਦੇ ਉੱਤੇ ਥੱਲੇ ਅੱਗ। ਇਹ ਹੈ ਆਖਰੀ ਪੜਾਅ। ਆ ਜੋ ਅਗਲਾ ਕਲਾਮ ਹੈ। ਵਸਦੇ ਘਰਾਂ ਨੂੰ ਜਿਹੜੇ ਤੁਰ ਗਏ ਉਜਾੜ ਕੇ, ਮੈਂ ਸੁਣਿਆ ਉਹ ਰਹਿੰਦੇ ਆ ਗਵਾਂਢ ਵਿੱਚ ਯਾਰ ਦੇ। ਵੇਖ ਮਰਦਾਨਿਆ ਉਹ ਰੰਗ ਕਰਤਾਰ ਦੇ, ਵੇਖ ਭਾਈ ਬਾਲਿਆ ਰੰਗ ਕਰਤਾਰ ਦੇ, ਕਿਹੜੇ ਕਿਹੜੇ ਰੰਗ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਬੋਲਦੇ ਆ। ਆ ਜੋ ਅਫਸਰ ਉਹ ਲਫਜ਼ਾਂ ਰਾਹੀਂ ਬਿਆਨ ਕਰਨ ਲੱਗੇ ਆ ਰੰਗ ਕਰਤਾਰ ਦੇ। ਬੀਬੀ ਇੱਕ ਗੀਤ ਤੁਹਾਡਾ ਹੈ। ਉਹਨਾਂ ਮਾਵਾਂ ਦੀ ਆਵਾਜ਼ ਹੈ ਜਿਨ੍ਹਾਂ ਦੇ ਧੀਆਂ ਪੁੱਤ ਪੁੱਛਦੇ ਨਹੀਂ। ਕੀ ਕਹਿੰਦੀਆਂ ਉਹਨਾਂ ਦੀਆਂ ਮਾਵਾਂ ਮਿੱਤਰ ਪਿਆਰਿਓ? ਜਿੰਨਾ ਕੋਲੇ ਮਾਵਾਂ ਹੈ ਨੀ ਉਹ ਪੁੱਛੀ ਦੁੱਖ ਸੋਹਣਿਆ, ਉਹ ਜਿੰਨਾ ਕੋਲੇ ਮਾਵਾਂ ਹੈ ਨੀ ਤੁਰ ਗਈਆਂ ਬਾਈ ਜਿਨ੍ਹਾਂ ਦੀਆਂ। ਇੱਥੇ ਭਾਵੇਂ ਕੋਈ 60-70 ਸਾਲ ਦਾ ਵੀ ਬੈਠਾ ਹੈ, ਉਹਦੀ ਵੀ ਜੇ ਮਾਂ ਗਈ ਹੈ ਨਾ, ਜਿੰਨਾ ਕੋਈ ਜਵਾਨੀ ਵਾਲਾ ਬੈਠਾ ਹੈ, ਦਰਦ ਉਹਨਾਂ ਹੀ ਹੈ। ਕਿਉਂਕਿ ਆਂਦਰਾਂ ਹੀ 60 ਸਾਲ ਵਾਲੇ ਦੀਆਂ, ਆਂਦਰਾਂ ਹੀ 20 ਸਾਲ ਵਾਲੇ ਦੀਆਂ। ਜਿੰਨਾ ਕੋਲੇ ਮਾਵਾਂ ਹੈ ਨੀ ਉਹ ਪੁੱਛੀ ਦੁੱਖ ਸੋਹਣਿਆ, ਉਹ ਛਾ ਕਿੱਥੋਂ ਮਿਲੂ ਜਦੋਂ ਹੈ ਨੀ ਰੁੱਖ ਸੋਹਣਿਆ, ਉਹ ਬੰਦਾ ਰੋਂਦਾ ਪਿੱਛੋਂ, ਬੰਦਾ ਰੋਂਦਾ ਪਿੱਛੋਂ, ਭਾਈ ਵੇਖ ਵੇਖ ਉਹ ਥਾਵਾਂ, ਦੁੱਧਾਂ ਨਾਲ ਪੁੱਤ ਪਾਲ ਕੇ ਕਿਉਂ ਪਿੱਛੋਂ ਪਾਣੀ ਨੂੰ ਤਰਸਦੀਆਂ ਉਹ ਕਈ ਮਾਵਾਂ। ਉਹ ਮੁੰਡੇ ਉਹ ਦੁੱਧਾਂ ਨਾਲ ਭਾਈ ਪੁੱਤ ਪਾਲ ਕੇ ਅੱਗੇ ਮਾਂ ਦੀ ਆ ਸਾਂਭੀ ਦੀ ਆ ਸਾਂਭਲਾ, ਸਾਂਭੀ ਦੀ ਆ ਸਾਂਭਲਾ, ਇਹ ਮਾਂ ਤੇ ਰੱਬ ਰੂਪ ਹੈ, ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ ਹੈ, ਸਾਂਭੀ ਦੀ ਆ ਸਾਂਭਲਾ, ਇਹ ਮਾਂ ਤੇ ਰੱਬ ਰੂਪ ਹੈ। ਮੈਨੂੰ ਪਤਾ ਤੁਸੀਂ ਪਹਿਲਾਂ ਵੀ ਮਾਵਾਂ ਨੂੰ ਬਹੁਤ ਪਿਆਰ ਕਰਦੇ ਹੋਵੋਗੇ, ਪਰ ਸੱਚ ਜਾਣਿਓ ਤੁਹਾਡਾ ਵੱਡਾ ਭਰਾ ਹੈ। ਇੱਥੇ ਬੇਈਮਾਨ ਹੋ ਗਏ ਨਾ ਇਸ ਰਿਸ਼ਤੇ ਲਈ, ਦੁਨੀਆਂ 'ਚ ਕਿਤੇ ਢੋਈ ਨਹੀਂ ਹੈ। ਸਿੱਧੀ ਜੀ ਗੱਲ ਹੈ ਪੰਜਾਬੀਓ, ਜਿਹੜਾ ਆਪਦੀ ਮਾਂ ਦਾ ਨਹੀਂ ਕੀਦਾ, ਕੋਈ ਵਿੰਗ ਵੱਲ ਤਾਂ ਹੈ ਹੀ ਨਹੀਂ ਬਾਈ। ਜਿਹੜਾ ਆਪਦੀ ਮਾਂ ਲਈ ਇਮਾਨਦਾਰ ਨਹੀਂ ਹੈ ਉਹ ਤਾਂ ਪਰਦੇ 'ਚ ਬਹੁਤ ਕੁਛ ਕਰਦਾ ਫਿਰਦਾ, ਤਾਂ ਫਿਰ ਸੱਜਣੋ ਕੰਮ ਕਰਨ ਦੀ ਲੋੜ ਹੈ, ਕਿਸੇ ਤੇ ਨਹੀਂ ਆਪਣੇ ਆਪ ਤੇ। ਸਾਂਭੀ ਦੀ ਐ ਸਾਂਭ ਲੈ ਇਹ ਮਾਂ ਤੇ ਰੱਬ ਰੂਪ ਹੈ,
ਰਾਜਿਆਂ ਨੂੰ ਜੰਮਦੀ ਇਹ ਭਗਤੀ ਸਰੂਪ। ਪਰ ਇੱਥੇ ਕਹਾਂਗੇ ਗੁੱਡ ਟੂ ਸੀ ਯੂ ਬ੍ਰਦਰ। ਵੇਖ ਭਾਈ ਬਾਲਿਆ ਬਚ ਕੇ ਆ ਜਾਓ। ਉਹ ਵੇਖ ਭਾਈ ਉਹ ਬਾਲਿਆ ਰੰਗ ਕਰਤਾਰ ਦੇ, ਵੇਖ ਭਾਈ ਉਹ ਬਾਲਿਆ ਰੰਗ ਕਰਤਾਰ ਦੇ, ਵੇਖ ਭਾਈ ਵਸਦੇ ਘਰਾਂ ਨੂੰ ਜਿਹੜੇ ਤੁਰ ਕੇ ਉਜਾੜ ਕੇ ਉਜਾੜ ਕੇ ਉਜਾੜ ਕੇ, ਵਸਦੇ ਘਰਾਂ ਨੂੰ ਜਿਹੜੇ ਤੁਰ ਕੇ ਉਜਾੜ ਕੇ, ਮੈਂ ਸੁਣਿਆ ਜੋ ਰਹਿੰਦੇ ਨੇ, ਸੁਣਿਆ ਜੋ ਰਹਿੰਦੇ ਨੇ ਗਵਾਂਢ ਵਿੱਚ ਯਾਰ ਦੇ, ਸੁਣਿਆ ਜੋ ਰਹਿੰਦੇ ਰੰਗ ਕਰਦਾਰ ਦੇ, ਵੇਖ ਭਾਈ ਉਬਾਲਿਆ ਤੂੰ ਰੰਗ ਕਰਦਾਰ ਦੇ, ਵੇਖ ਭਾਈ ਉਬਾਲਿਆ ਤੂੰ ਰੰਗ ਕਰਦਾਰ ਦੇ, ਵੇਖ ਭਾਈ ਉਬਾਲਿਆ। ਖਿਆਲਾਂ ਵਾਲੀ ਉਹ ਤੱਕੜੀ ਚ ਕੋਈ ਕੋਈ ਬੋਲਦਾ, ਇਹ ਖਿਆਲਾਂ ਵਾਲੀ ਖਿਆਲਾਂ ਵਾਲੀ ਤੱਕੜੀ ਚ ਕੋਈ ਕੋਈ ਬੋਲਦਾ, ਇੱਥੇ ਬਹੁਤੇ ਵੇਖੇ ਜਿਹੜੇ ਉਹ ਬਹੁਤੇ ਵੇਖੇ ਜਿਹੜੇ ਕੱਲੀ ਮਾਇਆ ਨਾਲ ਸਾਰਦੇ, ਬਹੁਤੇ ਵੇਖੇ ਜਿਹੜੇ ਕੱਲੀ ਮਾਇਆ ਨਾਲ ਸਾਰਦੇ, ਵੇਖ ਭਾਈ ਉਬਾਲਿਆ ਤੂੰ ਰੰਗ ਕਰਦਾਰ ਦੇ, ਵੇਖ ਭਾਈ ਉਬਾਲਿਆ ਮਰਦੇ ਸੱਜਣ, ਇੱਕ ਤਾਂ ਸੱਜਣ ਜਿਹੜਾ ਮੂੰਹ ਤੇ ਗੱਲ ਕਹਿ ਦੇ, ਇੱਕ ਤਾਂ ਸੱਜਣ ਜਿਹੜਾ ਮੂੰਹ ਤੇ ਗੱਲ ਕਹਿ ਦੇ, ਆਪਣੀ ਮੌਤ ਜੀ 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 ਬਾਪੂ ਲਾਉਣਾ ਲਾਉਣਾ ਚੰਗਾ ਬਾਪੂ। ਅੱਜ ਬਾਪੂ ਜੀ ਕਹਿੰਦੇ ਉਹ ਵੀ ਲਾ ਦੀ ਟਿਕਟਾਂ ਦੋ ਲੈ ਲਈ, ਤੁਸੀਂ ਤਾਂ ਲਈ ਬੈਠੇ ਹੋ, ਰੌਲਾ ਤਾਂ ਸਾਡੇ ਵਰਗਿਆਂ ਦਾ। ਇੱਕ ਤਾਂ ਸੱਜਣ ਵਾ
ਸੋਚ ਫਕੀਰਾ ਵਾ ਤੇਰੀ ਸ਼ਾਇਦ ਗੁੜੇ ਤੋਂ ਮਿੱਠੀ ਆਈ ਜਵਾਨੀ ਹਰ ਕੋਈ ਵੇਂਦਾ ਜਾਂਦੀ ਕਿਸੇ ਨਾ ਡਿੱਠੀ ਉਹ ਕੀ ਬੁਨਿਆਦ ਉਹ ਬੰਦਿਆ ਮੇਰੀ ਆਖਰ ਹੋਣਾ ਉਹ ਮਿੱਟੀ ਸੱਚਾ ਇਸ਼ਕ ਨੇ ਤਾਜ਼ਾ ਰਹਿਣਾ ਸੱਚਾ ਇਸ਼ਕ ਨੇ ਤਾਜ਼ਾ ਰਹਿਣਾ ਦਾੜੀ ਉਹਦੇ ਚਿੱਟੀ ਓਏ ਵੀਰ ਫਿਰ ਆਵੇ ਚੁਗਣੀ ਲਵ ਸੱਪਾ ਮੇਰੀ ਚੁਗਣੀ ਮੇਰੀ ਚੁਗਣੀ ਮੇਰੀ ਚੁਗਣੀ ਮੇਰੀ ਚੁਗਣੀ ਉਹਨਾਂ ਦੀ ਆਵਾਜ਼ ਕੋਰਸ ਦੀ ਆਵਾਜ਼ ਇੱਕ ਤਾਂ ਸੱਜਣ ਜਿਹੜਾ ਮੂੰਹ ਤੇ ਗੱਲ ਕਹਿ ਦੇਵੇ ਪਰ ਉਹਨਾਂ ਦਾ ਕੀ ਕਰਾਂ ਉਹਨਾਂ ਦਾ ਕੀ ਕਰਾਂ ਜਿਹੜੇ ਚੂੰਡ ਚੂੰਡ ਮਾਰਦੇ ਉਹਨਾਂ ਦਾ ਕੀ ਕਰਾਂ ਜਿਹੜੇ ਚੂੰਡ ਚੂੰਡ ਮਾਰਦੇ ਵੇਖ ਭਾਈ ਉਹ ਪਾਲਿਆ ਤੂੰ ਰੰਗ ਕਰਦਾਰ ਦੇ ਵੇਖ ਭਾਈ ਉਹ ਪਾਲਿਆ ਤੂੰ ਰੰਗ ਕਰਦਾਰ ਪੰਜਾਬ ਵਾਲਿਓ ਬਾਬੇ ਕੇ ਵੱਜਦੇ ਹੋ ਮਾਣ ਹੈ ਗਵੱਈਏ ਨੂੰ ਇਸ ਗੱਲ ਦਾ ਜਿੰਨੇ ਬੈਠੇ ਖੜੇ ਹੋ ਨਾ ਮਾਵਾਂ ਭੈਣਾਂ ਬਜ਼ੁਰਗ ਭਰਾ ਬੱਚੇ ਸਾਨੂੰ ਕੋਈ ਪੁੱਛੇ ਨਾ ਕਿਹਦੇ ਹੋ ਏ ਬਾਬੇ ਕੇ ਹੈ ਬਾਬੇ ਕੇ ਹੈ ਔਰ ਇਹ ਖਾਸ ਗੱਲ ਹੈ ਘਰੋਂ ਮਿਲ ਥੋੜ੍ਹਾ ਤਾਂ ਰੱਖੋ ਨਾ ਮੁੱਕੀ ਜਾਂਦੇ ਹੋ ਥੋੜ੍ਹਾ ਤਾਂ ਕੁਛ ਰੱਖੋ ਕੋਈ ਪ੍ਰਕਸ਼ਨ ਰੱਖੋ ਕੋਈ ਸਟ੍ਰਿੰਗ ਰੱਖੋ ਕੁਛ ਤਾਂ ਦਿਓ ਨਾ ਲੋਰ ਬਣਾ ਕੇ ਪਲੀਜ਼ ਘਰੋਂ ਮਿਲੇ ਸੌਦਾ ਤੇ ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਜਾਈਦਾ ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਜਾਈਦਾ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪਾਈਦਾ ਗੱਲ ਪਤਾ ਹੋਵੇ ਨਾ ਘਰੋਂ ਮਿਲੇ ਸੌਦਾ ਮਾਂ ਮੇਰੀਓ ਨੂਣ ਮਿਰਚ ਮਸਾਲਾ ਹਲਦੀ ਘਰੇ ਮਿਲਦਾ ਹੋਵੇ ਆਲੂ ਗੰਢੇ ਲਸਣ ਦੁਕਾਨ ਤੇ ਲੋੜ ਨਹੀਂ ਪੈਂਦੀ
ਆਹੀ ਮਸਲਾ ਇਹਦਾ ਜਦੋਂ ਸਾਰਾ ਕੁਛ ਇੱਥੇ ਹੀ ਪਿਆ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਜਾਈਦਾ ਘਰੋਂ ਮਿਲੇ ਸੌਦਾ ਤੇ ਦੁਕਾਨਾਂ ਤੇ ਨਹੀਂ ਜਾਈਦਾ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪੈਦਾ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪੈਦਾ ਗੱਲ ਪਤਾ ਹੋਵੇ ਨਾ ਤੇ ਰੌਲਾ ਵੀ ਨਹੀਂ ਪੈਦਾ ਪਾਣੀ ਨਾਲੇ ਬਾਣਾ ਦੇ ਗਏ ਰੂਹਾਂ ਦਾ ਗਾਣਾ ਦੇ ਗਏ ਪਾਣੀ ਨਾਲੇ ਬਾਣਾ ਦੇ ਗਏ ਰੂਹਾਂ ਦਾ ਗਾਣਾ ਦੇ ਗਏ ਬੂਟਾ ਦੱਸ ਕਿੱਦਾਂ ਸੁੱਕ ਜਾਊ ਬੂਟਾ ਦੱਸ ਕਿੱਦਾਂ ਸੁੱਕ ਜਾਊ ਜੋ ਗੁਰੂਆਂ ਨੇ ਲਾਇਆ ਖਾਲਸਾ ਸਜਾਇਆ ਗੁਰਾਂ ਨੇ ਖਾਲਸਾ ਸਜਾਇਆ ਖਾਲਸਾ ਸਜਾਇਆ ਗੁਰਾਂ ਨੇ ਦਸਵੀਂ ਪੌੜੀ ਹੈ ਮਾਨ ਸਾਹਿਬ ਕਹਿੰਦੇ ਪਹਿਲੀ ਪੌੜੀ ਦੀ ਗੱਲ ਸੁਣਾ ਪਹਿਲੀ ਪੌੜੀ ਕੀ ਕਹਿੰਦੀ ਹੈ ਪੋਤਾ ਪਟਵਾਰੀਆਂ ਦਾ ਰੰਗਿਆ ਪਿਆ ਇੰਨੀ ਬੇਪਰਵਾਹੀ ਔਰ ਜਿਵੇਂ ਅੱਜ ਪੰਜਾਬੀ ਇੱਕ ਮਿੰਟ ਚ ਆਪੇ ਤੋਂ ਬਾਹਰ ਹੋ ਜਾਂਦਾ ਮੇਰੇ ਵਰਗਾ ਸਿੱਧਾ ਨਾ ਗੋਸ਼ਟੀਆਂ ਕੀਤੀਆਂ ਅਰਬ ਕੰਟਰੀਆਂ 'ਚ ਜਾਏ ਉਦਾਸੀਆਂ ਹੀ ਉਦਾਸੀਆਂ ਪਰ ਕਦੇ ਉੱਚਾ ਲਫਜ਼ ਨਹੀਂ ਬੋਲਿਆ ਕਿਸੇ ਚੀਜ਼ ਦਾ ਖੰਡਨ ਕੀਤਾ ਤਹਿਜ਼ੀਬ ਨਾ ਕੀਤਾ ਉਸੇ ਗੁਰੂ ਨਾਨਕ ਦੇ ਪੁੱਤ ਬੈਠੇ ਹੋ ਅੱਜ ਮੈਨੂੰ ਕੋਈ ਮਾੜੀ ਜਿਹੀ ਗੱਲ ਬੋਲਦੇ ਮੈਂ ਕਿਉਂ ਆਪੇ ਤੋਂ ਬਾਹਰ ਹੋ ਜਾਂਦਾ ਕਿ ਮੈਂ ਗੁਰੂ ਨਾਨਕ ਦਾ ਪੁੱਤ ਨਹੀਂ ਰਿਹਾ ਅੱਜ ਐਸੀਆਂ ਕਿਹੜੀਆਂ ਨਫ਼ਰਤਾਂ ਅੰਦਰ ਪੈਦਾ ਹੋ ਗਈਆਂ ਜਿਹੜੀਆਂ ਮੈਨੂੰ ਮੇਰੇ ਤੋਂ ਦੂਰ ਕਰੀ ਬੈਠ ਗਈਆਂ ਉਸੇ ਪਿਓ ਦੇ ਵੀ ਕਹਿੰਦੇ ਆ ਕਰ ਗਿਆ ਬੂਟੇ ਹਰੇ ਵਜੇੜੇ ਕਦੇ ਵੀ ਸੁੱਕਦੇ ਨਾ ਕਰ ਗਿਆ ਬੂਟੇ ਹਰੇ ਵਜੇੜੇ ਕਦੇ ਵੀ ਸੁੱਕਦੇ ਨਾ ਬੱਲੇ ਬਾਬਾ ਤੇਰੇ ਤੇਰੇ ਬੀਵੀ ਮੁੱਕਦੇ ਨਾ ਹੱਲੇ ਬਾਬਾ ਤੇਰੇ ਉਹ ਤੇਰੇ ਬੀਵੀ ਮੁੱਕਦੇ ਨਾ ਹੱਲੇ ਬਾਬਾ ਤੇਰੇ ਰਾਮ ਨਾਮ ਦੇ ਬੇੜੇ ਰਾਮ ਨਾਮ ਦੇ ਬੇੜੇ ਬਾਬਾ ਕਦੇ ਵੀ ਰੁਕਦੇ ਨਾ ਬੱਲੇ ਬਾਬਾ ਤੇਰੇ ਮੈਂ ਤੇਰੇ ਬੀਵੀ ਮੁੱਕਦੇ ਨਾ ਬੱਲੇ ਬਾਬਾ ਤੇਰੇ ਮੈਂ ਤੇਰੇ ਬੀਵੀ ਮੁੱਕਦੇ ਨਾ
ਕਾਹ ਚੱਲੇ ਤੇਰੇ ਸੀਤੇ ਤੇਰੇ ਤੇਰੇ ਸੀਤੇ ਤੇਰੇ ਜਾਂਦੀ ਵਾਰੀ ਕਾਹ ਚੱਲੇ ਜਾਂਦੀ ਵਾਰੀ ਕਹਿੰਦੇ ਇਹਨਾਂ ਨੂੰ ਵਿੱਚ ਮੈਨੂੰ ਕਹਿੰਦੇ ਵੀ ਸਾਉਣ ਮਹੀਨਾ ਹੈ ਪਤਾ ਕਰ ਲਓ ਆਪਾਂ ਕਿਹਦੇ ਹਾਂ ਆਪਦੇ ਪਿਓ ਦਾ ਪਤਾ ਹੋਣਾ ਬੜਾ ਲਾਜ਼ਮੀ ਹੈ ਭਾਈ ਕਿਉਂ ਮੰਦਰਾ ਲਿਆ ਜਾਂਦੀ ਵਾਰੀ ਕਹਿ ਚੱਲੇ ਜਾਂਦੀ ਵਾਰੀ ਕਹਿ ਚੱਲੇ ਤੇਰੇ ਸੀਤੇ ਤੇਰੇ ਇਹ ਰੱਬ ਦੇ ਖਿਡਾਰੀ ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ ਰੱਬ ਦੇ ਖਿਡਾਰੀ ਇੰਨੀ ਛੇਤੀ ਨਹੀਂ ਉਹ ਹਾਰਦੇ ਵੇਖ ਭਾਈ ਉਹ ਬਾਲਿਆ ਤੂੰ ਰੰਗ ਕਰਦਾਰ ਦੇ ਵੇਖ ਭਾਈ ਉਹ ਬਾਲਿਆ ਉਹ ਰੰਗ ਕਰਦਾਰ ਦੇ ਵੇਖ ਭਾਈ ਉਹ ਬਾਲਿਆ ਤੂੰ ਰੰਗ ਕਰਦਾਰ ਦੇ ਵੇਖ ਭਾਈ ਉਹ ਬਾਲਿਆ ਤੂੰ ਰੰਗ ਕਰਦਾਰ ਦੇ ਵੇਖ ਭਾਈ ਉਹ ਬਾਲਿਆ 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 ਰੰਗ ਕਰਤਾਰ ਦੇ ਸਿਧਵਾਂ ਦੋਨਾਂ ਦੇ ਕਿਹੋ ਜਿਹੇ ਲੋਕੀ ਜਿਹੜਾ ਤਾੜੀ ਵੀ ਨਹੀਂ ਮਾਰਦੇ ਜਿਹੜੇ ਤਾੜੀ ਵੀ ਕਈ ਹਜੇ ਵੀ ਨਹੀਂ ਮਾਰਦੇ ਆ ਜਾਓ ਉਹਨਾਂ ਦੀ ਫਰਮਾਇਸ਼ ਹੈ ਉਹ ਕਿੱਥੇ ਆ ਲੰਬਾ ਜਾਓ ਨਾ ਜਾਈ ਮਸਤਾਂ ਦੇ ਵਿਹੜੇ ਨਹੀਂ ਮਸਤ ਬਣਾ ਦੇਣਗੇ ਬੀਬਾ ਆ ਜਾਓ ਲਾਉਣੇ ਆ ਜੀ ਇਹ ਜਿਹੜਾ ਮੇਲਾ ਨਾ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਕਿਸਾਨ ਮਜ਼ਦੂਰ ਏਕਤਾ ਨੂੰ ਸੰਘਰਸ਼ ਨੂੰ ਸਮਰਪਿਤ ਹੈ ਅੱਜ ਦਾ ਇਹ ਮੇਲਾ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੀਦੀਆਂ ਪੰਜਾਬੀਆਂ ਦੇ ਅੰਦੋਲਨ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ ਰਿਸ਼ਤੇ ਤੱਤੇ ਠੰਡੇ ਹੋ ਗਏ ਦਿਨ ਵੀ ਸੰਡੇ ਮੰਡੇ ਹੋ ਗਏ ਕਿੱਥੋਂ ਖਾ ਲੂ ਮਾੜਾ ਬੰਦਾ ਇੰਨੇ ਮਹਿੰਗੇ ਗੰਢੇ ਹੋ ਗਏ ਜ਼ਹਿਰ ਪੀਣ ਦੀ ਲੋੜ ਨਹੀਂ ਮਿੱਤਰੋ ਪਾਣੀ ਇੰਨੇ ਗੰਦੇ ਹੋ ਗਏ ਹੱਕ ਮੰਗਦੇ ਕਿਸਾਨਾਂ ਦੇ ਲਈ ਹੱਕਾਂ ਦੀ ਥਾਂ ਡੰਡੇ ਹੋ ਗਏ ਸਾਡੇ 11 ਮਹੀਨੇ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਵਿੱਚ ਬੈਠ ਕੇ ਸਾਰਿਆਂ ਨੇ ਜਿਵੇਂ ਵੀ ਹਾਜ਼ਰੀ ਭਰੀ ਹੈ ਜਿਵੇਂ ਵੀ ਸੇਵਾ ਕੀਤੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਕਿਰਪਾ ਕਰੇ ਦੇਖ ਭਾਈ ਬਾਲਿਆ ਰੰਗ ਕਰਤਾਰ ਦੇ ਉਹਦੇ ਰੰਗ ਹੈ ਉਹ ਪਤਾ ਨਹੀਂ ਉਹਦਾ ਕਦੋਂ ਕੀ ਕਰ ਦੇਵੇ ਦਿਨ ਤਾਂ ਸਭ ਤੇ ਆਉਂਦੇ ਨੇ ਖੇਡਾਂ ਸਭ ਕਰਤਾਰ ਦੀਆਂ ਕਦੇ ਬੰਦਾ ਲੱਕੜਾਂ ਸਾੜਦਾ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਸਾਹਮਣੇ ਇੱਥੇ ਹੀ ਆਉਣਾ ਸਿਕੰਦਰ ਵਾਂਗੂ ਖਾਲੀ ਹੱਥ ਜਾਣਾ ਕੋਈ ਈਗੋ ਨਹੀਂ ਲੈ ਕੇ ਜਾਣੀ ਨਾਲ ਕੋਈ ਪੈਸਾ ਨਹੀਂ ਨਾਲ ਲੈ ਕੇ ਜਾਣਾ ਕੋਈ ਮਹਿੰਗੀਆਂ ਗੱਡੀਆਂ ਨਹੀਂ ਨਾਲ ਲੈ ਕੇ ਜਾਣੀਆਂ ਬਸ ਇੱਕ ਉਹ ਚੀਜ਼ ਨਾਮ ਜਿਹੜਾ ਉਹ ਨਾਲੇ ਜਾਣਾ ਜਿਨ੍ਹਾਂ ਨੇ ਇਬਾਦਤ ਕੀਤੀ ਹੈ ਜਿਨ੍ਹਾਂ ਨੇ ਭਜਨ ਸਿਮਰਨ ਕੀਤਾ ਉਹੀ ਨਾਲ ਜਾਣਾ ਅੱਜ ਕੱਲ੍ਹ ਬੜੀ ਦੌੜ ਲੱਗੀ ਹੈ ਜਿਵੇਂ ਬਾਈ ਜੀ ਨੂੰ ਅਕਸਰ ਕਈ ਪ੍ਰੋਗਰਾਮਾਂ 'ਤੇ ਮਿਲਦੇ ਰਹਿੰਦੇ ਹਾਂ ਕਿ ਇਨਸਾਨ
ਆਪਣੀਆਂ ਕਮੀਆਂ ਵੱਲ ਨਹੀਂ ਦੇਖਦਾ, ਇਨਸਾਨ ਦੂਜੇ ਦੀਆਂ ਕਮੀਆਂ ਲੱਭ ਕੇ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਦੇ ਚੱਕਰ 'ਚ ਲੱਗਾ ਹੋਇਆ। ਔਰ ਅਸੀਂ ਕਹਿ ਦਿੰਦੇ ਹਾਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰੋ, ਪੰਜਾਬੀ ਜ਼ਬਾਨ ਨੂੰ ਪਿਆਰ ਕਰੋ, ਅਤੇ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਬੇਟਾ ਨਹੀਂ ਤੂੰ ਪੰਜਾਬੀ ਬਾਅਦ 'ਚ ਪਹਿਲਾਂ ਇੰਗਲਿਸ਼ ਪੜ੍ਹਨੀ ਹੈ, ਕੰਪਲਸਰੀ ਹੋ ਗਈ ਸਾਡੇ ਲਈ ਇੰਗਲਿਸ਼ ਪੜ੍ਹੋ ਜ਼ਰੂਰ, ਦੂਜੀਆਂ ਜ਼ਬਾਨਾਂ ਦਾ ਅਦਬ ਸਤਿਕਾਰ ਕਰੋ, ਪਰ ਪੰਜਾਬੀ ਜਿਹੜੀ ਉਹ ਸਾਡੀ ਮਾਂ ਬੋਲੀ ਹੈ। ਬੱਚਿਆਂ ਨੂੰ ਵੀ ਰੱਖਦੇ ਲੋਕ ਦੂਰ ਪੰਜਾਬੀ ਤੋਂ, ਐਡੀ ਵਿਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ, ਮਿਲੇ ਤਰੱਕੀ ਮਾਂ ਬੋਲੀ ਹੁਣ ਰੋਲਣ ਵਾਲੇ ਨੂੰ ਕਿ ਉਹ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ। ਅੱਜ ਕੱਲ੍ਹ ਕਹਿੰਦੇ ਵੀ ਪੰਜਾਬੀ ਜਿਹੜਾ ਬੋਲਦਾ ਬੰਦਾ ਦੇਸੀ ਹੈ, ਪਰ ਇਹ ਜਿਹੜੇ ਪੰਜਾਬ ਨੂੰ ਪਿਆਰ ਕਰਦੇ, ਪੰਜਾਬ ਨੂੰ ਪਿਆਰ ਕਰਦੇ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ, ਇਹ ਸਾਰੇ ਪੰਜਾਬ ਦੇ ਰਹਿਣ ਵਾਲੇ ਆ। ਇੱਕ ਵਾਰ ਪੰਜਾਬ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ, ਪੰਜਾਬੀ ਮਾਂ ਬੋਲੀ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ। ਤੁਸੀਂ ਪਿਆਰ ਕਰਦੇ ਹੋ, ਤੁਸੀਂ ਮੁਹੱਬਤ ਕਰਦੇ ਹੋ, ਦੇਖਿਓ ਪੰਜਾਬੀਓ। ਸੁੱਖ ਭਾਅ ਜੀ ਉਹਨਾਂ ਨੇ ਸ਼ੇਰ ਲਿਖਿਆ ਕਿ ਦੇਖਿਓ ਪੰਜਾਬੀਓ, ਜ਼ਮੀਰ ਚਲਾ ਜਾਵੇ ਨਾ ਬੂਹੇ ਉੱਤੋਂ, ਖਾਲੀ ਕੋਈ ਫਕੀਰ ਚਲਾ ਜਾਵੇ ਨਾ, ਹੋਰ ਵੀ ਜ਼ੁਬਾਨਾਂ ਜੀਣ ਦੁਨੀਆਂ 'ਤੇ ਜਮ ਜਮ, ਪਰ ਬੁੱਲਾ ਬਾਰਸ ਕਬੀਰ ਚਲਾ ਜਾਵੇ ਨਾ, ਅੰਗੋਹਿਣੀ ਕਰ ਦਿੱਤੀ ਕੁਝ ਨਵਿਆਂ ਲਿਖਾਰੀਆਂ, ਦੇਖਿਓ ਪੰਜਾਬੀ ਦਾ ਸਰੀਰ ਚਲਾ ਜਾਵੇ ਨਾ, ਗੈਰਾਂ ਦੀਆਂ ਬੋਲੀਆਂ ਦਾ ਪੱਲਾ ਐਵੇਂ ਫੜਦਿਆਂ ਵਿਰਸਾ ਸਾਡਾ ਅਮੀਰ ਚਲਾ ਜਾਵੇ ਨਾ। ਇਹ ਜਿਹੜਾ ਵਿਰਸਾ, ਇਹ ਜਿਹੜਾ ਸੱਭਿਆਚਾਰ ਹੈ, ਸਾਡੇ ਬਜ਼ੁਰਗਾਂ ਨੇ ਸੰਭਾਲ ਕੇ ਰੱਖਿਆ ਹੋਇਆ, ਕਿਉਂਕਿ ਗਿੱਧਾ ਭੰਗੜਾ ਬੋਲੀਆਂ ਰੂਹ ਸਾਡੀ, ਅਸੀਂ ਵਾਸੀ ਦੇਸ਼ ਪੰਜਾਬ ਦੇ ਹਾਂ, ਨੱਚ ਨੱਚ ਕੇ ਧਰਤੀ ਪੱਟ ਦਈਏ ਦੇਖਣ ਨੂੰ ਫੁੱਲ ਗੁਲਾਬ ਦੇ ਹਾਂ। ਇਹ ਗੁਲਾਬ ਦੇ ਫੁੱਲ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਜਿਹੜੇ ਬੱਚੇ ਹੈ, ਜਿਹੜੇ ਪੰਜਾਬੀ ਜ਼ੁਬਾਨ ਦੇ ਨਾਲ ਜੁੜੇ ਹੋਏ ਹੈ, ਜਿਹੜੇ ਪੰਜਾਬ ਦੀ ਮੋਹ ਮਿੱਟੀ ਦੇ ਨਾਲ ਜੁੜੇ ਹੋਏ ਹੈ, ਸਾਰਿਆਂ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਪਿਆਰ ਸਤਿਕਾਰ। ਅਤੇ ਆਓ ਅਗਲੇ ਕਲਾਮ ਜਿਹੜੇ ਤੁਹਾਡੀ ਨਜ਼ਰ ਕਰਨ। ਇੱਕ ਵਾਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ, ਜਦੋਂ ਬਾਈ ਜੀ ਪਹਿਲਾਂ ਆਏ ਸੀ ਨਾ, ਦੋ ਗਾਣੇ ਗਾਏ ਸੀ ਤਾਂ ਲੋਹੀ ਉਦੋਂ ਵੀ ਲਾ ਲਈ ਸੀ, ਅਤੇ ਉਦੋਂ ਬਾਰਿਸ਼ ਕਾਫੀ ਆਈ, ਅਤੇ ਇਸ ਕਰਕੇ ਦੁਬਾਰੇ ਜਿਹੜਾ ਉਹ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਕਿ ਬਾਈ ਜੀ ਨੂੰ ਦੁਬਾਰਾ ਬੁਲਾਈਏ, ਤਾਂ ਮੈਂ ਭਾਅ ਜੀ ਦੀ ਸੱਚੇ ਦਿਲੋਂ ਬਹੁਤ ਰਿਸਪੈਕਟ ਕਰਦਾ। ਇਹ ਜ਼ਰੂਰੀ ਨਹੀਂ ਮਾਇਕ 'ਤੇ ਖੜ ਕੇ ਮੈਂ ਆਪਣੀ ਤਾਰੀਫ ਆਪ ਕਰਾਂ, ਵੀ ਮੈਂ ਬਹੁਤ ਵੱਡਾ ਅਨਾਊਂਸਰ ਹਾਂ ਜੀ, ਮੇਰੇ ਵਰਗਾ ਕੋਈ ਹੈ ਨਹੀਂ ਹੈ, ਮੈਂ ਸਭ ਤੋਂ ਛੋਟਾ ਅਨਾਊਂਸਰ ਹੈ, ਅਤੇ ਜਿਹੜੇ ਇਹਨਾਂ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਹਾਂ, ਔਰ ਬਾਈ ਜੀ ਦੀ ਬਹੁਤ ਰਿਸਪੈਕਟ ਕਰਦੇ ਹਾਂ ਅਸੀਂ, ਇਸ ਕਰਕੇ ਇਹਨਾਂ ਨੂੰ ਦੁਬਾਰੇ ਬੁਲਾਇਆ, ਅਤੇ ਜਿਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਜਿਹੜਾ ਸੰਘਰਸ਼ ਚੱਲਿਆ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਇੱਕ ਵਾਰ ਮੈਂ ਬੇਨਤੀ ਕਰੂੰਗਾ ਕਿ ਸਾਰੇ ਜਣੇ ਬਾਈ ਜੀ ਦੇ ਪਿਆਰ ਲਈ ਜ਼ੋਰਦਾਰ ਤਾੜੀਆਂ ਵਜਾ ਦਿਓ, ਇਹਨਾਂ ਦੇ ਪਿਆਰ ਲਈ, ਇਹਨਾਂ ਦੀ ਸਾਦਗੀ ਲਈ ਜ਼ੋਰਦਾਰ ਤਾੜੀਆਂ ਵਜਾ ਦਿਓ। ਬਹੁਤ ਬਹੁਤ ਸ਼ੁਕਰੀਆ। ਮਾਣ ਬਾਈ ਪਾਣੀ ਦੀ ਗੱਲ ਕਰਕੇ ਗਿਆ, ਮੈਂ ਕਿਉਂ ਹਟ ਗਈ ਆ ਮਿੱਟੀ ਦੇ ਗੁਲਾਬ ਚੋਂ, ਹਾਂਜੀ ਇੱਕ ਮਿੰਟ ਉਰੇ ਆਓ, ਉਰੇ ਆਓ ਯਾਰ, ਦੇ ਦੇ ਕੁਛ ਸੋਨੂੰ, ਸੋਨੂੰ ਪ੍ਰਾਹੁਣੇ ਆਏ ਆ, ਖੜੋ ਇੱਕ ਮਿੰਟ। ਚੱਲ ਜਾ ਹੁਣ ਚੀਜ਼ੀ ਲੈ ਲਈ ਦੀ, ਅੱਛਾ ਦੇਖ ਲਓ ਬਾਈ ਜੀ, ਇਹ ਰੱਬ ਦਾ ਰੂਪ ਹੁੰਦੇ, ਉਹਨੂੰ ਇਹ ਨਹੀਂ ਪਤਾ 500 ਆ, ਉਹ ਸਮਝੀ ਉਹਦਾ ਠੀਕ ਆ, 2-4 ਰੁਪਈਏ ਹੋਣੇ। ਬੱਚੇ ਕਹਿੰਦੇ ਹੀ ਹੁਣ ਜਿਹੜੇ ਬਚੇ ਹੋਏ ਆ, ਔਰ ਆ ਸਾਰੇ ਕਾਸੇ ਤੋਂ ਬਚੇ ਹੋਏ ਆਏ, ਇਹਨੂੰ ਨਾ ਤਾਂ ਇਹ ਪਤਾ ਵੀ ਆਹ ਆਹ ਜਮੂਰਾ ਕੌਣ ਹੈ, ਮੈਂ ਸ਼ਰਤ ਲਾ ਕੇ ਕਹਿੰਦਾ ਜਿਹਨੂੰ ਪਤਾ ਹੋਵੇ ਮੈਂ ਕੌਣ ਹੈ, ਇਹ ਤਾਂ ਜਾਂ ਤਾਂ ਇਹਦੇ ਮਾਤਾ ਜੀ ਨੇ ਜਾਂ ਪਾਪਾ ਜੀ ਨੇ ਫੜਾਤੇ, ਵੀ ਜਾ ਉਹਦਾ ਮੱਥਾ ਡੰਮਿਆ ਹੋਏ, ਇਹਨੂੰ ਕੋਈ ਮਤਲਬ ਨਹੀਂ ਹੈ, ਕਹਿੰਦਾ ਤੂੰ ਕੰਮ ਕਰਾਉਂਦਾ ਵੀ ਮੈਂ ਤਾਂ ਠੀਕ ਹਾਂ,
ਉਧਰ ਮੇਰੀ ਸਕੀਰੀ ਥੋੜੀ ਜਿਹੀ ਨੇੜੇ ਦੀ ਆ ਮੰਮੀ ਪਾਪਾ ਮੇਰੇ, ਮੈਂ ਤਾਂ ਆ ਗਿਆ ਤੈਨੂੰ, ਆਈ ਡੋਂਟ ਕੇਅਰ ਬ੍ਰਦਰ। ਮੈਂ ਕਿਉਂ ਹਟ ਗਈ ਆ ਮਿੱਟੀ ਦੇ ਗੁਲਾਬ ਚੋਂ, ਵਰੀ ਰਾਏ ਰੁੱਸ ਗਈਆਂ ਬਾਰਿਸ਼ਾਂ ਪੰਜਾਬ ਤੋਂ, ਇਹ ਬਾਰਿਸ਼ਾਂ ਪੰਜਾਬ ਤੋਂ। ਬਾਬੇ ਨਾਨਕ ਨੇ ਦਿੱਤੀਆਂ ਸੀ ਜ਼ਿੰਮੇਵਾਰੀਆਂ, ਚੱਪ ਜੀ ਚ ਦੱਸੀਆਂ ਨੇ ਕੀ ਕੀ ਆਉਂਦੇ ਦਾਰੀਆਂ, ਵੇ ਕੀ ਕੀ ਆਉਂਦੇ ਦਾਰੀਆਂ। ਧਰਤੀ ਨੂੰ ਮਾਂ ਕਿਹਾ ਤੇ ਪਾਣੀ ਨੂੰ ਪਿਤਾ ਕਿਹਾ, ਧਰਤੀ ਨੂੰ ਮਾਂ ਕਿਹਾ ਤੇ ਪਾਣੀ ਨੂੰ ਪਿਤਾ ਕਿਹਾ। ਆਖਿਆ ਏ ਪਾਉਣਾ ਨੂੰ ਖੁਦਾ, ਓਏ ਪੰਜਾਬੀ ਜੋ, ਆਖਿਆ ਏ ਪਾਉਣਾ ਨੂੰ ਖੁਦਾ, ਭੁੱਲਿਓ ਨਾ ਬਾਬੇ ਦਾ ਕਿਹਾ। ਓਏ ਪੰਜਾਬੀਓ, ਭੁੱਲਿਓ ਨਾ ਬਾਬੇ ਦਾ ਕਿਹਾ, ਭੁੱਲਿਓ ਨਾ ਬਾਬੇ ਦਾ ਕਿਹਾ। ਓਏ ਪੰਜਾਬੀਓ, ਭੁੱਲਿਓ ਨਾ ਬਾਬੇ ਦਾ ਕਿਹਾ। ਰੁੱਖ ਬੜੇ ਲਾਜ਼ਮੀ ਨੇ ਸਾਵਾਂ ਉੱਤੇ ਛਾਵਾਂ ਲਈ, ਜਿਵੇਂ ਹੁੰਦੇ ਲਾਜ਼ਮੀ ਨੇ ਉਹ ਧੀਆਂ ਪੁੱਤ ਮਾਵਾਂ ਲਈ। ਰੁੱਖ ਬੜੇ ਲਾਜ਼ਮੀ ਨੇ ਸਾਵਾਂ ਉੱਤੇ ਛਾਵਾਂ ਲਈ, ਜਿਵੇਂ ਹੁੰਦੇ ਲਾਜ਼ਮੀ ਨੇ ਉਹ ਧੀਆਂ ਪੁੱਤ ਮਾਵਾਂ ਲਈ। ਬਾਕੀ ਤਾਂ ਤੁਸੀਂ ਸਿਆਣੇ ਹੋ, ਬਾਕੀ ਤਾਂ ਤੁਸੀਂ ਸਿਆਣੇ ਹੋ, ਉਹ ਮੈਂ ਪੂਰਾ ਆਪਣਾ ਫਰਜ਼ ਕਰਾਂ। ਦੋ ਦੋ ਹੱਥਾਂ ਵਾਲਿਓ ਤੁਹਾਨੂੰ ਇੱਕ ਬੂਟੇ ਦੀ ਅਰਜ਼ ਕਰਾਂ, ਦੋ ਦੋ ਹੱਥਾਂ ਵਾਲਿਓ। ਓ ਸਰਦਾਰਾ, ਰੁੱਖ ਬੜੇ ਲਾਜ਼ਮੀ ਨੇ, ਗੱਲ ਸੁਣ ਪਹਿਲਾਂ, ਰੁੱਖ ਬੜੇ ਲਾਜ਼ਮੀ ਨੇ ਸਾਵਾਂ ਅਤੇ ਛਾਵਾਂ ਲਈ, ਜਿਵੇਂ ਹੁੰਦੇ ਲਾਜ਼ਮੀ ਨੇ ਧੀਆਂ ਪੁੱਤ ਮਾਵਾਂ ਲਈ। ਬਾਕੀ ਤਾਂ ਤੁਸੀਂ ਸੁਣਦਾ ਫਿਰ ਨਹੀਂ, ਜਿਹੜਾ ਫੋਟੋ ਫੂਟੋ ਵਾਲਾ ਕੰਮ ਹੈ ਨਾ, ਵੀਡੀਓ ਵਾਲਾ ਕੰਮ ਹੈ, ਉਹ ਤਾਂ ਕਿਸੇ ਸੋਹਣੇ ਜਿਹੇ ਬੰਦੇ ਨਾਲ ਕਰਾਈ। ਮੇਰੇ ਨਾਲ ਤੈਨੂੰ ਐਂ ਨਹੀਂ ਲੱਗਦਾ ਵੀ ਬੱਕਰੀਆਂ ਚਾਰਦਾ ਚਾਰਦਾ ਪਾ ਕੇ ਗਾਉਣ ਆ ਗਿਆ। ਬਾਕੀ ਤਾਂ ਤੁਸੀਂ ਉਹ ਸਿਆਣੇ ਹੋ, ਬਾਕੀ ਤਾਂ ਤੁਸੀਂ ਸਿਆਣੇ ਹੋ, ਮੈਂ ਪੂਰਾ ਆਪਣਾ ਫਰਜ਼ ਕਰਾਂ। ਦੋ ਦੋ ਹੱਥਾਂ ਵਾਲਿਓ ਉਹ ਤੁਹਾਨੂੰ ਇੱਕ ਬੂਟੇ ਦੀ ਅਰਜ਼ ਕਰਾਂ, ਦੋ ਦੋ ਹੱਥਾਂ ਵਾਲਿਓ ਉਹ ਤੁਹਾਨੂੰ ਇੱਕ ਬੂਟੇ ਦੀ। ਇੱਕ ਇੱਕ ਬੂਟਾ ਜ਼ਰੂਰ ਲਾਇਓ ਨੌਜਵਾਨ ਭਰਾ ਮੇਰੇ, ਸਾਡੀਆਂ ਕੁੜੀਆਂ ਬੈਠੀਆਂ, ਤੁਹਾਡੇ 'ਚ ਸ਼ਕਤੀ ਆ, ਬਾਲਾ ਤੁਹਾਡੇ 'ਚ। ਇੱਕ ਇੱਕ ਬੂਟਾ ਮੇਰੀਆਂ ਭੈਣਾਂ, ਮੇਰੇ ਵੀਰ, ਤੁਸੀਂ ਸਾਰੇ ਜ਼ਰੂਰ ਲਾਇਓ ਹੋਏ। ਮਸਤ ਬਣਾ ਦੇਣਗੇ ਬੀਬਾ, ਆ ਜਾਓ ਤਾੜੀ ਤਾਂ ਮਾਰ ਲਓ ਨਾਲ ਨਾਲ ਵੇਲੀਆਂ। ਮਸਤ ਬਣਾ ਦੇਣਗੇ ਬੀਬਾ, ਨੱਚਣ ਲਾ ਦੇਣਗੇ ਬੀਬਾ, ਉਹ ਨਾ ਜਾਈ ਮਸਤਾਂ ਦੇ, ਨਾ ਜਾਈ ਮਸਤਾਂ ਦੇ,
ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਗੇ ਬੀਬਾ ਮਸਤ ਬਣਾ ਦੇਣ ਗੇ ਬੀਬਾ ਨੱਚਣ ਲਾ ਦੇਣ ਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣ ਗੇ ਬੀਬਾ ਉਹ ਨਾ ਜਾਈ ਮਸਤਾਂ ਦੇ ਵੇੜੇ ਦੁਨੀਆਦਾਰੀ ਨੀ ਭੁੱਲ ਜਾਏਗੀ ਦੁਨੀਆਦਾਰੀ ਨੀ ਐਸੀ ਮਸਤਾਂ ਦੀ ਯਾਰੀ ਭੁੱਲ ਜਾਏਗੀ ਦੁਨੀਆਦਾਰੀ ਜਦੋਂ ਚੜ੍ਹ ਗਈ ਮਸਤੀ ਭਾਰੀ ਤੇਰੀ ਹਸਤੀ ਮਿੱਟ ਜਾਊ ਸਾਰੀ ਨੀ ਇਹਨਾਂ ਇੱਕੋ ਹੀ ਕੁੱਟ ਪਿਆਉਣੀ ਇੱਕੋ ਹੀ ਕੁੱਟ ਪਿਆਉਣੀ ਸਾਰਨੇ ਇੱਕੋ ਹੀ ਕੁੱਟ ਪਿਆਉਣੀ ਹੋ ਛੁੜਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਨਾ ਜਾਈ ਮਸਤਾਂ ਦੇ ਵੇੜੇ ਨਾ ਜਾਈ ਮਸਤਾਂ ਦੇ ਵੇੜੇ ਬਿਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮਾਹੀ ਮੇਰਾ ਮੈਨੂੰ ਭੇਦ ਨੀ ਦੱਸਦਾ ਮਾਹੀ ਮੇਰਾ ਮੈਨੂੰ ਭੇਦ ਨੀ ਦੱਸਦਾ ਗੱਲਾਂ ਕਰਦਾ ਪਰਲੇ ਪਾਰ ਦੀਆਂ ਨੱਚਣਾ ਆ ਜਾ ਇਹਨੂੰ ਉੱਪਰ ਚੜਾ ਦੇ ਉੱਪਰ ਆ ਜਾ ਤਾਂ ਆ ਜਾ ਇੱਥੇ ਚੜਾ ਦੇ ਚੱਕ ਕੇ ਚੜਾ ਦੇ ਇਹ ਤਾਂ ਪੂਰੇ ਮੂਡ 'ਚ ਆਇਆ
ਮਾਹੀ ਮੇਰਾ ਮੈਨੂੰ ਭੇਦ ਨਹੀਂ ਦੱਸਦਾ, ਮਾਹੀ ਮੇਰਾ ਮੈਨੂੰ ਭੇਦ ਨਹੀਂ ਦੱਸਦਾ, ਉਹ ਗੱਲਾਂ ਕਰਦਾ ਪਰਲੇ ਪਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ ਯਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ ਯਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ ਯਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ, ਕਿਸੇ ਨੂੰ ਰੰਗਪੁਰ ਖੇੜੇ, ਤਖਤ ਹਜ਼ਾਰਾ ਵੱਡ ਵੱਡ ਖਾਵੇ ਕਿਸੇ ਨੂੰ ਰੰਗਪੁਰ ਖੇੜੇ, ਇਸ ਇਸ਼ਕ ਦੇ ਰੋਗੀ ਨੀ ਮੈਂ ਦੱਸਾਂ ਕਿਹੜੇ ਕਿਹੜੇ ਨੀ, ਇਸ਼ਕ ਦੇ ਰੋਗੀ ਨੀ ਮੈਂ ਦੱਸਾਂ ਕਿਹੜੇ ਕਿਹੜੇ ਨੀ, ਤਖਤ ਹਜ਼ਾਰਾ ਤਖਤ ਹਜ਼ਾਰਾ ਵੱਡ ਵੱਡ ਖਾਵੇ ਕਿਸੇ ਨੂੰ ਰੰਗਪੁਰ ਖੇੜੇ, ਇਸ ਇਸ਼ਕ ਦੇ ਰੋਗੀ ਨੀ ਮੈਂ ਦੱਸਾਂ ਕਿਹੜੇ ਕਿਹੜੇ ਨੀ, ਕੋਈ ਵੈਦ ਹਟਾ ਨਹੀਂ ਸਕਦਾ, ਕੋਈ ਵੈਦ ਹਟਾ ਨਹੀਂ ਸਕਦਾ, ਕੋਈ ਵੈਦ ਹਟਾ ਨਹੀਂ ਸਕਦਾ, ਪੀੜਾ ਇਸ ਬਿਮਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ ਯਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰਮਜ਼ਾ, ਸਾਰਿਆਂ ਦਾ ਹੀ ਹੈ, ਸਾਰੇ ਹੀ ਖਿਆਲ ਰੱਖਿਓ ਫਿਰ ਇਹਦਾ, ਜਿੱਦਾਂ ਦਾ ਮੈਨੂੰ ਇਹ ਦੀਦਾ ਨਾ, ਜਿੱਦਾਂ ਦੇ ਇਹਦੇ ਦਰਸ਼ਨ ਹੋ ਰਹੇ ਹੈ, ਸੋ ਇਹਨਾਂ ਛੜਿਆਂ ਦਾ ਕੁਛ ਨਹੀਂ ਜਾਣਾ, ਇਹਨਾਂ ਨਹੀਂ ਬਾਹਲਾ ਧਿਆਨ ਦੇਈ, ਇਹਨਾਂ ਦਾ ਤਾਂ ਉਹ ਕੰਮ ਹੈ ਖੇਡਾਂ ਖੇਡ ਕੇ ਫਕੀਰ ਸੱਪੇ ਨਾਲ ਦੇ, ਅਸੀਂ ਆਪਣੀ ਗਵਾਚੇ ਕਿੱਥੋਂ ਭਾਲਦੇ, ਖੇਡਾਂ ਖੇਡ ਕੇ ਫਕੀਰ ਸੱਪੇ ਨਾਲ ਦੇ, ਅਸੀਂ ਆਪਣੀ ਗਵਾਚੇ ਕਿੱਥੋਂ ਭਾਲਦੇ, ਅਸੀਂ ਆਪਣੀ ਗਵਾਚੇ ਕਿੱਥੋਂ ਭਾਲਦੇ, ਆਪਣੀ ਗਵਾਚੇ ਕਿੱਥੋਂ ਭਾਲਦੇ, ਤਾਈਓ ਅਸੀਂ ਹੱਥ ਹੀ ਮਲੇ, ਯਾਰਾਂ ਵਾਲੀਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੇ, ਯਾਰਾਂ ਵਾਲੀਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੇ, ਖੇਡਾਂ ਖੇਡ ਕੇ ਫਕੀਰ ਸੱਪੇ ਨਾਲ ਦੇ,
ਆਪ ਨੀ ਗਵਾਚੇ ਕਿੱਥੋਂ ਭਾਲਦੇ, ਆਪ ਨੀ ਗਵਾਚੇ ਕਿੱਥੋਂ ਭਾਲਦੇ, ਆਪ ਨੀ ਗਵਾਚੇ ਕਿੱਥੋਂ ਭਾਲਦੇ, ਤਾਈਓ ਅਸੀਂ ਹੱਥੀ ਮਲੇ ਯਾਰਾਂ ਵਾਲੀਆਂ, ਯਾਰਾਂ ਵਾਲੀਆਂ, ਯਾਰਾਂ ਵਾਲੀਆਂ, ਯਾਰਾਂ ਵਾਲੀਆਂ, ਯਾਰਾਂ ਵਾਲੀਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗਣਾ ਬੜੇ ਮਮੂਲੀ, ਸੋਚ ਸਮਝ ਕੇ ਲਾਜੋ ਅੱਖੀਆਂ ਇਹ ਨਾ ਖੇਲ ਮਮੂਲੀ, ਕਿਸੇ ਦੀ ਪੁੱਠੀ ਥੱਲ ਲਵਾਵੇ ਕਿਸੇ ਚੜਾਵੇ ਸੂਲੀ, ਓਏ ਕਿਸੇ ਦੀ ਪੁੱਠੀ ਥੱਲ ਲਵਾਵੇ ਕਿਸੇ ਚੜਾਵੇ ਸੂਲੀ, ਓਏ ਕਿਸੇ ਦੀ ਪੁੱਠੀ ਥੱਲ ਲਵਾਵੇ ਕਿਸੇ ਚੜਾਵੇ ਸੂਲੀ, ਸੋਚ ਸਮਝ ਕੇ ਸੋਚ, ਜਾਣਦਾ ਨੀ ਜਾਣਾ ਤਾਂ ਨੀ, ਹਾਂ ਤੁਸੀਂ ਕਿਉਂ ਇਹ ਵੈਸੇ ਕਿਹਦੀ ਪ੍ਰੋਡਕਸ਼ਨ ਹੈ, ਇਹ ਪ੍ਰੋਡਕਸ਼ਨ ਕਿਹਦੀ ਹੈ, ਸੋਚ ਸਮਝ ਕੇ ਲਾਇਓ ਅੱਖੀਆਂ ਇਹ ਨਾ ਖੇਲ ਮਮੂਲੀ, ਸੋਚ ਸਮਝ ਕੇ ਲਾਇਓ ਅੱਖੀਆਂ ਇਹ ਨਾ ਖੇਲ ਮਮੂਲੀ, ਕਿਸੇ ਦੀ ਪੁੱਠੀ ਖੱਲ ਲਵਾਵੇ ਕਿਸੇ ਚੜਾਵੇ ਸੂਲੀ, ਓਏ ਖੱਲ ਲਵਾਵੇ ਕਿਸੇ ਚੜਾਵੇ ਸੂਲੀ, ਓਏ ਕਿਸੇ ਦੀ ਪੁੱਠੀ ਖੱਲ ਲਵਾਵੇ ਕਿਸੇ ਚੜਾਵੇ ਸੂਲੀ, ਦੀਦ ਨਜ਼ਾਰੇ ਬਾਚੋ ਅੱਖੀਆਂ, ਨਜ਼ਾਰੇ ਬਾਚੋ ਅੱਖੀਆਂ, ਦੀਦ ਨਜ਼ਾਰੇ ਬਾਚੋ ਅੱਖੀਆਂ, ਰੋ ਰੋ ਕਰ ਗੁਜ਼ਾਰਦੀਆਂ ਮੈਂ ਕਮਲੀ ਕੀ ਜਾਣਾ ਨੀ ਰੱਬ ਦਾ ਯਾਰ ਦੀਆਂ, ਮੈਂ ਕਮਲੀ ਕੀ ਜਾਣਾ ਨੀ ਰੱਬ ਦਾ, 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 ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਮੁੜਨਾ ਲੱਥਣੇ ਐਸੇ ਰੰਗ ਚੜਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ, ਨਾ ਜਾਈ ਮਸਤਾਂ ਦੇ ਵੇੜੇ ਬਣਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵੇੜੇ ਬਣਾ ਦੇਣਗੇ ਬੀਬਾ, ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ, ਬੜੀ ਮਿਹਰਬਾਨੀ।
ਤੁਹਾਡੀ ਵੀ ਬਹੁਤ ਮਿਹਰਬਾਨੀ। ਆ ਜਾਓ ਅਗਲਾ ਕਲਾਮ। ਆ ਗਿਆ, ਲਓ ਹੀ ਲਾਉਣੇ ਆ। ਦੂਜਾ ਗਲਾ ਰੱਖ ਲਈ ਬਾਬੇ। ਪਾਸੇ ਹੋਈ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਏ ਹੋ ਦੇ ਵਿੱਚ, ਬਹੁਤ ਮੈਂ ਤੁਹਾਡਾ ਬਹੁਤ ਫੈਨ ਹਾਂ। ਸ਼ੁਕਰੀਆ ਬਾਬਾ, ਓਕੇ ਜੀ, ਕੱਕ ਛੱਡ ਦਿਓ, ਛੱਡ ਦੀ ਨਾ ਬਾਬਾ, ਛੱਡ ਦੀ। ਅਗਲਾ ਕਲਾਮ ਤੁਹਾਡੀ ਨਜ਼ਰ ਕਰਨ ਲੱਗਿਆ। ਕਿ ਤੁਸੀਂ ਸਾਡੀ ਕੌਮ ਦੇ ਲੈ ਸੁਣ ਲਿਓ ਭਾਈ, ਨਗਰਾਂ ਵਾਲਿਓ, ਖੇੜਿਆਂ ਵਾਲਿਓ, ਕਿ ਤੁਸੀਂ ਸਾਡੀ ਕੌਮ ਦੇ ਖਿਲਾਫ ਚੱਲ ਰਹੇ ਹੋ ਜੀ, ਪੈਰਾਂ ਹੇਠਾਂ ਲੈ ਕੇ ਇਨਸਾਫ ਚੱਲ ਰਹੇ ਹੋ, ਹੱਥ ਕਾਹਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਹੱਥ ਕਾਹਤੋਂ ਘੁੱਟਦੇ ਹੋ, ਡਰ ਕਿਹੜੀ ਗੱਲ ਦਾ, ਅਸੀਂ ਕਿਹੜਾ ਥੋਥੋਂ ਬਾਦਸ਼ਾਹੀ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਚਾਹੀਦਾ ਜਵਾਬ, ਮੁੰਡਿਓ ਸੁਣਿਓ, ਚਾਹੀਦਾ ਜਵਾਬ, ਤੁਸੀਂ ਭੱਜੋ ਨਾ ਸਵਾਲ ਤੋਂ, ਚਾਹੀਦਾ ਜਵਾਬ, ਤੁਸੀਂ ਭੱਜੋ ਨਾ ਸਵਾਲ ਤੋਂ, ਜਦੋਂ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ, ਯੋਧਿਆਂ ਨੂੰ ਸਜ਼ਾ 14 ਸਾਲ ਦੀ ਤੇ ਕਿਉਂ ਕੈਦ 26 ਸਾਲ ਤੋਂ, ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ, ਜਿੰਨਾ ਸਾਡੀ ਪਿੱਠੀ ਉੱਤੇ ਅੱਤਵਾਦ ਲਿਖਿਆ, ਉਹ ਮਾੜਿਆਂ ਖਿਆਲਾਂ ਦੀ ਸਫਾਈ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ। ਜਾਣਦੇ ਨਹੀਂ ਤੁਸੀਂ ਉਹ ਮੁੰਡਿਓ, ਜਾਣਦੇ ਨਹੀਂ ਤੁਸੀਂ ਸਾਡੇ ਕੀ ਬੀਤੀ ਹੋਈ ਹੈ,
ਜਾਣਦੇ ਨਹੀਂ ਤੁਸੀਂ ਸਾਡੇ ਉਹ ਕੀ ਬੀਤੀ ਹੋਈ ਹੈ। ਉਹ ਸਾਡੇ ਨਾਲ ਮੁੱਢ ਤੋਂ ਰਾਜਨੀਤੀ ਹੋਈ ਹੈ, ਰਾਜਨੀਤੀ ਹੋਈ। ਅਸੀਂ ਕਦੋਂ ਆਖਿਆ ਹੈ ਫੈਸਲੇ ਨਜਾਇਜ਼ ਕਰੋ, ਅਸੀਂ ਕਦੋਂ ਆਖਿਆ ਹੈ ਫੈਸਲੇ ਨਜਾਇਜ਼ ਕਰੋ। ਉਹ ਜਾਇਜ਼ ਗੱਲ ਆਖੀ ਹੈ ਤੇ ਆਹੀ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਰਿਹਾਈ ਮੰਗ ਰਹੇ ਹਾਂ, ਰਿਹਾਈ ਮੰਗ ਰਹੇ। ਔਰ ਪੰਜਾਬ ਵਾਲਿਓ, ਗਵਈਏ ਦਾ ਇੱਕ ਸਵਾਲ ਹੈ ਤੁਹਾਨੂੰ ਵੀ ਤੇ ਆਪਣੇ ਆਪ ਨੂੰ ਵੀ। ਹੁਣ ਫਿਰ ਉਦੋਂ ਬੋਲੇਗਾ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਓਏ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਗੱਜ ਗਾ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਓਏ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ। ਹੁਣ ਫਿਰ ਉਦੋਂ ਬੋਲੇਗਾ, ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਬਣ ਕੇ, ਓ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ। ਨਸ਼ਿਆਂ ਤੇ ਲਾ ਗਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ, ਪੁੱਤ ਨਸ਼ਿਆਂ ਤੇ ਲਾ ਗਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ। ਨਿਆਣੇ ਬਾਹਰ ਨੂੰ ਤੁਰ ਪਏ ਨੇ, ਧੀਆਂ ਪੁੱਤ ਬਾਹਰ ਨੂੰ ਤੁਰ ਪਏ, ਨਿਆਣੇ ਬਾਹਰ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਘਰਾਂ ਨੂੰ ਚੜ ਕੇ, ਓ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ, ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ। ਕਹਿੰਦੇ ਆ ਨਾ
ਆ ਜਿਹੜੀਆਂ ਬੈਠੀਆਂ ਸਾਡੀਆਂ ਮਾਵਾਂ ਤੇ ਭੈਣਾਂ, ਅਸੀਂ ਮਾਣ ਨਾਲ ਕਹਿੰਦੇ ਆ ਮਾਈ ਭਾਗੋ ਦੀਆਂ ਵਾਰਸਾਂ ਬੈਠੀਆਂ, ਮਾਈ ਭਾਗੋ ਦੀਆਂ ਵਾਰਸਾਂ। ਮਾਰੋ ਖਿੱਚ ਕੇ ਤਾੜੀ, ਆਸ ਰੱਖਦੇ ਹਾਂ ਤੁਹਾਡੇ ਤੋਂ ਕਿ ਪੰਜਾਬ ਨੂੰ ਸੋਹਣਾ ਬਣਾਉਣ ਲਈ, ਪੰਜਾਬ ਦੇ ਵਿਗੜੇ ਹੋਏ ਮਸਲਿਆਂ ਨੂੰ ਸੁਲਝਾਉਣ ਲਈ ਅਸੀਂ ਖੜਾਂਗੇ ਸਾਰੇ। ਕੋ ਇਕੱਲਾ ਬੰਦਿਆਂ ਨੂੰ ਲਿਖ ਕੇ ਨਹੀਂ ਦਿੱਤਾ, ਦਿੱਲੀ ਦਾ ਮੋਰਚਾ ਵੀ ਤੁਸੀਂ ਨਾਲ ਸੀ ਤਾਂ ਜਿੱਤੇ ਆ, ਕੋਈ ਓਲਾ ਨਹੀਂ। ਜੇ ਇੱਕ ਸਾਲ ਉੱਥੇ ਬਾਬੇ ਬੈਠੇ ਆ, ਇੱਕ ਸਾਲ ਹੀ ਨਾਲ ਬੀਬੀਆਂ ਬੈਠੀਆਂ। ਇਸ ਕਰਕੇ ਮਤ ਸਮਝਣਾ ਵੀ ਇਕੱਲੀ ਆਹ ਕਲਾਸ ਦਾ ਕੰਮ ਹੈ। ਆਪਦੇ ਆਪਦੇ ਹੱਕਾਂ ਤੇ ਪਹਿਰਾ ਦਿਓ। ਤਾੜੀ ਹਮੇਸ਼ਾ ਕਹਿੰਦਾ ਨਾ ਮੈਂ ਦੋ ਹੱਥਾਂ ਨਾਲ ਵੱਜਦੀ ਆ। ਇਕੱਲੇ ਨਾਲ ਨਹੀਂ ਵੱਜਦੀ, ਇਹ ਦੋ ਹੱਥ ਪਤਾ ਕਿਹਦੇ ਆ, ਇੱਕ ਸਰਕਾਰ ਦਾ ਇੱਕ ਆਪਣਾ ਹੈ, ਔਰ ਆਪਣੇ ਵਾਲਾ ਹੱਥ ਨਿੱਗਰਾ ਹੈ, ਇਹਦਾ ਖੜਕਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਸਰਕਾਰਾਂ ਨੂੰ ਆਪਦੇ ਕੰਮ ਕਰਨ ਦਿਓ, ਜਿਹੜੇ ਆਪਣੇ ਕਰਨ ਵਾਲੇ ਆ ਉਹ ਕਰੋ, ਨਹੀਂ ਤਾਂ 5 ਸਾਲਾਂ ਬਾਅਦ ਇਹਨਾਂ ਨੂੰ ਵੀ ਕੋਸੋਂਗੇ ਜੀ ਵੀ ਕੁਛ ਨਹੀਂ ਹੋਇਆ। ਸਵਾਦ ਅੱਜ ਤਾਂ ਜੇ ਮੋਢੇ ਨਾਲ ਮੋਢਾ ਲਾ ਕੇ ਖੜੀਏ ਵੀ ਚਲੋ ਤੋਰੋ ਪੰਜਾਬ ਨੂੰ, ਪਰ ਰੋਜ਼ ਪੋਤਲੇ ਫਰੋਲਣ ਨਾਲੋਂ, ਨਿੰਦਿਆ ਚੁਗਲੀਆਂ ਨਾਲੋਂ, ਆ ਫੇਸਬੁੱਕਾਂ ਯੂਟਿਊਬਾਂ 'ਤੇ 10-10 ਘੰਟੇ ਵੇਸਟ ਕਰਨ ਨਾਲੋਂ ਚੰਗਾ ਪੰਜਾਬ 'ਤੇ ਧਿਆਨ ਦਈਏ, ਆਪਦੇ ਪਰਿਵਾਰਾਂ 'ਤੇ ਧਿਆਨ ਦਈਏ। ਇਹ ਕਰਨ ਦਾ ਵੇਲਾ, ਕੰਮ ਗੱਲਾਂ ਨਹੀਂ। ਗੱਲਾਂ ਤਾਂ ਸਾਡੇ ਵਰਗਿਆਂ ਦੇ ਹਿੱਸੇ ਆਈਆਂ, ਸਾਡੇ ਇਮਤਿਹਾਨ ਹੋ ਰਹੇ ਆ। ਨਿਆਣੇ ਬਾਹਰ ਨੂੰ ਤੁਰ ਪਏ ਖੇੜੇ ਵਾਲੇ, ਉਹ 25 ਲੱਖ ਫਾਈਲ ਲੱਗੀ ਵੀ ਆ, 25 ਲੱਖ ਇਕੱਲੇ ਕਨੇਡਾ ਦੀ, ਸੁਣ ਲਿਓ, 25 ਲੱਖ ਫਾਈਲ ਇਕੱਲੇ ਕਨੇਡਾ ਦੀ। ਕੀ ਕਰੀਏ, ਉਹਨਾਂ ਨੂੰ ਰੋਕ ਲਈਏ? ਜੇ ਅਗਲੇ ਨੂੰ ਕਹੀਦਾ ਨਾ ਵੀ ਕੀ ਕਿਉਂ ਚੱਲਿਆ, ਮੂਹਰੋਂ ਦੱਸ ਸੁਣਾਉਂਦਾ ਮੇਰਾ ਪਿਓ ਕਰਜਾਈ ਹੈ ਤਾਂ ਚੱਲਿਆ, ਘਰੇ 3 ਭੈਣਾਂ ਨੇ ਕੋਠੇ ਜਿਹੜੀਆਂ ਹੋਈਆਂ ਪਈਆਂ, ਵਿਆਹਣੀਆਂ, ਮੁੰਡੇ ਵਾਲੇ ਦਾਜ ਮੰਗਦੇ ਆ ਤਾਂ ਚੱਲਿਆ, ਮਾਂ ਬਿਮਾਰ ਪਈ ਆ ਘਰੇ, ਕੈਂਸਰ ਹੈ, ਉਹਦਾ ਇਲਾਜ ਕਰਾਉਣਾ ਹੈ ਤਾਂ ਚੱਲਿਆ, ਕਿਹੜੇ ਹੱਕ ਨਾ ਮੋੜਾਂ। ਸੋ ਇਸ ਕਰਕੇ ਜਿੰਨੇ ਗਰਕੇ ਪਏ ਆ, 70-75 ਸਾਲਾਂ ਦੀ ਬਰਬਾਦੀ ਆ, ਆਬਾਦ ਹੋਣ ਨੂੰ 15-20 ਸਾਲ ਲੱਗਣਗੇ, ਪਰ ਜੇ ਆਪਾਂ ਸਾਰੇ ਨਾਲ ਖੜ ਗਏ, ਜੇ ਪਾਸੇ ਬਹਿ ਕੇ ਮੇਲਾ ਵੇਖੀ ਗਏ, ਉਹਨੇ ਐਂ ਕਰਤਾ, ਉਹਨੇ ਐਂ, ਬਾਬਾ ਜੀ ਕਾ ਠੁੱਲੂ ਹੈ ਵਜਾਈ ਜਾਇਓ। ਇਸ ਕਰਕੇ ਮਤ ਸਮਝਣਾ, ਕੋਈ ਅਮੀਰ ਬੈਠਾ ਕੋਈ ਗਰੀਬ ਨਾ, ਮਤ ਸਮਝ ਲਿਓ ਕੋਈ ਜੱਟ ਬੈਠਾ ਕੋਈ ਮਜ਼ਬੀ ਬੈਠਾ ਚੁਮਿਆਰ, ਨਾ ਨਾ ਬਾਬਾ, ਇਹ ਗੇਮ ਹੀ ਨਹੀਂ ਹੈ, ਗੇਮ ਹੀ ਬੰਦੇ ਦੀ ਹੈ। ਸੋ ਤਕੜੇ ਹੋ ਕੇ ਰਹੋ, ਇੰਨਾ ਸੋਹਣਾ ਬਣਾ ਦਿਓ ਇਸ ਮੁਲਕ ਨੂੰ, ਰਲ ਕੇ ਸਰਕਾਰ ਦੇ ਨਾਲ ਕੇ
ਉਧਰੋਂ ਸਾਡੇ ਪਰਿਵਾਰ ਮੁੜਨ ਲੱਗ ਜਾਣ ਵੀ ਚਲੋ ਹੁਣ ਸਾਡਾ ਪੰਜਾਬ ਪਹਿਲਾਂ ਵਰਗਾ ਚੱਲਦੇ ਹਾਂ ਬਣਾਵਾਂਗੇ ਨਾ ਖਿੱਚ ਕੇ ਤਾੜੀ ਮਾਰ ਲਿਆ ਕਰੋ ਸ਼ਦਾਈਓ ਕਰਨਾ ਪੈਣਾ ਪਹਿਲਾਂ ਸਾਡੇ ਪੁੱਤ ਨਸ਼ਿਆਂ ਤੇ ਲਾ ਗਏ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ ਪੁੱਤ ਨਸ਼ਿਆਂ ਤੇ ਲਾ ਗਏ ਹੁਣ ਮਾਂ ਮਾਰਨ ਨੂੰ ਆ ਗਏ ਨਿਆਣੇ ਬਾਹਰ ਨੂੰ ਤੁਰ ਪਏ ਨੇ ਬਾਹਰ ਨੂੰ ਤੁਰ ਪਏ ਨੇ ਪੱਕੇ ਜਿੰਦਰੇ ਘਰਾਂ ਨੂੰ ਚੜ ਕੇ ਉਹ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਆਖਰੀ ਬੋਲ ਹੈ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ ਬੀਬੀ ਸੁਣਿਓ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ ਪਿੰਡ ਤੇ ਪੀਂਗ ਕੁਲਾਈਣੀ ਪੈ ਗਈ ਨੌਜਵਾਨੋ ਹੁਣ ਬਹੁਤੀ ਦੇਰ ਦੀ ਗੱਲ ਨਾ ਰਹਿ ਗਈ ਪਿੰਡ ਤੇ ਪੀਂਗ ਕੁਲਾਈਣੀ ਪੈ ਗਈ ਦੇਰ ਦੀ ਗੱਲ ਨਾ ਰਹਿ ਗਈ ਪੀਂਗ ਕੁਲਾਈਣੀ ਪੈ ਗਈ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਇਹ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਇੱਥੋਂ ਤੱਕ ਕਰਨਾ ਪੈਣਾ ਸਰਕਾਰ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਹੈ ਜੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ ਨਾ ਅਕਾਲੀ ਵੀ ਉਹਨਾਂ ਹੀ ਚਿੰਤਤ ਚਾਹੀਦਾ ਹੈ ਕਾਂਗਰਸੀ ਵੀ ਉਨਾ ਹੀ ਚਿੰਤਤ ਚਾਹੀਦਾ ਹੈ ਹੋਰ ਪਾਰਟੀਆਂ ਵਾਲੇ ਵੀ ਉਨੇ ਹੀ ਚਿੰਤਤ ਚਾਹੀਦੇ ਆ ਮਸਲਾ ਆਪਦੀ ਮਿੱਟੀ ਦਾ ਹੈ ਨਾ ਕਿ ਕਿਸੇ ਪਾਰਟੀ ਦਾ ਕ੍ਰਾਂਤੀਆਂ ਉਦੋਂ ਹੀ ਆਈਆਂ ਜਦੋਂ ਮਨਾਂ ਚੋਂ ਮੈਲ ਨਿਕਲੀ ਹੈ ਜਦੋਂ ਜਜ਼ਬੇ ਭਰੇ ਹੈ ਉਹ ਪੰਜ ਪਿਆਰਿਆਂ ਦਾ ਕਨਸੈਪਟ ਹੈ ਨਾ ਬਾਬੇ ਦਾ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਤੇ ਸਾਹਿਬ ਸਿੰਘ ਇਹ ਪੰਜੇ ਚਾਹੀਦੇ ਆ ਇਕੱਲੇ ਇਕੱਲੇ ਨੌਜਵਾਨ 'ਚ ਪੰਜੇ ਚਾਹੀਦੇ ਆ ਤਾਂ ਮੁੜੂਗਾ ਪੰਜਾਬ ਜੇ ਉਹੀ ਗੱਲਾਂ ਵੀ ਅਕਾਲੀ ਹੈ ਆਹ ਕਾਂਗਰਸੀ ਹੈ ਆਹ ਫਲਾਨਾ ਆ ਫਲਾਨਾ ਇੱਦਾਂ ਹੀ ਜਲੂਸ ਨਿਕਲੂਗਾ ਹੋਰ ਵੀ ਨਿਕਲੂਗਾ ਧੀਆਂ ਪੁੱਤ ਇਕੱਠੇ ਦਰਦ ਹੁੰਦਾ ਜਦੋਂ ਇੱਕ ਗੁਰਦੁਆਰੇ 'ਚ ਇੱਕ ਸਿੰਘ ਦੂਜੇ ਸਿੰਘ ਦੀਆਂ ਪੱਗਾਂ ਲਾਉਂਦਾ ਜਦੋਂ ਇੱਥੇ ਮੰਦਰਾਂ ਗੁਰਦੁਆਰਿਆਂ ਮਸੀਤਾਂ ਨੂੰ ਲੜਾਇਆ ਜਾਂਦਾ ਹੈ ਦਰਦ ਹੁੰਦਾ ਉਦੋਂ ਕਿਉਂਕਿ ਉਹਨੇ ਸਾਰੀ ਉਮਰ ਮਸਜਿਦ 'ਚ ਬਹਿ ਕੇ ਨਮਾਜ਼ ਪੜ੍ਹੀ ਹੈ ਜਿਹਨੇ ਹਰਿਮੰਦਰ ਸਾਹਿਬ ਦੀ ਨਿਓ ਰੱਖੀ ਹੈ ਸਾਈਂ ਮੀਆਂ ਮੀਰ ਕਿਉਂ ਬਾਈ ਔਰ ਉਹਨਾਂ ਕਸ਼ਮੀਰੀ ਪੰਡਤਾਂ ਲਈ ਸੀਸ ਦਿੱਤਾ ਹੈ ਨੌਵੇਂ ਪਾਤਸ਼ਾਹ ਨੇ ਜਿਹੜੇ ਮੁੱਖੋਂ ਹਰੀਓਮ ਨਮੋ ਨਾਰਾਇਣ ਹਰੀਓਮ ਨਮੋ ਨਾਰਾਇਣ ਪੜ੍ਹਦੇ ਸੀ ਕਿੱਥੇ ਫਿਰਦੇ ਹੋ ਉਲਟਾ ਇੱਕ ਪਿੰਡ 'ਚ ਚਾਰ ਚਾਰ ਗੁਰਦੁਆਰੇ ਬਣਾ ਕੇ ਪੰਜਾਬ ਵਾਲਿਓ ਰੌਲਾ ਪਾਉਂਦੇ ਫਿਰਦੇ ਹੋ ਵੀ ਕਿਰਪਾ ਹੀ ਬੜੀ ਆ ਨਗਰ ਤੇ ਕਿਹੜੀ ਕਿਰਪਾ ਹੋ ਬਾਬਾ ਅਗਿਆਨਤਾ ਦੀ ਬੇਸਮਝੀ ਦੀ ਧੀਆਂ ਪੁੱਤ ਇਕੱਠੇ ਕਰ ਲੈ ਤੂੰ ਟੱਬਰ ਇਕੱਠਾ ਕਰ ਲੈ ਟੱਬਰ ਇਕੱਠਾ ਕਰ ਲੈ ਤੂੰ ਇਹ
ਮੈਂ ਆਪਣੀ ਤੇ ਅੜ ਕੇ ਉਹ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ ਉਹ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਤੇਰੇ ਘਰ ਚ ਲੁਟੇਰੇ ਉਹ ਤੇਰੇ ਘਰ ਚ ਲੁਟੇਰੇ ਤੇਰੇ ਘਰ ਚ ਲੁਟੇਰੇ ਤੇਰੇ ਘਰ ਚ ਲੁਟੇਰੇ ਮਰ ਗਈ ਇੱਥੇ ਮੋੜ ਬਾਬਾ ਹਾਂਜੀ ਫੋਟੋ ਆ ਜਾਓ ਪਰਮਜੀਤ ਪੰਮਾ ਭਾਅ ਜੀ ਕੈਨੇਡਾ ਵਾਲੇ ਔਰ ਸਾਡੇ ਨਿਹਾਲਾ ਗੌੜ ਜੀ ਉਹਨਾਂ ਵੱਲੋਂ ਸਾਡੇ ਦਰਵਿੰਦਰ ਸਿੰਘ ਜੀ ਦੁੱਲਾ ਅੰਕਲ ਜੀ ਸਿੱਧੂ ਸਾਹਿਬ ਇਹਨਾਂ ਵੱਲੋਂ ਇੱਕ ਪੁਰਜ਼ੋਰ ਫਰਮਾਇਸ਼ ਆਈ ਹੈ ਸੁਣਿਆ ਸਰਦਾਰਾ ਤੇਰੀ ਮਹਿੰਗੀ ਸਰਦਾਰੀ ਹੈ ਉਸ ਸਰਦਾਰੀ ਦਾ ਜ਼ਿਕਰ ਬਕਾਇਦਾ ਆਪਣੇ ਗੀਤ ਵਿੱਚ ਤੁਹਾਡੀ ਨਜ਼ਰ ਕਰਨਾ ਹੈ ਬਾਈ ਕਮਰ ਗਰੇਵਾਲ ਸਾਹਿਬ ਨੇ ਇੱਕ ਬੇਨਤੀ ਹੈ ਕਿ ਇਹ ਜਿਹੜੇ ਸਨਮਾਨ ਹੋ ਰਹੇ ਇਹ ਵੀ ਬਹੁਤ ਜ਼ਰੂਰੀ ਨੇ ਔਰ ਜਿਹੜੀ ਮਾਣਯੋਗ ਸ਼ਖਸੀਅਤ ਆ ਮਹਾਰਾਜ ਹਸਤੀਆਂ ਅੱਜ ਇਸ ਮੇਲੇ ਵਿੱਚ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਇੱਕ ਤਾੜੀ ਹੋਣੀ ਚਾਹੀਦੀ ਹੈ ਸਾਡੇ ਹਾਸਿਆਂ ਦੇ ਬਾਦਸ਼ਾਹ ਭੋਟੂ ਸ਼ਾਹ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਉਹਨਾਂ ਲਈ ਚਾਹੀਦੀਆਂ ਜਿਹਨਾਂ ਤੁਹਾਡੀ ਨਜ਼ਰ ਹੋਣਾ ਕਵਿਤਾ ਪਾਲਾ ਜੀ ਔਰ ਹਰਮਨ ਸ਼ਾਹ ਭੋਟੂ ਭਾਅ ਜੀ ਉਹਨਾਂ ਦਾ ਬੇਟਾ ਅੱਜ ਇੱਕ ਗਾਣਾ ਗਾਏਗਾ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਔਰ ਕਿਰਨ ਸ਼ਰਮਾ ਜੀ ਸੰਗਰੂਰ ਵਾਲੇ ਉਹ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਤੁਹਾਡੀ ਨਜ਼ਰ ਹੋਣਾ ਹੈ ਬਹੁਤ ਬਹੁਤ ਸ਼ੁਕਰੀਆ ਪਿਆਰ ਸਤਿਕਾਰ ਤੁਸੀਂ ਸਾਰੇ ਫਨਕਾਰਾਂ ਨੂੰ ਕਲਾਕਾਰਾਂ ਨੂੰ ਹਮੇਸ਼ਾ ਨਵਾਜ਼ਦੇ ਹੋ ਇੱਕ ਬੇਨਤੀ ਹੈ ਕਿ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਉੱਥੇ ਬੈਠਣ ਦੀ ਕਿਰਪਾ ਕਰੋ ਬਹੁਤ ਬਹੁਤ ਸ਼ੁਕਰੀਆ ਜਿਹੜੇ ਜਿਹੜੇ ਸੱਜਣ ਜਿਹਨਾਂ ਵੱਲੋਂ ਪਿਆਰ ਸਤਿਕਾਰ ਆਇਆ ਉਹਨਾਂ ਤੋਂ ਬਾਅਦ ਗੋਪੀ ਮੈਂਬਰ ਪੰਚਾਇਤ ਸਾਹਿਬ ਸ਼ਿੰਦਰ ਸਰਪੰਚ ਸਾਹਿਬ ਅਵਤਾਰ ਸਿੰਘ ਜੀ ਕੱਦੀ ਔਰ ਗੁਰਜੀਤ ਜੀ ਮੰਨਣਾ ਤਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਵੱਡੇ ਬਾਈ ਸੱਚ ਸੱਚ ਦੱਸਿਓ ਕਿੰਨੇ ਸਾਲਾਂ ਦੇ ਹੋ ਗਏ ਬਵੰਜਾ ਸਾਲ ਬਾਈ ਭੋਟੂ ਸ਼ਾਹ ਹੋਣੀ 52 ਸਾਲਾਂ ਦੇ ਹੋ ਗਏ ਲੱਗਦੇ ਆ ਇਹ ਆ ਚੜ੍ਹਦੀਆਂ ਕਲਾਵਾਂ ਦੀਆਂ ਨਿਸ਼ਾਨੀਆਂ ਤੇ ਨਹੀਂ ਤਾਂ ਮੇਰੇ ਵਰਗਾ ਦੇਖ ਲਓ ਮੈਂ ਹਜੇ 36-37 ਦਾ ਹਾਲ ਦੇਖ ਲਓ ਕੀ ਹੋਇਆ ਪਿਆ ਬੈਂਡ ਵੱਜੇ ਪਏ ਆ ਸਵੇਰ ਸਿਹਤਾਂ ਇਹ ਜ਼ਰੂਰੀ ਆ ਕਿ ਜਦੋਂ 50+ ਹੋ ਗਏ ਆਪਣੇ ਹਾਲ ਦੇਖ ਲਓ ਚਲੋ ਉਹਨਾਂ ਦਾ ਮੁੰਡਾ ਆਪਣੇ ਜਿੱਡਾ ਹੋਇਆ ਪਿਆ ਆਪਣੇ ਹਾਲ ਦੇਖੋ ਜਿਹੜੇ ਮੇਰੇ ਵਾਲੇ ਆ 25-30 ਵਾਲੇ 32-35 ਵਾਲੇ ਬੈਠੇ ਹੋ ਜੇ ਤੁਹਾਡੀ ਨਾਪ ਮੇਰੀ ਘੁੱਗੀ 40 ਬਾਅਦ ਹੀ ਆ ਜਾਓ ਛੱਲਾ ਗਾਉਣੇ ਹੈ ਨਾਲ ਸੁਣਿਆ ਸਰਦਾਰਾ ਤੇਰੀ ਮਹਿੰਗੀ ਸਰਦਾਰੀ ਦੂਜਾ ਕਾਲਾ ਇਹ ਛੱਲਾ ਨੌ ਨੌ ਖੇਵੇ
ਇਹ ਛੱਲਾ ਨਾ ਨਾ ਖੇਵੇ ਬੰਸੀ ਸਾਹਿਬ ਬੰਸੀ ਸਾਹਿਬ ਜੀ ਜੀ ਇਹ ਛੱਲਾ ਨਾ ਨਾ ₹500 ਇੱਕ ਦਿਹਾੜੀਦਾਰ ਬੰਦਾ ਤੜਕੇ ਜਾ ਵੜਦਾ ਹੈ 7 ਵਜੇ ਤੇ 5-6 ਵਜੇ ਵਿਹਲਾ ਹੁੰਦਾ ਹੈ ਕੀ ਮਿਲਦਾ ਹੈ 350-400 ਕਿਵੇਂ ਆਖੀਏ ਸਹੀ ਹੈ ਤੇ ਫਿਰ ਜਿਨ੍ਹਾਂ ਕੋਲੇ ਮੇਰੇ ਵਰਗਿਆਂ ਕੋਲੇ ਆਏ ਆਈ ਜਾਂਦੇ ਆ ਉਹਨਾਂ ਦਾ ਹਾਲ ਪਤਾ ਕੀ ਹੁੰਦਾ ਫਿਰ ਪਤਾ ਮੈਥੋਂ ਕੀ ਗਲਤੀ ਹੋ ਗਈ ਨਾ ਸੁਣਿਓ ਪਿੰਡ ਵਾਲਿਓ ਜਿਨ੍ਹਾਂ ਕੋਲੇ ਮਾਇਆ ਵੱਧ ਆਉਂਦੀ ਹੈ ਮੀਂਹ ਪੈਂਦਾ ਜਿਨ੍ਹਾਂ ਤੇ ਉਹਨਾਂ ਦੇ ਹਾਲ ਕੀ ਹੁੰਦੇ ਆ ਪਤਾ ਮੈਥੋਂ ਕੀ ਗਲਤੀ ਹੋ ਗਈ ਲੈ ਭਾਈ ਤੂੰ ਵੀ ਸੁਣਨ ਜਾਣਾ ਮੈਂ ਉਹਦੀਆਂ ਓਏ ਗਠੜੀਆਂ ਬੰਨ ਬੈਠਾ ਓ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹਦੀਆਂ ਓਏ ਗਠੜੀਆਂ ਬੰਨ ਬੈਠਾ ਓ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ 100 ਵੀ ਜੋੜਿਆ 100,000 ਵੀ ਜੋੜਿਆ ਜੋੜ ਤੇ 2 ਕਰੋੜ ਲਏ ਮੈਂ 100 ਵੀ ਜੋੜਿਆ 100,000 ਵੀ ਜੋੜਿਆ ਜੋੜ ਤੇ 2 ਕਰੋੜ ਲਏ ਦੁਨੀਆਂ ਵਿੱਚ ਤੇ ਮੈਂ 2 ਥਾਂ ਜੁੜ ਗਿਆ ਪਰ ਮੈਂ ਅੰਦਰੋਂ ਨਾਤੇ ਤੋੜ ਲਏ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਓਏ ਉਹਨੇ ਜੋ ਦੇਣਾ ਓਈ ਉਹ ਖਾਣਾ ਮੈਂ ਉਹਦੀਆਂ ਓਏ ਗੱਠੜੀਆਂ ਬੰਨ ਬੈਠਾ ਓ ਪਿੰਡ ਵਾਲੇ ਉਹ ਜਿਹਨੇ ਨਾਲ ਨਹੀਂ ਜਾਣਾ ਇਹਦੇ ਆਖਰੀ ਬੋਲ ਹੈ ਆ ਗਈ ਚਿੱਠੀ ਆਵਾਜ਼ ਪੈ ਗਈ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਆ ਗਈ ਚਿੱਠੀ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਉਹਨੇ ਪਰੇ ਵਗਾ ਕੇ ਮਾਰੀ ਉਹਨੇ ਪਰੇ ਵਗਾ ਕੇ ਮਾਰੀ ਕਮਰ ਗਰੇਵਾਲ ਦੀ ਪਹਿਲੀ ਵਾਰੀ ਤੇ ਮੋਬਾਈਲ ਦੀ ਦੂਜੀ ਵਾਰੀ ਛੋਟੇ ਵੀਰ ਕਮਰ ਗਰੇਵਾਲ ਦੀ ਪਹਿਲੀ ਵਾਰੀ ਤੇ ਜਿਹੜਾ ਦੇਖੀ ਜਾਂਦੇ ਉਹਦੀ ਦੂਜੀ ਵਾਰੀ ਹੁਣ ਇਹਨੂੰ ਬੰਦ ਕਰਨ ਦੀ ਕਰ ਲਓ ਤਿਆਰੀ ਆ ਗਈ ਚਿੱਠੀ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ
ਇਹਦੀ ਵੀ ਭਰਾ ਦੀ ਗਰਾਰੀ ਆ ਵੀ ਮੈਂ ਸਿੱਧਾ ਨਹੀਂ ਤੇਰੇ 'ਚ ਵੱਜਣਾ, ਕੋਈ ਡਾਂਗ ਸੋਟੇ ਨਾਲ ਹੀ ਵੱਜੂੰਗਾ। ਆਸ਼ਕ ਦੀ ਮਹਿਬੂਬਾ ਨਾਲ ਪਹਿਲੀ ਮੁਲਾਕਾਤ ਹੋਵੇ, ਇੱਕ ਤਾਂ ਉਹ ਭਾਵਨਾ ਜਦੋਂ ਮੁਲਾਕਾਤ ਹੋ ਰਹੀ ਹੈ, ਮਹਿਬੂਬ ਸਾਹਮਣੇ ਬੈਠਾ, ਇੱਕ ਉਹ ਜਦੋਂ ਘਰੇ ਆ ਕੇ ਉਹਦੀ ਵੀਡੀਓ ਦੇਖਣੀ ਵੀ ਆਹ ਮੈਂ ਬੈਠਾ ਸੀ, ਆਹ ਉਹ ਬੈਠਾ ਸੀ, ਅਸਰ ਕਿਹੜੀ 'ਚ ਜ਼ਿਆਦਾ ਹੈ? ਇਹਦੇ ਜਾਣਾ ਘਰੇ ਜਾ ਕੇ ਤਾਂ ਮੂਵੀ ਰਹਿ ਜਾਣੀ ਹੈ। ਆ ਗਈ ਚਿੱਠੀ, ਆਵਾਜ਼ ਪੈ ਗਈ, ਮੈਂ ਰੋ ਰੋ ਕਰੀ ਤਿਆਰੀ, ਬੰਨੀ ਗੱਠੜੀ ਮੈਂ ਚੁੱਕਣ ਲੱਗਾ, ਉਹਨੇ ਪਰੇ ਵਗਾ ਕੇ ਮਾਰੀ। ਹੁਣ ਜਿਹੜੀ ਗੱਠੜੀ ਉਹਨੇ ਵਗਾ ਕੇ ਮਾਰੀ ਹੈ, ਉਹਦੇ 'ਚ ਸਮਾਨ ਚੈੱਕ ਕਰਿਓ ਸਰਦਾਰ ਸਾਹਿਬ ਕੀ ਹੈ। ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਰਹਿ ਗਿਆ ਬਹੁਤ ਵੱਡਾ ਘਰ ਬਾਰ ਸੀ ਮੇਰਾ, ਰਹਿ ਗਿਆ ਗੱਠੜੀ ਵਿੱਚ ਪਰਿਵਾਰ ਸੀ ਮੇਰਾ, ਬਹੁਤ ਵੱਡਾ ਘਰ ਬਾਰ ਸੀ ਮੇਰਾ, ਉਹ ਇਕੱਲਾ ਇਕੱਲਾ ਯਾਰ ਸੀ ਮੇਰਾ, ਭਾਈ ਸੱਚ ਜਾਣਿਓ ਇਹ ਸੰਸਾਰ ਸੀ ਮੇਰਾ। ਸਭ ਰਹਿ ਗਿਆ ਤੇ ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਭੁੱਲ ਬੈਠਾ ਸੀ ਮੈਂ ਮੌਤ ਦੇ ਵੇਲੇ, ਉਹ ਮੈਨੂੰ ਇੰਨਾ ਹੀ ਲਾਂਬੂ ਲਾਣਾ, ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ, ਉਹ ਭਾਈ ਜਿਹੜਾ ਨਾਲ ਨਹੀਂ ਜਾਣਾ, ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ, ਜਿਹੜਾ ਤੇਰੇ ਨਾਲ ਨਹੀਂ ਜਾਣਾ, ਜਿਹੜਾ ਮੇਰੇ ਵੀ ਨਾਲ ਨਹੀਂ ਜਾਣਾ, ਇਹਦੇ ਵੀ ਨਾਲ ਨਹੀਂ ਜਾਣਾ, ਕਿਸੇ ਦੇ ਵੀ ਨਾਲ ਨਹੀਂ ਜਾਣਾ, ਸਾਰੇ ਨੰਗ ਬਲਾਂਗੀ ਜਾਣਗੇ, ਸਾਰੇ ਨੰਗੇ ਹੀ ਜਾਣਗੇ, ਤੇ ਨਾਲ ਕੀ ਜਾਊ ਭਲਾ ਦੱਸ? ਵਾਹਿਗੁਰੂ ਦਾ ਨਾਮ। ਆਹ ਸੱਚ ਹੈ ਕਿ ਨਾਲ ਜਾਊਗੀ ਵਾਹਿਗੁਰੂ ਦੇ ਨਾਮ ਦੀ, ਰਾਮ ਦੇ ਨਾਮ ਦੀ, ਅੱਲਾ ਦੇ ਨਾਮ ਦੀ, ਗੋਡ ਦੇ ਨਾਮ ਦੀ ਕਮਾਈ ਹੋ। ਛੱਲਾ ਛੱਲਾ ਨਾ ਨਾ ਖੇਵੇ ਵੇ ਪੁੱਤਰ ਮਿੱਠੜੇ ਮੇਵੇ ਵੇ ਪੁੱਤਰ
ਪੱਤਰ ਮਿੱਠੜ ਦੇਵੇ ਵਨ ਮਾਲਕ ਸਭ ਨੂੰ ਦੇਵੇ ਸਭ ਨੂੰ ਦੇਵੇ ਵੇ ਧੀਆਂ ਸਭ ਨੂੰ ਦੇਵੇ ਵੇ ਧੀਆਂ ਸਭ ਨੂੰ ਦੇਵੇ ਵੇ ਧੀਆਂ ਸਭ ਨੂੰ ਦੇਵੇ ਤੇ ਗੱਲ ਸੁਣ ਛੱਲਿਆ ਅੱਗਾ ਵੇ ਮਾਵਾਂ ਠੰਡੀਆਂ ਛਾਵਾਂ ਬਾਪੂ ਜੀ ਹੋਰਾਂ ਵਾਸਤੇ ਨਾ ਇੱਕ ਜ਼ੋਰਦਾਰ ਤਾੜੀ ਮਾਰੋ ਯਾਰ ਆਪਦਾ ਹੀ ਨਜ਼ਾਰਾ ਯਾਰ ਕਿਆ ਬਾਈ ਦੇ ਨਗਮਾ ਦੇ ਅੱਧੀ
ਰਾਤੀ ਪੈਂਦਾ ਆਸ਼ਕਾਂ ਦੇ। ਬਾਪੂ ਜੀ ਬਾਪੂ ਜੀ ਇੱਕ ਤੁਹਾਡੇ ਲਈ ਲਫ਼ਜ਼ ਹੈ। ਨਹੀਂ ਨਹੀਂ ਪਲੀਜ਼ 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 ਬਾਪੋ ਸਾਡੇ ਹਾਵੇ ਕਰਕੇ ਮਦੀਨੇ ਵੱਲ ਮੂੰਹ ਮੈਨੂੰ ਕਾਬਾ ਦਿਸਣਾ ਹੈ ਤੂੰ। ਕਰਕੇ ਮਦੀਨੇ ਵੱਲ ਮੂੰਹ ਵੇ ਮੈਨੂੰ ਕਾਬਾ ਦਿਸਣਾ ਹੈ ਤੂੰ। ਇਹ ਕਲਮਾ ਪੜਾਇਆ ਮੈਨੂੰ ਤੂੰ ਕਲਮਾ ਪੜਾਇਆ ਮੈਨੂੰ ਤੂੰ। ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਹ। ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਹ। ਨਾਰੀ ਮਾਰ ਲਓ ਮਰ ਲਓ ਮੈਨੂੰ ਕਾਬਾ ਦਿਸਣਾ ਹੈ ਤੂੰ। ਘਰ ਘਰ ਮਦੀਨੇ ਵੱਲ ਮੂੰਹ ਮੈਨੂੰ ਕਾਬਾ ਦਿਸਣਾ ਹੈ ਤੂੰ। ਇਹ ਕਲਮਾ ਪੜਾਇਆ ਮੈਨੂੰ ਤੂੰ ਕਲਮਾ ਪੜਾਇਆ ਮੈਨੂੰ ਤੂੰ। ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਹ। ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਹ। ਮੈਂ ਸਾਰੀ ਰਾਤ ਕੱਤਿਆ ਕਰੂੰ ਤੂੰ ਤੂੰ ਮੈਂ ਤੇ ਹੋ ਗਈ ਮੈਂ ਤੂੰ। ਹਾਏ ਵੇ ਜਦੋਂ ਫੜਿਆ ਮੇਰਾ ਹੱਥ ਤੂੰ ਤੇ ਤੂੰ ਮੈਂ ਤੇ ਹੋ ਗਈ ਮੈਂ ਤੂੰ। ਇਹ ਕਲਮਾ ਪੜਾਇਆ ਮੈਨੂੰ ਤੂੰ ਕਲਮਾ ਪੜਾਇਆ ਮੈਨੂੰ ਤੂੰ। ਮੈਂ ਸਾਰੀ ਰਾਤ ਕੱਤਿਆ ਕਰੂੰ ਕੱਤਿਆ ਕਰੂੰ ਮੈਂ ਤੇਰੀ ਰੂਹ। ਮੈਂ ਸਾਰੀ ਰਾਤ ਕੱਤਿਆ ਕਰੂੰ ਨੂੰ ਦੇਖ ਕੇ। ਗਾਣੇ ਪਤਾ ਕਿਹੋ ਜਿਹੇ ਚੇਤੇ ਆਉਂਦੇ ਆ ਜਿਹੜੇ ਮਹਾਂਪੁਰਸ਼ ਪੜ੍ਹਦੇ ਆ ਆਪਦੀਆਂ ਸੁਭਾਵਾਂ 'ਚ। ਇੱਕ ਪੜ੍ਹਦੇ ਹੁੰਦੇ ਆ ਵੀ ਰੰਗ ਜਿੰਦੜੀ ਨੀ ਰੰਗ ਜਿੰਦੜੀ ਨਾਮ ਦੇ ਰੰਗ ਵਿੱਚ ਰੰਗ ਜਿੰਦੜੀ ਰੰਗ ਜਿੰਦੜੀ ਨੀ ਰੰਗ ਜਿੰਦੜੀ ਨਾਮ ਦੇ ਰੰਗ ਵਿੱਚ ਰੰਗ ਜਿੰਦੜੀ ਨਾਮ ਦੇ ਰੰਗ ਵਿੱਚ ਰੰਗ ਜਿੰਦੜੀ। ਉਹਦਾ ਇੱਕੋ ਐ ਸਲੀਕਾ ਉਹਦਾ ਇੱਕੋ ਐ ਤਰੀਕਾ
ਉਹਦਾ ਇੱਕੋ ਐ ਸਲੀਕਾ ਇੱਕੋ ਐ ਤਰੀਕਾ ਇੱਕੋ ਹੀ ਮਨਾਉਣ ਵਾਲਾ ਢੰਗ ਜਿੰਦੜੀ ਰੰਗ ਜਿੰਦੜੀ ਨੀ ਰੰਗ ਜਿੰਦੜੀ ਨਾਮ ਦੇ ਰੰਗ ਵਿੱਚ ਰੰਗ ਜਿੰਦੜੀ ਰੱਬ ਦੇ ਪਿਆਰੇ ਇਹਨਾਂ ਰੱਬ ਵਰਗਿਆਂ ਲਈ ਤਾੜੀ ਮਾਰੋ ਛਾਲੇ ਹੋਏ ਮਜ਼ਦੂਰੀ ਨਾਲ ਫਿਰ ਵੀ ਨਹੀਂ ਉਹ ਭਰਿਆ ਛੰਨਾ ਚੂਰੀ ਨਾਲ ਕਰ ਮੈਂ ਕੋਈ ਪਿਛਲੇ ਜਨਮਾਂ ਦਾ ਜਿੱਥੇ ਇਸ ਵਾਰੀ ਮਹਾਰਾਜ ਖੇਡਾਂ ਖਿਡਾ ਰਿਹਾ ਪਰ ਭੁਲੇਖੇ ਸੁਣਾ ਰਹੇ ਹੋ ਵੀ ਇਹ ਗਰੀਬ ਨੇ ਤੇ ਆਪਾਂ ਅਮੀਰ ਹੈ ਨਹੀਂ ਜਿਹੜੀ ਅਸਲ ਵਸੀਅਤ ਆ ਉਹ ਖਿਆਲਾਂ ਦੀ ਹੈ ਉਹ ਵਿਚਾਰਾਂ ਦੀ ਹੈ ਉਹ ਕੰਮਾਂ ਦੀ ਹੈ ਉਹਦੇ 'ਚ ਆਪਣੇ ਤੋਂ ਅੱਗੇ ਹੋ ਸਕਦੇ ਹੈ ਔਰ ਜੇ ਉਸ ਪਾਸੇ ਅੱਗੇ ਹੋਏ ਤਾਂ ਫਿਰ ਕਿਹੜੀਆਂ ਅਮੀਰੀਆਂ ਗਰੀਬੀਆਂ ਇਹ ਗੱਲਾਂ ਕਰਨ ਨੂੰ ਤਾਂ ਜੀ ਕਰਦਾ ਹੈ ਉਹ ਵੀ ਜੁੱਤੀਆਂ ਹੀ ਖੜਦੇ ਸੀ ਟਰਾਲੇ ਉਹਨਾਂ ਦੇ ਵੀ ਨਹੀਂ ਚੱਲਦੇ ਸੀ ਇਹ ਗੱਲਾਂ ਤਾਂ ਕਰਨ ਨੂੰ ਜੀ ਕਰਦਾ ਉਹ ਵੀ ਖੱਡੀਆਂ ਹੀ ਬੁਣਦੇ ਸੀ
ਉਹਨਾਂ ਦੇ ਵੀ ਟਿਮ ਹੋਟਨ ਨਹੀਂ ਚੱਲਦੇ ਸੀ। ਸੋ ਨਾ ਜਾਣੇ ਕਿਸ ਫੇਸ ਮੇ ਨਾਰਾਇਣ ਮਿਲ ਜਾਏ। ਜਾਗਦੇ ਹੀ ਰਹੋ, ਸੌਣ ਦਾ ਵੇਲਾ ਨਹੀਂ ਹੈ। ਤਾਰ ਤੂੰਬੇ ਵਾਲੀ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਲੱਗੀਆਂ ਦੇ ਉਹ ਤਾਂ ਲੱਗੀਆਂ ਦੇ ਕਰਦਾ ਨਵੇੜੇ ਉਹ ਤਾਂ ਲੱਗੀਆਂ ਦੇ ਭਾਈ ਕਰਦਾ ਨਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਸਾਨੂੰ ਪੁੱਛਦਾ ਸਵਾਲ ਕਿਹੜੇ ਕਿਹੜੇ ਸਾਨੂੰ ਪੁੱਛਦਾ ਸਵਾਲ ਕਿਹੜੇ ਕਿਹੜੇ ਅੱਗਦਾ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ ਲੈਣਾ ਵੱਡਿਆਂ ਬਣ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ ਕੀ ਲੈਣਾ ਵੱਡਿਆਂ ਬਣ ਕੇ ਮੇਰਾ ਸਤਿਗੁਰ ਯਾਰ ਗਰੀਬਾਂ ਦਾ ਬਾਬਾ ਜਦੋਂ ਛੇੜੇ ਤਾਰ ਤੂੰਬੇ ਵਾਲੀ ਬਾਬਾ ਜਦੋਂ ਛੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ ਪੈਂਦਾ ਆਸ਼ਕਾਂ ਦੇ ਵੇੜੇ ਉਹ ਕਿੱਦਾਂ ਤੇਰੇ ਇਸ਼ਕ ਦਾ ਅੱਧੀ ਰਾਤੀ
ਆਸ਼ਕਾਂ ਦੇ ਵੇੜੇ ਇਸ਼ਕੇ ਦਾ ਅੱਧੀ ਰਾਤੀ ਪੈਂਦਾ ਛੱਲਾ ਦਰਬਾਰ ਵੇ ਸੱਜਦਾ ਛੱਲਾ ਦਰਬਾਰ ਵੇ ਸੱਜਦਾ ਵੇ ਤੂੰ ਬਾ ਮੀਰਾ ਨਾ ਵੱਜਦਾ ਵੇ ਤੂੰ ਬਾ ਮਾਈ ਨਾ ਵੱਜਦਾ ਵੇ ਤੂੰ ਬਾ ਬੇਬੇ ਨਾ ਵੱਜਦਾ ਵੇ ਤੂੰ ਬਾ ਬੇਬੇ ਨਾ ਵੱਜਦਾ ਵੇ ਦਰ ਦਰ ਗਾਈ ਗੱਜਦਾ ਦਰ ਦਰ ਗਾਈ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਵੇ ਮੇਰੇ ਪਰਦੇ ਗੱਜਦਾ ਤੇ ਗੱਲ ਸੁਣ ਛੱਲਿਆ ਆ ਖੜ ਕੇ ਵੇਲੇ ਜੋ ਝੋਲੀਆਂ ਭਰ ਕੇ ਝੋਲੀਆਂ ਭਰ ਕੇ ਵੇਲੇ ਜੋ ਝੋਲੀਆਂ ਲੈ ਜੋ ਝੋਲੀਆਂ ਲੈ ਜੋ ਝੋਲੀਆਂ ਲੈ ਜੋ ਝੋਲੀਆਂ ਲੈ ਜੋ ਝੋਲੀਆਂ ਸਭ ਬੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ 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 ਕੌਣ ਪੜ੍ਹੇ ਕੋ ਮੰਦੇ ਵਾਹਿਗੁਰੂ ਸੁਣਿਆ ਸਰਦਾਰ ਆਵੇ ਤੇਰੀ ਆਈ ਛੇੜਦਾ ਓਕੇ ਪੁੱਤੋ ਖੇਡ ਲਓ ਜੀ ਆਨ ਖੇਡ ਲਓ ਮਹਿੰਗੀ ਸਰਦਾਰੀ ਆ ਸੁਣਿਆ ਸਰਦਾਰ ਆਵੇ ਤੇਰੀ ਮਹਿੰਗੀ ਸਰਦਾਰੀ ਆ ਸਿਰ ਤੇ ਦਸਤਾਰ ਸਜਾਉਣਾ ਗੁਰੂਆਂ ਨੇ ਬਖਸ਼ੀ ਤੈਨੂੰ ਸਿਰ ਤੇ ਦਸਤਾਰ ਸਜਾਉਣਾ ਗੁਰੂਆਂ ਨੇ ਬਖਸ਼ੀ ਤੈਨੂੰ ਕਈਆਂ ਦੇ ਸੀਸ ਲੱਥੇ ਨੇ ਮਿਲ ਗਈ ਨਾ ਸਸਤੀ ਤੈਨੂੰ ਸਾਡੇ ਸਜਿੰਦੇ ਭਰਾ ਆ ਗਏ ਅਗਲੇ ਫਣਕਾਰਾਂ ਨੇ ਆਉਣਾ ਇਹਨਾਂ ਲਈ ਇੱਕ ਜ਼ੋਰਦਾਰ ਤਾੜੀ ਮਾਰੋ ਸੁਣਿਆ ਸਿਰ ਤੇ ਦਸਤਾਰ ਸਜਾਉਣਾ ਗੁਰੂਆਂ ਨੇ ਬਖਸ਼ੀ ਤੈਨੂੰ ਕਈਆਂ ਦੇ ਸੀਸ ਲੱਥੇ ਨੇ ਮਿਲ ਗਈ ਨਾ ਸਸਤੀ ਤੈਨੂੰ ਕਈਆਂ ਦੇ ਸੀਸ ਲੱਥੇ ਨੇ ਮਿਲ ਗਈ ਨਾ ਸਸਤੀ ਤੈਨੂੰ ਇਹਨੂੰ ਕਦੇ ਬੰਨਦਿਆਂ ਬਣਦਿਆਂ ਇਹਨੂੰ ਕਦੇ ਬੰਨਦਿਆਂ ਬਣਦਿਆਂ
ਗੱਲ ਕੋਈ ਵਿਚਾਰੀ ਆ ਵਿਚਾਰੀ ਆ ਵਿਚਾਰੀ ਆ ਸੁਣਿਆ ਸਰਦਾਰ ਆਵੇ ਤੇਰੀ ਮਹਿੰਗੀ ਸਰਦਾਰੀ ਆ from USA. Yeah. Bhai, ek var zor da taadiyan Kamar Garibal saab nal zor da taadiyan baja do. Malli ji patrakar saab, thank you so much. Kamar Garibal saab unna da samman ho rahi hai. Main bahut bahut dhanwad karda specially kyunki bahut pyar nal hazri bhari hai. Inder Devta ji pehla prasann hoye, hun vi prasann hai. Hun thoda ja time assi unna kol mangiya si kyunki Potu Shah ji bade pyariyan gallan haasras gallan jehdiyan hunne tuhadi nazar karni hai. ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ, ਥੋੜ੍ਹਾ ਥੋੜ੍ਹਾ ਬੰਦਾ ਜ਼ਿੰਦਗੀ 'ਚ ਅੱਗੇ ਰਹਿਣਾ ਚਾਹੀਦਾ, ਪਰ ਹੁਣ ਥੋੜ੍ਹਾ ਜਿਹਾ ਆਪਣੇ ਤਰੀਕੇ ਨਾਲ ਥੋੜ੍ਹਾ ਥੋੜ੍ਹਾ ਪਿੱਛੇ ਹੋ ਜਾਓ। ਬਹੁਤ ਬਹੁਤ ਸ਼ੁਕਰੀਆ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਕਮਰ ਗਰੀਵਾਲ ਸਾਹਿਬ ਜਿਨ੍ਹਾਂ ਨੂੰ ਸਾਡੇ ਦੁਆਬੇ ਵਾਲੇ। ਹਾਂਜੀ ਹਾਂਜੀ, ਮੈਨੂੰ ਪਤਾ ਹੈ ਪਿਕਚਰ ਅਭੀ ਬਾਕੀ ਹੈ ਸਾਡੇ ਵੱਲੋਂ, ਤਾਂ ਇਹੀ ਬੇਨਤੀ ਭਲਾ ਦੋ ਗਾਣੇ ਗਾ ਲਓ। ਜੀ 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 ਬਿਲਕੁਲ ਬਿਲਕੁਲ। ਸੁਣਿਆ ਸਰਦਾਰਾ ਤੇਰੀ ਮਹਿੰਗੀ ਸਰਦਾਰੀ ਆ, ਮਹਿੰਗੀ ਮਹਿੰਦੀ ਰਗੜ ਕੇ ਹੱਥਾਂ ਤੇ ਲੱਗਦੀ ਹੈ, ਹੀਰਾ ਵਿੱਚ ਕੇ ਗਲੇ ਦਾ ਹਾਰ ਬਣਦਾ ਹੈ, ਸੋਨਾ ਵਿੱਚ ਕੁਠਾਲੀ ਦੇ ਢਲੇ ਜਿੰਨਾ ਉਹਨਾਂ ਸ਼ੁੱਧ ਤੇ ਚਮਕਦਾਰ ਬਣਦਾ, ਜਾਵੇ ਪੀਸੇ ਅੱਖਰ ਦੇ ਵਿਸਰਮਾ ਫਿਰ ਨੈਣਾਂ ਦੀ ਉਹ ਤੇਜ ਧਾਰ ਬਣਦਾ, ਐਵੇਂ ਮਿਲੇ ਨਾ ਸਰਦਾਰੀ ਉਹ ਚਰਨ ਸਿੰਘ ਆ ਜਿਹੜਾ ਸਿਰ ਬਾਰੇ ਉਹ ਸਰਦਾਰ ਬਣਦਾ। ਸਰਦਾਰੀਆਂ ਜਿਹੜੀਆਂ ਸਾਨੂੰ ਕੁਰਬਾਨੀਆਂ ਸਦਕਾ ਮਿਲੀਆਂ, ਔਰ ਇਹ ਸਰਦਾਰੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਪਿੰਡ ਦੀਆਂ ਦੋ ਤਿੰਨ ਸਾਡੀਆਂ ਭੈਣਾਂ ਬਾਲੂਕੀ ਵਾਲੀਆਂ ਬੈਠੀਆਂ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਜਿਹੜੇ ਭਰਾ ਸਾਨੂੰ ਬਾਹਰ ਬੈਠੇ ਦੇਖ ਰਹੇ ਨੇ, ਜੋਇਸ ਸਿੱਧੂ ਜੀ ਔਰ ਪਾਲੀ ਜੀ, ਮਨਜਿੰਦਰ ਜੀ, ਵੀਰਾ ਜੀ ਕੈਨੇਡਾ ਤੋਂ, ਸੁਖਵਿੰਦਰ ਸਿੰਘ ਜੀ, ਨਿੱਕੀ, ਕੇਸ਼ਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਨਿਹਾਲਾ ਗੌੜ ਜੀ ਯੂ ਐੱਸ ਏ ਵਾਲੇ, ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਜੀ, ਦੋ ਗੀਤ ਜੀ ਕੀ ਲਾਜ਼ਮੀ ਲਾਜ਼ਮੀ, ਹਾਂ ਗਾਣਾ ਗਾਉਣਾ, ਆ ਜਾ ਉੱਪਰ ਆ ਜਾ, ਇਹਨੂੰ ਚੜਾ ਲਿਆ। ਮੇਰਾ ਟਾਈਮ ਹੋ ਗਿਆ ਸੀ ਕਿਉਂਕਿ ਫਨਕਾਰ ਆ ਗਏ ਅਗਲੇ, ਉਹ ਬਾਪੂ ਦੇ ਬੋਲ ਪਕਾ ਦਿਆਂ। ਉਹਨਾਂ ਨੇ ਕਿਹਾ ਸੀ ਕਿ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈਣੀ ਸੋ। ਹਾਂ ਬਾਪੂ, ਹਾਂ ਤਾਂ ਅਤੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਆਖਰੀ ਪੈਰਾ ਗਾਊਂਗਾ, ਆਗਿਆ ਚਾਹੂੰਗਾ ਮੇਰੀਆਂ ਮਾਵਾਂ ਲਈ, ਮੇਰੀਆਂ ਭੈਣਾਂ ਲਈ, ਤੁਹਾਡੇ ਸਭ ਲਈ, ਔਰ ਸਾਡੇ ਬਾਪੂਆਂ ਲਈ, ਬਜ਼ੁਰਗਾਂ ਲਈ, ਤੁਹਾਡੇ ਲਈ ਖਾਸ ਤੌਰ 'ਤੇ, ਬੜੇ ਇਸ਼ਕ ਨਾਲ ਸੁਣਿਆ ਤੁਸੀਂ, ਔਰ ਮੇਰੇ ਤਮਾਮ ਇਹਨਾਂ ਭਰਾਵਾਂ ਲਈ, ਸਾਰੇ ਮੇਰੇ ਵੀਰਾਂ ਸੱਜਣਾਂ ਲਈ, ਪ੍ਰਬੰਧਕਾਂ ਲਈ, ਛੋਟੇ ਬੱਚਿਆਂ ਲਈ, ਬਾਈ ਪੋਟੂ ਸ਼ਾਹ ਜੀ ਹੋਣੀ, ਉਹਨਾਂ ਦੀ ਪੂਰੀ ਫੈਮਿਲੀ, ਔਰ ਪੁਲਿਸ ਆਫਿਸਰ ਸਾਹਿਬਾਨ ਸਾਡੇ, ਮੇਰੇ ਭਰਾ, ਮੇਰੀਆਂ ਭੈਣਾਂ ਜਿਹੜੀਆਂ ਵਰਦੀ 'ਚ ਖੜੀਆਂ, ਇਹ ਮੂਵੀ ਵਾਲੇ ਭਰਾ ਡਿੰਪੀ ਬਾਈ ਹੋਣੀ, ਸਾਰਿਆਂ ਦਾ ਹੀ, ਔਰ ਉਹ ਜਿਹੜੇ ਬਾਹਰ ਆਪਦੀ ਮਜ਼ਦੂਰੀ ਆਪਦੀ ਕਿਰਤ ਕਰ ਰਹੇ ਹੈ,
ਕਰਮ ਤੇ ਧਰਮ ਦੋਵੇਂ ਕਮਾਈ ਜਾਂਦੇ ਰੇੜੀਆਂ ਲਾ ਕੇ, ਉਹਨਾਂ ਲਈ ਖਾਸ ਤੌਰ ਤੇ ਬਹੁਤ ਬਹੁਤ ਪਿਆਰ ਸਤਿਕਾਰ। ਆ ਜਾਓ ਜਾਂਦਿਆਂ ਜਾਂਦਿਆਂ, ਜਿੱਥੇ ਚੱਲੇਗਾ ਚੱਲੂ ਵੀ ਨਾਲ, ਤੇਰੇ ਟਿਕਟਾਂ ਦੋ ਲੈਣੀ ਮਾਨਾ ਫੜੀ। ਕਿਹੜਾ ਕਿਹੜਾ ਯਾਰ, ਇਹ ਕਹਿੰਦਾ ਮੈਂ ਹੁਣ ਮੂਸੇ ਵਾਲੇ ਦਾ ਗੀਤ ਗਾਉਣਾ ਹੈ, ਗਾਣਾ ਜਰਾ ਜਾ। ਦਾਸ ਪੁੱਤ ਤੇਰਾ ਹੈ ਡਡਾਉਣ ਕਾਸਤੋ, ਚੰਗਾ ਪੜਾ ਸਦਾਸੀ ਮੋਨ ਕਾਸਤੋ, ਅਜਿਹੇ ਦਰਵਾਜ਼ੇ ਵਿੱਚ ਬੋਲ ਖੜੀ ਚੱਕਿਆ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕੌਣ ਕਾਸਤੋ, ਕੁਝ ਇੱਥ ਜਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਪੜ ਥੱਲੇ ਲਾਉਣਾ ਚਾਹੁੰਦੇ ਨੇ, ਕੁਝ ਕਿੰਨੇ ਆਏ ਇੱਥੇ ਭੁੱਖੇ ਬੇਮਤੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ, ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਆ, ਦਵੀ ਨਾ ਤਾਂ ਦੁਨੀਆ ਸਵਾਦ ਲੈਂਦੀ ਆ, ਨਾਲੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਇੱਥੇ ਬਦਨਾਮੀ ਹਈ ਰੇਟ ਮਿਲੂਗੀ, ਨਿੱਤ ਕੰਟ ਰੋਵਰ ਸਿਗਰਟ ਮਿਲੂਗੀ, ਧਰਮਾਂ ਦੇ ਨਾਮ 'ਤੇ ਡਪੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ ਅਕਸਬ ਚੰਨਵੇਂ 'ਚ ਕਰੇਗਾ ਤਰੱਕੀ ਬੁੱਤੇ ਹੇਟ ਮਿਲੂਗੀ, ਅੱਜ ਦਾ ਮਸੋਸ ਆਪੇ ਚਾਲ ਲੁੱਟ ਕੇ ਜੜਾਂ ਖਣਾ ਦਿੰਦਾ ਏ ਵਿਚਾਰੀ ਉੱਠ ਕੇ, ਇੰਜ ਲੱਗੇ ਰੱਬ ਜਿਵੇਂ ਹੱਥ ਖੜੇ ਕਰ ਲੈ ਮੈਂ ਸੋਭਾ ਜਾਵਨ ਵਿਚਾਰੀ ਉੱਠ ਕੇ, ਲੀਡਰ ਦੇ ਤੇ ਹੱਕਦਾਰ ਗੋਲੀ ਦੇ, ਜਿਨ੍ਹਾਂ ਨੂੰ ਮੈਂ 220 ਮਾਂ ਰਾਖੇ ਬੜੇ ਫਿਰਦੇ ਆ ਮਹਾਂ ਬੋਲੀ ਦੇ, ਝੂਠ ਦੇ ਇੱਥੋਂ ਵੀ ਫੈਕਟ ਵੀ ਨੇ, ਚੋਰ ਬੰਦੇ ਹੁਣੂ ਤੋਂ ਸਮਾਜ ਵੀ ਨੇ। ਬੜੀ ਮਿਹਰਬਾਨੀ ਤੁਹਾਡੀ। ਕਿਹਨੂੰ ਮੈਂ ਇਹ ਪਹਿਲਾਂ, ਅੱਛਾ ਜੇ ਭੁਲੇਖਾ ਕੋਈ ਉੱਥੋਂ ਦੇਖ ਲਓ। ਕਿਰਨ ਸ਼ਰਮਾ ਜੀ ਸੰਗਰੂਰ ਤੋਂ, ਉਹਨਾਂ ਫਨਕਾਰਾਂ ਨੇ ਗਾਉਣਾ ਇਸ ਤੋਂ ਬਾਅਦ, ਸੋ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਉਹਨਾਂ ਲਈ, ਉਹਨਾਂ ਦੇ ਪੂਰੇ ਇਸ ਬੈਂਡ ਦੇ ਲਈ। ਰੱਬ ਤੁਹਾਨੂੰ ਤਰੱਕੀਆਂ ਦੇਵੇ, ਲੰਬੀਆਂ ਉਮਰਾਂ ਦੇਵੇ। ਆ ਜਾ ਬਾਪੂ, ਕਿੱਥੇ ਆ? ਜਿੱਥੇ ਕਹੇਗਾ ਮਰੂਗੀ ਨਾਲ ਤੇਰੇ ਵੇ, ਤਾੜੀ ਨਾ ਟੁੱਟੇ ਫਿਰ, ਤਾੜੀ ਨਾ ਟੁੱਟੇ। ਜਿੱਥੇ ਕਹੇਗਾ ਮਰੂਗੀ ਨਾਲ ਤੇਰੇ, ਕਹੇਗਾ ਮਰੂਗੀ ਨਾਲ ਤੇਰੇ, ਕਹੇਗਾ ਮਰੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ। ਅੱਜ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। ਮੈਂ ਮੇਰੇ ਪੁਲਿਸ ਆਫਿਸਰ ਸਾਹਿਬਾਨਾਂ ਨੂੰ, ਤੁਹਾਨੂੰ ਬਾਹਲਾ ਪਿਆਰ ਕਰਦੇ ਹਾਂ ਅਸੀਂ, ਤਾੜੀ ਨਹੀਂ ਖੁੱਝਣੀ ਚਾਹੀਦੀ, ਨਾਲ ਮਾਰੋ ਸਾਡੇ। ਬਾਬਿਓ ਤੁਸੀਂ ਵੀ ਜਿੱਥੇ ਕਹੇਗਾ ਮਰੂਗੀ ਨਾਲ ਤੇਰੇ, ਕਹੇਗਾ ਮਰੂਗੀ ਨਾਲ ਤੇਰੇ, ਕਹੇਗਾ ਮਰੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ। ਅੱਜ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਚੱਲੇਗਾ ਚੱਲੂਗੀ ਨਾਲ ਤੇਰੇ ਵੇ, ਟਿਕਟਾਂ ਦੋ ਲੈ ਲਈ। Thank you.
ਜੇ ਕਿਤੇ ਆ ਮੁੰਡੇ ਖੁੰਡੇ ਕਹਿੰਦੇ ਹੁਣ ਵੀ ਆਪਾਂ ਇਹਨਾਂ ਨਾਲ ਨੱਚ ਲਾਂਗੇ, ਇਹ ਮੁਖਤਿਆਰ ਸਿੰਘ ਹੋਣੀ ਨੇ, ਇਹ ਮੁਖਤਿਆਰ ਸਿਓ, ਕਰਤਾਰ ਸਿਓ, ਗੁਰਾਂ ਦਿੱਤਾ ਭਾਨਾ ਤੇਜਾ ਜਗਰੂਪ ਹਰਭਜਨ, ਔਰ ਆਹ ਵੀ ਜਿਹੜੀਆਂ ਬੈਠੀਆਂ ਮੁਖਤਿਆਰ ਕੌਰ, ਕਰਤਾਰ ਕੌਰ, ਛਿੰਦੀ, ਪੂਤੀ, ਤੇਜੋ, ਤਕੜੋ, ਮਾੜੋ, ਗੁਰਾਂ ਦਿੱਤੀ, ਇਹ ਅੱਜ ਵਾਲੀਆਂ ਇੰਜਲਾਂ ਨਹੀਂ ਹੈਗੀਆਂ, ਇਹ ਦੇਸੀ ਘਿਓ ਆ, ਦੇਸੀ ਘਿਓ ਤੇ ਮਾਣ ਹੈ ਰੱਜ ਕੇ ਗਵਾਈਆਂ ਨੂੰ ਇਸ ਪੀੜ੍ਹੀ 'ਤੇ। ਇਹ ਜਿਹੜੇ ਸਾਡੇ ਦਾਦੇ ਦਾਦੀਆਂ, ਸਾਡੇ ਮਾਂ ਪਿਓ ਬੈਠੇ ਆ ਨਾ, ਇਹਨਾਂ 'ਤੇ ਮਾਣ ਕਰਿਆ ਕਰੀਏ, ਇਹਨਾਂ 'ਤੇ ਮਾਣ ਕਰਿਆ। ਇਹ ਭਲੇ ਨੇ, ਭਲੇ, ਇਹ ਸਹਿਜ ਨੇ, ਅੱਗ ਜਿੰਨੀ ਲਾਈ ਆ ਆਪਾਂ ਲਾਈ ਆ ਕੇ, ਹਾਏ ਕਲਾਂ ਬੂਕਲਾਂ ਤਿੰਨ ਮੰਜ਼ਲੀ ਕੋਟ, ਇਹ ਕੱਚਿਆਂ 'ਚ ਹੀ ਰਹੇ ਆ। ਇਹਨਾਂ ਦੇ ਵੇਲੇ ਇੱਕੋ ਥਾਂ ਆਉਂਦਾ ਸੀ ਕੱਪੜੇ ਦਾ, ਸਾਰੇ ਟੱਬਰ ਲਈ ਉਸੇ 'ਚ ਕੱਟ ਕੱਟ ਕੱਪੜਾ ਬਣਾਈ ਜਾਂਦੇ ਸੀ। ਇਹ ਦੋ ਠੰਡੇ ਪ੍ਰਸ਼ਾਦਿਆਂ 'ਤੇ ਅੰਬ ਦੇ ਚਾਰ ਦੀ ਫਾੜੀ ਰੱਖ ਕੇ ਖਾ ਕੇ, ਪਾਣੀ ਪੀ ਕੇ, ਮੁੱਛਾਂ 'ਤੇ ਹੱਥ ਫੇਰ ਕੇ ਵਾਹਿਗੁਰੂ, ਇਹ ਉਹ ਨੇ। ਆ ਜਾ ਬਾਬਾ ਆ ਜਾ, ਬੇਵਾਜਾ ਰਹਿੰਦੀ ਮਾਰਦੀ, ਇੱਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ, ਇੱਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ। ਗੱਲ ਮੁੱਕਣੀ 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 ਆ ਕੇ ਘਰੇ ਤੇਰੇ ਵੇ ਟਿਕਟਾਂ ਧੋ ਲੈ ਲਈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ ਭਲਾ। ਵੇ ਬਾਬਾ ਭਲਾ, ਉਹ ਸੇਵਾਦਾਰਾ ਭਲਾ, ਭਲਾ, ਭਲਾ ਜਿਓ। ਚੰਗਾ ਸੱਜਣੋ, ਇੰਨੀਆਂ ਹਾਜ਼ਰੀਆਂ ਕਬੂਲ ਕਰਿਓ ਇੱਕ ਵਾਰ ਫਿਰ, ਮਾਵਾਂ ਦਾ ਵੀ, ਭੈਣਾਂ ਦਾ ਵੀ, ਮੇਰੇ ਬਾਪੂਆਂ ਦਾ, ਬਜ਼ੁਰਗਾਂ ਦਾ, ਔਰ ਮੇਰੇ ਭਰਾਵਾਂ ਦਾ, ਛੋਟੇ ਬੱਚਿਆਂ ਦਾ, ਸਭ ਦਾ ਹੀ, ਪੁਲਿਸ ਆਫਿਸਰ ਸਾਹਿਬਾਨਾਂ ਦਾ, ਤੁਹਾਡਾ ਸਾਰਿਆਂ ਦਾ ਸੱਜਣੋ, ਬਹੁਤ ਬਹੁਤ ਆਦਰ ਸਤਿਕਾਰ ਰੱਬ ਚੜ੍ਹਦੀ ਕਲਾ 'ਚ ਰੱਖੇ। ਅਤੇ ਮੈਂ ਇੱਥੋਂ ਗਾਉਂਦਿਆਂ ਗੱਲਾਂ ਕਰਦਿਆਂ ਕੁਛ ਉਹ ਗੱਲ ਕਹੀ ਗਈ ਹੋਵੇ ਜਿਹੜੀ ਉਹਦੀ ਮਰਿਆਦਾ ਤੋਂ, ਉਹਦੀ ਰਜ਼ਾ ਤੋਂ ਬਾਹਰ ਹੈ, ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ।
ਅਤੇ ਆਪਣਾ ਭਰਾ ਸਮਝ ਲਿਓ, ਆਪਣਾ ਬੱਚਾ ਸਮਝ ਲਿਓ, ਪੁੱਤ ਸਮਝ ਲਿਓ ਆਪਣਾ, ਅਤੇ ਮਾਫ਼ ਕਰ ਦਿਓ। ਅਰਦਾਸ ਜ਼ਰੂਰ ਕਰਿਓ ਕਿ ਮਹਾਰਾਜ ਇਸ ਮੂਰਖ ਨੂੰ ਕੁਛ ਬੋਲਣ ਦੀ, ਕੁਛ ਨੇਕ ਬੋਲਣ ਦੀ, ਕੁਛ ਚੰਗਾ ਗਾਉਣ ਦੀ ਸਮੱਤ ਬਖਸ਼ੇ। ਸੋ ਬਹੁਤ ਬਹੁਤ ਆਦਰ ਸਤਿਕਾਰ ਤੁਹਾਡਾ ਸਾਰਿਆਂ ਦਾ। ਸੱਜਣੋ ਜਿਉਂਦੇ ਵੱਸਦੇ ਰਹੋ, ਕਦੇ ਫਿਰ ਮਿਲਾਂਗੇ। ਫੋਟੂ ਸ਼ਾਹ ਜੀ, ਵੱਡੇ ਬਾਈ, ਬਹੁਤ ਬਹੁਤ ਪਿਆਰ ਤੁਹਾਡੇ ਲਈ ਵੀ, ਬਹੁਤ ਪਿਆਰ ਤੁਹਾਡੇ ਲਈ ਵੀ। ਭਾਈ ਅਮਰੀਕ ਸਿੰਘ ਬਾਪੂ ਸਾਡਾ, ਸਰਦਾਰ ਅਮਰੀਕ ਸਿੰਘ ਹੈ, ਜਲ ਸੇਵਾ, ਜਲ ਸੇਵਾ, ਜਲ ਸੇਵਾ, ਜਲ ਸੇਵਾ, ਜਲ ਸੇਵਾ। ਵਿਦੇਸ਼ਾਂ ਦੀ ਧਰਤੀ ਤੇ ਦੋਨੇ ਬੱਚੇ, ਵਿਦੇਸ਼ਾਂ ਚ, ਵਿਦੇਸ਼ਾਂ ਚ, ਵਿਦੇਸ਼ਾਂ ਚ, ਵਿਦੇਸ਼ਾਂ ਚ, ਵਿਦੇਸ਼ਾਂ। ਚੰਗਾ ਬਾਬਾ, ਵਾਹ ਵਾਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ। ਸਰਦਾਰ ਬਿਕਰਮ ਸਿੰਘ ਜੀ, ਮਾਣਯੋਗ SHO ਸਾਹਿਬ, ਇਹ ਸਨਮਾਨ ਜਿਹੜਾ ਹੋ ਰਿਹਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਮੁੱਚੇ ਪੁਲਿਸ ਪ੍ਰਸ਼ਾਸਨ ਦਾ ਔਰ ਤਮਾਮ ਜਿੰਨੀਆਂ ਮਜ਼ਦ ਹਸਤੀਆਂ ਪਹੁੰਚੀਆਂ। ਥੈਂਕ ਯੂ ਮੁਕੇਸ਼ ਭਾਅ ਜੀ ਔਰ ਸ਼ਿਵਮੋਨੀ, ਸਾਰਿਆਂ ਦਾ ਬਹੁਤ ਬਹੁਤ ਥੈਂਕਸ ਹੈ। ਸੰਦੀਪ ਕਿੰਗ ਸਾਡੇ ਵੀਰ ਨਕੋਦਰ ਵਾਲੇ ਬੜੇ ਪਿਆਰੇ ਨੇ, ਸਾਡੇ ਸ਼ਹਿਰ ਨਕੋਦਰ ਤੋਂ, ਉਹਨਾਂ ਦਾ ਵੀ ਸਨਮਾਨ ਨਾਲੇ ਹੋਏਗਾ। ਇਹ ਬੜੀ ਦੇਰ ਬਾਅਦ ਮੈਂ ਕਮਰ ਭਾਅ ਜੀ ਦਾ ਇਹ ਪ੍ਰੋਗਰਾਮ ਦੇਖਿਆ ਜਿੱਥੇ ਸਨਮਾਨ ਕਰ ਰਹੇ ਨੇ, ਤਾਂ ਗੱਡੀ ਵਿੱਚ ਹੀ ਮੈਂ ਕਿ ਜਾਂਦਾ ਹੁੰਦਾ ਸਿੱਧਾ, ਮੈਨੂੰ ਪਤਾ ਹੈ। ਸੋ ਇੱਕ ਵਾਰ ਕਮਰ ਗਰੇਵਾਲ ਸਾਹਿਬ, ਜਿਨ੍ਹਾਂ ਨੂੰ ਦੁਬਾਬੇ ਵਾਲੇ ਨਾਮ ਦਿੱਤਾ, ਕਨਵਰ ਗਰੇਵਾਲ, ਇੱਕ ਵਾਰ ਜ਼ੋਰਦਾਰ ਤਾੜੀਆਂ ਵਜਾਓ ਉਹਨਾਂ ਲਈ, ਜ਼ੋਰਦਾਰ ਤਾੜੀਆਂ। ਜਾਣਾ ਨਹੀਂ ਹੈ, ਪੋਟੂ ਸ਼ਾਹ ਜੀ ਤਿਆਰ ਬਰ ਤਿਆਰ ਨੇ, ਡੇਢ ਦੋ ਘੰਟਿਆਂ ਦੇ ਭਾਅ ਜੀ ਹੁਣੀ ਆਏ ਆ, ਪਰ ਭਾਅ ਜੀ ਨੇ ਕਿਹਾ, ਮੈਂ ਕਿਹਾ ਸੀ ਰੂਮ 'ਚ ਬੈਠੋ, ਕਹਿੰਦੇ ਨਹੀਂ ਗਰੇਵਾਲ ਸਾਹਿਬ ਨੂੰ ਸੁਣਨਾ, ਇਸ ਕਰਕੇ ਭਾਅ ਜੀ ਸਾਹਮਣੇ ਆ ਕੇ ਬੈਠ ਗਏ। ਕਿਰਨ ਸ਼ਰਮਾ ਜੀ ਸੰਗਰੂਰ ਤੋਂ, ਬੜੇ ਪਿਆਰੇ ਸੁਰੀਲੀ ਫਨਕਾਰ ਆ, ਉਹ ਵੀ ਤਿਆਰ ਬਰ ਤਿਆਰ ਨੇ, ਗਰੁੱਪ ਰੈਡੀ ਹੋ ਰਿਹਾ। ਸੂਰਜ ਝਨੇਰ ਤਰਨ ਤਾਰਨ ਵਾਲੇ ਸਾਡੇ ਭਰਾ, ਉਹ ਵੀ ਪਹੁੰਚੇ ਹੈ, ਉਹਨਾਂ ਨੇ ਤੁਹਾਡੀ ਨਜ਼ਰ ਆਉਣਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਔਰ ਜਿਹੜੇ ਸੱਜਣ ਸਾਨੂੰ ਇਸ ਟਾਈਮ ਇਹਨਾਂ ਚੈਨਲਸ ਦੇ ਜ਼ਰੀਏ ਬੈਠੇ ਦੇਖ ਰਹੇ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੰਦੀਪ ਕਿੰਗ ਨਿਊਟ੍ਰੀਸ਼ਨ, ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸਪੈਸ਼ਲ ਥੈਂਕਸ ਕਰਦਾ। ਨਕੋਦਰ ਵਾਲੇ, ਥੈਂਕ ਯੂ। ਬਾਕੀ ਵੀ ਜਿਵੇਂ ਕਨਵਰ ਭਾਅ ਜੀ ਨੇ ਕਿਹਾ ਕਿ ਜਿੰਨੀਆਂ ਪਾਰਟੀਆਂ ਦੇ ਨੁਮਾਇੰਦੇ ਕੋਈ ਵੀ ਆਉਂਦੇ, ਸਾਡੇ ਲਈ ਸਾਰੇ ਬਹੁਤ ਸਤਿਕਾਰਯੋਗ ਹੈ, ਸਾਰਿਆਂ ਦਾ ਬਹੁਤ ਬਹੁਤ ਆਦਰ ਮਾਣ ਸਤਿਕਾਰ। ਔਰ ਬਲਕਾਰ ਮਾਲੀ ਜੀ, ਜਿਹਨਾਂ ਵੱਲੋਂ 10,000 ਦੀ ਸੇਵਾ ਹੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਲਕਾਰ ਮਾਲੀ ਜੀ, ਗੁਰੀ ਧਾਰੀਵਾਲ ਸਾਹਿਬ ਵੀਰ, ਉਹਨਾਂ ਦਾ ਵੀ ਧੰਨਵਾਦ ਹੈ। ਗੀਤੂ ਧਾਰੀਵਾਲ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਬਈ ਥੋੜ੍ਹੇ ਜਿਹੇ ਸਨਮਾਨ ਜਰਾ ਮੈਂ ਚੁਣਾ ਕਿ ਹੁਣ ਪੋਟੂ ਸ਼ਾਹ ਜੀ ਨੂੰ ਟਾਈਮ ਦਈਏ, ਇੱਕ ਮਾਈਕ ਜਰਾ ਲੀਡ ਵਾਲਾ ਉਹ ਵੀ ਮੇਨ 'ਤੇ ਕਰ ਦਿਉ, ਲਿਓ ਜ਼ਰਾ ਮਾਈਕ ਅੱਗੇ ਜਦ ਤੱਕ ਸਾਜ਼ ਲੱਗ ਰਹੇ ਨੇ। ਪੋਟੂ ਸ਼ਾਹ ਜੀ, ਕਵਿਤਾ ਭੱਲਾ ਜੀ, ਥੋੜ੍ਹੇ ਦਿਨ ਪਹਿਲਾਂ ਅਲਮਸ ਬਾਬੂ ਲਾਲ ਬਾਦਸ਼ਾਹ ਉਹਨਾਂ ਦੇ ਮੇਲੇ ਵਿੱਚ ਇਹਨਾਂ ਦੀ ਬੜੀ ਪਿਆਰੀ ਹਾਜ਼ਰੀ ਹੋਈ ਹੈ। ਸੋ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਨੇ, ਲੌਂਗ ਟਾਈਮ ਤੋਂ ਸੰਗਤ ਦੀ ਸੇਵਾ ਕਰਦੇ ਆ ਰਹੇ ਨੇ ਆਪਣੀਆਂ ਪਿਆਰੀਆਂ ਗੱਲਾਂ ਦੇ ਨਾਲ। ਹਾਂਜੀ ਹਾਂਜੀ, ਠੀਕ ਠੀਕ, ਆਓ ਜੀ। ਕੱਲ੍ਹ ਨੂੰ ਵੀ ਜਾ ਕੇ ਰਾਤ ਨੂੰ ਮੇਲਾ ਅਟੈਂਡ ਕਰਨਾ, ਕੱਲ੍ਹ ਨੂੰ ਫਿਰ ਚੱਲ ਰਿਹਾ। ਸਰਦਾਰ ਅਲੀ ਭਾਅ ਜੀ ਦੀ ਵਾਰ ਵਾਰ ਕਾਲ ਆ ਰਹੀ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਭਾਅ ਜੀ, ਇਹਨੂੰ ਕਰੋ ਮੇਨ 'ਤੇ, ਹੋ ਗਿਆ। ਕਿਰਨ ਸ਼ਰਮਾ ਜੀ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਕਿਰਨ ਸ਼ਰਮਾ ਜੀ ਸੰਗਰੂਰ ਵਾਲੇ, ਉਹ ਵੀ ਬਸ ਸਟੇਜ ਦੇ ਅੱਗੇ ਆ ਕੇ ਬੈਠ ਜਾਣ, ਜਿਨ੍ਹਾਂ ਦੀ ਹਾਜ਼ਰੀ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਹੁਕਮ ਆ ਰਿਹਾ, ਕਿਰਨ ਸ਼ਰਮਾ ਜੀ ਉਹ ਤੁਹਾਡੀ ਨਜ਼ਰ ਆਉਣਗੇ। ਉਸ ਤੋਂ ਪਹਿਲਾਂ ਇੱਕ ਵਾਰ ਜ਼ੋਰਦਾਰ ਤਾੜੀਆਂ ਵੀ ਜਿਹੜੇ ਹੱਸਣਾ ਚਾਹੁੰਦੇ ਹੈ। ਵਾਹ ਵਾਹ ਵਾਹ, ਅੱਜ ਕੱਲ੍ਹ ਹਾਸੇ ਬਹੁਤ ਮਹਿੰਗੇ ਹੋ ਗਏ, ਪੰਜਾਬ ਦੇ ਚੰਦ ਸਾਡੇ ਕੋਲ ਆਰਟਿਸਟ ਬਚੇ ਹੈ ਜਿਹੜੇ ਹਾਸਿਆਂ ਦੇ ਨਾਲ ਆਪ ਸਭ ਦੀ ਸੇਵਾ ਕਰਦੇ, ਜਿਨ੍ਹਾਂ ਵਿੱਚ ਇੱਕ ਬੜਾ ਪਿਆਰਾ ਨਾਮ ਹੈ
ਸਾਡੇ ਵੱਡੇ ਭਾਅ ਜੀ ਪੋਟੂ ਸ਼ਾਹ ਜੀ ਔਰ ਕਵਿਤਾ ਪੱਲਾ ਜੀ। ਮੈਂ ਬੇਨਤੀ ਕਰੂੰਗਾ ਤੁਹਾਡੀਆਂ ਤਾੜੀਆਂ ਦੇ ਨਾਲ ਆਪ ਸਾਡੇ ਰੂਬਰੂ ਪੋਟੂ ਸ਼ਾਹ ਜੀ ਔਰ ਕਵਿਤਾ ਪੱਲਾ ਜੀ। ਅਜੇ ਸਟੈਂਡ ਨਹੀਂ ਉਹਨਾਂ ਨੂੰ ਚਾਹੀਦਾ, ਸਟੈਂਡ ਉਹਨਾਂ ਦਾ ਬਣ ਚੁੱਕਾ, ਬਹੁਤ ਫਿਲਮਾਂ ਕੀਤੀਆਂ ਉਹਨਾਂ ਨੇ। ਆਹ ਮਾਈਕ ਦੇ ਦੇ ਡਿੰਪੀ ਭਰਾ ਸਾਡਾ। ਹੈਲੋ ਹੈਲੋ, ਹਾਂ ਠੀਕ ਹੈ। ਹਰਮਨ ਸ਼ਾਹ ਪੋਟੂ ਭਾਅ ਜੀ ਦਾ ਬੇਟਾ, ਇੱਕ ਗਿਣਾ ਹਰਮਨ ਵੀ ਅੱਜ ਗਾਏਗਾ ਸਪੈਸ਼ਲੀ। ਆਓ ਜੀ ਪੋਟੂ ਸ਼ਾਹ ਜੀ, ਵਾਹ ਵਾਹ ਵਾਹ, ਟਰਬਿਊਟ ਹੋਏਗਾ ਸਿੱਧੂ ਮੂਸੇਵਾਲੇ ਲਈ। ਇੱਕ ਵਾਰ ਜ਼ੋਰਦਾਰ ਤਾੜੀਆਂ, ਸਿੱਧੂ ਮੂਸੇਵਾਲੇ ਦੇ ਨਾਮ ਲਈ ਵੀ ਜ਼ੋਰਦਾਰ ਤਾੜੀਆਂ ਚਾਹੀਦੀਆਂ। ਆਓ ਜੀ ਪੋਟੂ ਭਾਅ ਜੀ। ਥੈਂਕ ਯੂ ਜੀ ਰਣਜੀਤ ਮਾਨ ਜੀ, ਬਾਈ ਲਈ ਜ਼ੋਰਦਾਰ ਤਾਲੀਆਂ। ਜਿਹਦੇ ਪਿਆਰ ਸਦਕਾ ਮੈਂ ਅੱਜ ਤੁਹਾਡੇ ਦਰਸ਼ਨ ਕਰ ਰਿਹਾ, ਜਿਹਨੇ ਮੈਨੂੰ ਇੱਥੇ ਸੱਦਿਆ, ਜ਼ੋਰਦਾਰ ਤਾਲੀਆਂ। ਔਰ ਸਾਰੇ ਪ੍ਰਬੰਧਕ ਸਾਹਿਬਾਨਾਂ ਨੂੰ ਜੀ ਆਇਆਂ, ਮਾਣਯੋਗ ਸਰਪੰਚ ਸਾਹਿਬ ਔਰ ਸਾਰੇ ਨਗਰ ਨਿਵਾਸੀਆਂ ਨੂੰ। ਕਵਰ ਗਰੇਵਾਲ ਸਾਹਿਬ ਬਹੁਤ ਅੱਛੇ ਤਰੀਕੇ ਨਾਲ ਹਾਜ਼ਰੀ ਦੇ ਕੇ ਗਈ ਆ। ਪਿੱਛੇ ਆਵਾਜ਼ ਆਉਂਦੀ ਆ, ਹੱਥ ਖੜ੍ਹਾ ਕਰਕੇ ਦੱਸਿਓ ਆਉਂਦੀ ਆਵਾਜ਼। ਡਿੰਪੀ ਸਾਉਂਡ ਲਈ ਤਾੜੀਆਂ ਖੁੱਲ੍ਹ ਕੇ ਵਜਾ ਦਿਓ ਇੱਕ ਵਾਰੀ। ਲਓ ਇਹ ਸਾਡਾ ਪੰਜਾਬ ਹੈ। ਬਾਬਾ ਜੀ ਕਿੱਥੇ ਗਏ, ਜਲ ਸੇਵਾ ਕਰ ਰਹੇ ਸੀ ਜਿਹੜੇ, ਉਹਨਾਂ ਵਾਸਤੇ ਵੀ ਤਾਲੀਆਂ ਮਿੱਤਰੋ। ਆਉਂਦਿਆਂ ਨੂੰ ਜਲ ਛਕਾਉਣਾ, ਪਤਾ ਲੱਗਦਾ ਸਾਡਾ ਪੰਜਾਬ ਹੈ। ਮੈਂ ਦਿੱਲੀ ਪ੍ਰੋਗਰਾਮ ਕਰਨ ਗਿਆ ਪਰਸੋਂ, ਮੈਂ ਗੱਡੀ 'ਚ ਉਤਰਿਆ, ਮੈਂ ਉੱਥੇ ਮੁੰਡੇ ਨੂੰ ਮੈਂ ਕਿਹਾ ਪਾਣੀ ਮਿਲੂਗਾ, ਕਹਿੰਦਾ ਪੀਣਾ, ਮੈਂ ਕਿਹਾ ਹੋਰ ਮੈਂ ਡੁੱਬ ਕੇ ਮਰਨਾ। ਇੱਥੇ ਪਹਿਲਾਂ ਹੀ ਲੰਗਰ ਚੱਲਦੇ ਆ, ਪਤਾ ਲੱਗਦਾ ਪੰਜਾਬ ਆ। ਔਰ ਇੱਕ ਮੈਨੂੰ ਖੁਸ਼ੀ ਹੋਰ ਹੋਈ ਹੈ ਕਿ ਅੱਜ ਦਾ ਜਿਹੜਾ ਮੇਲਾ ਹੈ ਇਹ ਕਿਸਾਨ ਵੀਰਾਂ ਨੂੰ ਸਮਰਪਿਤ ਹੈ। ਉਹਨਾਂ ਲਈ ਜ਼ੋਰਦਾਰ ਤਾਲੀਆਂ। ਅਸੀਂ ਦਿੱਲੀ ਜਾਂਦੇ ਰਹੇ ਹਾਂ, ਮੈਂ ਦਿੱਲੀ ਗਿਆ ਤਾਂ ਮੈਂ ਇੱਕ ਬਾਬਾ ਜੀ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿਸਾਨ ਅੰਦੋਲਨ ਕਿਵੇਂ ਚੱਲ ਰਿਹਾ, ਕਹਿੰਦਾ ਪੁੱਤ ਮੈਂ ਆਪਣੇ ਪੁੱਤ ਨੂੰ ਕਹਿ ਕੇ ਆਇਆ, ਜੇ ਮੈਨੂੰ ਕੁਛ ਹੋ ਗਿਆ ਤੂੰ ਮਗਰ ਆਈ, ਅਤੇ ਤੂੰ ਆਪ ਦੇ ਪੁੱਤ ਨੂੰ ਮੇਰੇ ਪੋਤੇ ਨੂੰ ਕਹਿ ਕੇ ਆਈ, ਜੇ ਮੈਨੂੰ ਕੁਛ ਹੋ ਗਿਆ ਤਾਂ ਉਹ ਆਵੇ। ਅਸੀਂ ਪੰਜਾਬੀ ਹਾਂ, ਅਸੀਂ ਮਰ ਸਕਦੇ ਹਾਂ ਪਰ ਹਾਰ ਨਹੀਂ ਸਕਦੇ। ਉਹਦਾ ਰਿਜ਼ਲਟ ਬਿਲਕੁਲ ਸਾਡੇ ਸਾਹਮਣੇ ਆਇਆ, ਕਿਸਾਨਾਂ ਦੀ ਜਿੱਤ ਹੋਈ ਆ। ਬਾਕੀ ਮੋਦੀ ਸਾਹਿਬ ਤਾਂ ਕਹੀ ਜਾਂਦੇ ਸੀ, ਭਾਈ ਭੈਣੋ ਨਾ ਖਾਊਂਗਾ ਨਾ ਖਾਣੇ ਦੂੰਗਾ, ਬਾਥਰੂਮ ਮੇਂ ਪਾਣੀ ਨਹੀਂ ਆਏਗਾ, ਖੇਤੋਂ ਮੇਂ ਮੈਂ ਜਾਣੇ ਨਹੀਂ ਦੂੰਗਾ, ਆਪਣੀ ਮੇਰੀ ਸ਼ਾਦੀ ਨਹੀਂ ਹੋਈ ਹੈ, ਦੂਸਰੇ ਕਾ ਘਰ ਬਸਾਨੇ ਨਹੀਂ ਦੂੰਗਾ, ਦੂਸਰੋਂ ਕੋ ਘਰ ਬਸਾਨੇ ਨਹੀਂ ਦੂੰਗਾ। ਲੈ ਆ ਜਾ ਬੀਬਾ, ਸ਼ੁਰੂਆਤ ਕਰੀਏ ਹੁਣ। ਪੱਟੂ ਸ਼ਾਹ ਜੀ, ਮੈਂ ਕਿਹਾ ਸਾਡਾ ਦੇਸ਼ ਹੈ ਜਿਹੜਾ 1947 ਦੇ ਵਿੱਚ ਆਜ਼ਾਦ ਹੋ ਗਿਆ, ਬਿਲਕੁਲ, ਪਰ ਜਿਹੜੀ ਸਾਨੂੰ ਆਜ਼ਾਦੀ ਨਹੀਂ ਮਿਲੀ। ਬਿਲਕੁਲ, ਸਾਨੂੰ ਆਜ਼ਾਦੀ ਨਹੀਂ ਮਿਲੀ, ਦੇਸ਼ ਭਾਵੇਂ ਆਜ਼ਾਦ ਹੋ ਗਿਆ, ਸਾਨੂੰ ਅੱਜ ਵੀ ਆਪਣੇ ਹੱਕਾਂ ਦੇ ਵਾਸਤੇ ਲੜਨਾ ਪੈਂਦਾ ਹੈ। ਬਿਲਕੁਲ ਬੀਬਾ, ਮੈਂ ਕਿਹਾ ਆਜ਼ਾਦੀ ਤੇ ਦੋ ਲਾਈਨਾਂ ਬੋਲ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਵਾਹ ਵਾਹ, ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। 1947 ਤੋਂ ਚੱਲੇ ਸੀ, 1947 ਤੱਕ ਆ ਗਏ। ਅੱਜ ਕੋਈ ਪਿਓ ਦਾ ਪੁੱਤ ਕਿਸੇ ਨੂੰ ਮਾਰਨ ਲੱਗਾ ਡਰਦਾ ਨਹੀਂ, ਇੱਥੋਂ ਕੱਢ ਕੇ ਠੋਕ ਦਿੰਦੇ ਆ, ਆਉਣ ਦਿਓ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ ਜੀ। ਬਾਪੂ ਗਾਂਧੀ ਜੀ ਤੋਂ ਚੱਲੇ ਸੀ, ਬਾਪੂ ਆਸ਼ਾ ਰਾਮ ਤੱਕ ਆ ਗਏ। ਤਾਲੀਆਂ ਵਿੱਚ ਵਿੱਚ ਚਾਹੀਦੀਆਂ, ਕੰਮ ਤਾਂ ਹੀ ਗਰਮ ਹੋਣਾ ਕੰਮ ਹੈ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ। ਆਜ਼ਾਦੀ ਦੇ ਮਾਇਨੇ ਸਾਨੂੰ ਚੰਗੀ ਤਰ੍ਹਾਂ ਭਾ ਗਏ ਜੀ। ਭੈਣ ਲਕਸ਼ਮੀ ਬਾਈ ਤੋਂ ਚੱਲੇ ਸੀ, ਜਲੇਬੀ ਬਾਈ ਤੱਕ ਆ ਗਏ। ਵਿੱਚ ਜੇ ਮੁੰਨੀ ਬਾਈ ਵੀ ਆਈ ਸੀ। ਆ ਜਾ। ਮੈਂ ਕਿਹਾ ਪੋਟੂ ਸ਼ਾਹ ਜੀ, ਗਾਣਿਆਂ ਦੀ ਗੱਲ ਕੀਤੀ ਅੱਜ, ਮੈਂ ਕਿਹਾ ਮੈਂ ਵੀ ਗਾਣੇ ਤੋਂ ਸ਼ੁਰੂਆਤ ਕਰਾਂ। ਮੈਂ ਕਿਹਾ ਕਮਰ ਗਰੇਵਾਲ ਜੀ ਗਾ ਕੇ ਗਏ, ਤੂੰ ਵੀ ਗਾਲਾ ਗਾਲਾ ਗਾਵਾਂ। ਮੈਂ ਕਿਹਾ ਗਾਲਾ, ਇਹ ਕੀ ਕਰ ਰਹੀ ਆ? ਗਲਾ ਸਾਫ਼ ਕਰ ਰਹੀ ਆ। ਝਾੜੂ ਲਿਆਵਾਂ? ਮੈਂ
ਗਲਾ ਸਾਫ ਕਰਨਾ ਕੋਈ ਬੇੜਾ ਥੋੜੀ ਹੈ ਕਮੜੀਏ ਜੇ ਝਾੜੂ ਨਾ ਬੇੜਾ ਸਾਫ ਹੋ ਸਕਦਾ ਗਲਾ ਵੀ ਹੋ ਸਕਦਾ ਲਗਾ ਲਾ ਗਾਵਾਂ ਮੈਂ ਕਿਹਾ ਗਾ ਆ ਕਿੰਨੇ ਵਜੇ ਆਵਾਂ ਮੈਂ ਗੀਤ ਗਾਣ ਲੱਗੀ ਅੱਛਾ ਮੈਂ ਕਿਹਾ ਖਰੇ ਮੈਨੂੰ ਸੱਦਦੀ ਹੈ ਚੱਲ ਗਾ ਲਾ ਗਾ ਲਾ ਗਾਣਾ ਸੁਣੋ ਹੂੰ ਕਦੇ ਐਸ ਫੁੱਲ ਤੇ ਕਦੇ ਉਸ ਫੁੱਲ ਤੇ ਆਹਾ ਯਾਰ ਮੇਰਾ ਤਿੱਤਲੀ ਆਵੇਗਾ ਵਾਹ ਯਾਰ ਮੇਰਾ ਤਿੱਤਲੀ ਆਵੇਗਾ ਹੁਣ ਮੈਂ ਗਾਵਾਂ ਕਦੇ ਐਸ ਹਾਤੇ ਤੇ ਕਦੇ ਉਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਦਾ ਨੀ ਯਾਰ ਤੇਰਾ ਉਲਟੀਆਂ ਕਰਦਾ ਜਦੋਂ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦੋਂ ਛਿੱਤਰ ਪੈਂਦੇ ਘਰੋਂ ਫੇਰ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾ ਹੀ ਖਾਰਾ ਪਾਣਾ ਨਾ ਹੀ ਵਿੱਚ ਪਾਣੀ ਹੀ ਕੋਈ ਸੁਬਾ ਉੱਠ ਕੇ ਹੀ ਠੇਕੇ ਮੂਹਰੇ ਖੜੇਦਾ ਯਾਰ ਤੇਰਾ ਉਲਟੀਆਂ ਕਰਦਾ ਆ ਜਾ ਮੈਂ ਕਿਹਾ ਪੁੱਟੂ ਸ਼ਾਹ ਜੀ ਤੁਸੀਂ ਗਾ ਲੈਂਦੇ ਆ ਨਾ ਵਧੀਆ ਹਾਂ ਮੈਂ ਗਾ ਲੈਣਾ ਪਹਿਲੀ ਵਾਰੀ ਕਦੋਂ ਗਾਇਆ ਮੈਂ ਕੁੜੀਏ ਪਹਿਲੀ ਵਾਰੀ ਆਪਦੇ ਪਿੰਡ ਗਾਇਆ ਪਿੰਡ ਗਾਇਆ ਮੈਂ ਗਾਉਂਦਾ ਗਾਉਂਦਾ ਬਸ ਐਂ ਪਿੱਛੇ ਨੂੰ ਭੱਜ ਗਿਆ ਨਾ ਗਾਉਂਦੇ ਗਾਉਂਦੇ ਪਿੱਛੇ ਨੂੰ ਕਿਉਂ ਭੱਜ ਗਏ ਪਿੰਡ ਵਾਲੇ ਕਹਿੰਦੇ ਪੋਟੂ ਸ਼ਾਹ ਇੰਨਾ ਖਰਾ ਗਾਉਂਦਾ ਏ ਪਿੱਛੇ ਨੂੰ ਕਿਉਂ ਭੱਜ ਗਿਆ ਦੱਸੋ ਕਿਉਂ ਭੱਜ ਗਏ ਮੈਂ ਕਿਹਾ ਪਤੰਦਰੋ ਮੈਨੂੰ ਗਾਣਾ ਸ਼ੁਰੂ ਕਰਨਾ ਆਉਂਦਾ ਬੰਦ ਕਰਨਾ ਆਉਂਦਾ ਨਹੀਂ ਮੈਂ ਕਿਹਾ ਚਲੋ ਸ਼ੁਰੂ ਹੋ ਗਿਆ ਐਂ ਭੱਜ ਜਾਂਦੇ ਆਪੇ ਬੰਦ ਹੋ ਜੂ ਮੈਂ ਕਿਹਾ ਪੋਟੂ ਸ਼ਾਹ ਜੀ ਦੇਖੋ ਔਰਤ ਜਿਹੜੀ ਹੁੰਦੀ ਹੈ ਨਾ ਔਰਤ ਇੱਕ ਸ਼ਕਤੀ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਜੀ ਬੰਦਾ ਸਾਲਾ ਸਹਿਣ ਸ਼ਕਤੀ ਹੁੰਦਾ ਮੈਂ ਕਿਹਾ ਦਾਲ 'ਚ ਨੂਣ ਘੱਟ ਪੈ ਜੇ ਪੇ ਦਾ ਪੁੱਤ ਡਰਦਾ ਨਹੀਂ ਮੰਗਦਾ ਕਹਿੰਦਾ ਦਾਲ ਵੀ ਸਵਾਦ ਆ ਮਾੜਾ ਜਿਹਾ ਅਚਾਰ ਦੇ ਦਿਓ ਮੈਂ ਹੁੰਦਾ ਘਰਾਂ 'ਚ ਦੇਖਿਆ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਔਰਤ ਵਿਆਹ ਤੋਂ ਬਾਅਦ ਹੀ ਗਲੇ ਦੇ ਵਿੱਚ ਮੰਗਲ ਸੂਤਰ ਕਿਉਂ ਪਾਉਂਦੀ ਆ ਵਿਆਹ ਤੋਂ ਬਾਅਦ ਔਰਤ ਮੰਗਲ ਸੂਤਰ ਪਤਾ ਕਿਉਂ ਪਾਉਂਦੀ ਆ ਕਿਉਂ ਪਾਉਂਦੀ ਆ ਵਿਆਹ ਤੋਂ ਬਾਅਦ ਜਿਹੜਾ ਸੂਤਰ ਆ ਤੀਵੀਆਂ ਕੋ ਆ ਜਾਂਦੇ ਆ ਅੱਛਾ ਤੇ ਮੰਗਲ ਸਾਲਾ ਬੰਦੇ ਪਿੱਛੇ ਲੱਗ ਜਾਂਦਾ ਇਸ ਕਰਕੇ ਉਹ ਮੰਗਲ ਸੂਤਰ ਪਾਉਂਦੀਆਂ ਮੈਨੂੰ ਲੱਗਦਾ ਤੁਸੀਂ ਅੱਜ ਆਪਣਾ ਰਾਸ਼ੀ ਫਲ ਨਹੀਂ ਦੇਖ ਕੇ ਆਏ ਮੈਂ ਕਿਹਾ ਵਿਆਹਿਆ ਬੰਦਾ ਰਾਸ਼ੀ ਫਲ ਨਹੀਂ ਦੇਖਦਾ ਨਾ ਵਿਆਹਿਆ ਬੰਦਾ ਰਾਸ਼ੀ ਫਲ ਕਿਉਂ ਨਹੀਂ ਵੇਖਦਾ ਉਹਨੂੰ ਸਵੇਰੇ ਤੀਵੀ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ ਦਿਨ ਕਿੱਦਾਂ ਦਾ ਲੰਘੂਗਾ ਉਹਨੇ ਰਾਸ਼ੀ ਫਲ ਨੂੰ ਅੱਗ ਲਾਉਣੀ ਆ ਜੋ ਮਰਜ਼ੀ ਕਹਿ ਲੋ ਵਿਆਹ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਵਿਆਹ ਜ਼ਿੰਦਗੀ 'ਚ ਬੜਾ ਜ਼ਰੂਰੀ ਆ ਸਾਲੇ ਸਲਮਾਨ ਖਾਨ ਦੀ ਕੀ ਮਜਬੂਰੀ ਆ ਕੋਈ ਨਹੀਂ ਉਹ ਬਿਗ ਬੋਸ ਕਰੀ ਜਾਂਦਾ ਉਹਦਾ ਵੀ ਹੱਲ ਕਰਦੇ ਆ ਮੈਂ ਕਿਹਾ ਪੋਟੂ ਸ਼ਾਹ ਦੇਖੋ ਕਿੱਡਾ ਵਧੀਆ ਮਾਹੌਲ ਬਣਿਆ ਆ ਮੈਂ ਕਿਹਾ ਬਿਲਕੁਲ ਦੇਖੋ ਕਿੱਦਾਂ ਸਾਰੇ ਪਿਆਰ ਕਰ ਰਹੇ ਸਰੋਤੇ ਬੈਠੇ ਹੋਏ ਆ ਆ ਭਾਈ ਆ ਮਾੜਾ ਜਿਹਾ ਚਲਾਈ ਪੂੰਛ ਵਾਲਾ ਬੰਦ ਹੋ ਗਿਆ ਯਾਰ ਹੈਲੋ ਇੱਕ ਦੀ ਜਗ੍ਹਾ ਦੋ ਦੋ ਫੋਨ ਹੈ ਅੱਜ ਕੱਲ੍ਹ ਸਾਰਿਆਂ ਕੋਲ ਮੈਂ ਕਿਹਾ ਸਾਰਿਆਂ ਕੋਲੇ ਫੋਨ ਆ ਕੁੜੀਏ ਹਾਂਜੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਹਰ ਗੱਲ ਹੈ ਉਹ ਨੈੱਟ ਨਾਲ ਰਿਲੇਟਡ ਹੋਣੀ ਆ ਨੈੱਟ ਦੇ ਨਾਲ ਰਿਲੇਟਡ ਹੋਣੀ ਆ ਮੈਂ ਕਿਹਾ ਪੋਟੂ ਸ਼ਾਹ ਜੀ ਹਾਂਜੀ ਮੈਨੂੰ ਐਂ ਦੱਸੋ ਤੁਹਾਡਾ ਨਾਂ ਸਾਰਿਆਂ ਨੂੰ ਪਤਾ ਪੋਟੂ ਸ਼ਾਹ ਆ ਤੇ ਤੁਹਾਡੇ ਦਾਦੇ ਦਾ ਨਾਮ ਕੀ ਹੈਗਾ ਪਹਿਲਾਂ ਮੇਰੇ ਪਿਓ ਦਾ ਤੇ ਪੁੱਛ ਲਾ ਤੁਹਾਡਾ ਪਿਓ ਹੈਗਾ ਹੈਗਾ ਹੋਰ ਮੈਂ ਗੂਗਲ ਤੋਂ ਡਾਊਨਲੋਡ ਹੋਇਆ ਮੇਰਾ ਪਿਓ ਹੈਗਾ ਵਾ ਲੈ ਆ ਤੁਹਾਡੇ ਤਾਂ ਸਾਰੇ ਖਾਨਦਾਨ 'ਚ ਫੋਨ ਬਹੁਤ ਚਲਾਉਂਦੇ ਤੁਹਾਡਾ ਭਤੀਜਾ ਬੜਾ ਫੋਨ ਚਲਾਉਂਦਾ ਆ ਭਤੀਜਾ ਚਲਾਉਂਦਾ ਮੈਂ ਤੈਨੂੰ ਦੱਸਦਾ ਆਉਣ ਵਾਲੇ ਟਾਈਮ 'ਚ ਹਰ ਗੱਲ ਜਿਹੜੀ ਆ ਰਿਸ਼ਤੇ ਜਿਹੜੇ ਇੰਟਰਨੈਟ ਨਾਲ ਹੋਇਆ ਕਰਨੇ ਆ ਅੱਛਾ ਤੁਸੀਂ ਆਪਣੇ ਭਤੀਜੇ ਦਾ ਜਿਹੜਾ ਰਿਸ਼ਤਾ ਇੰਟਰਨੈਟ ਨਾਲ ਕਰਾਉਣਾ ਆ ਮੈਂ ਕਿਹਾ ਆ ਜਾ ਰਿਸ਼ਤਾ ਲੈ ਕੇ ਆ ਜਾ ਆਹ ਰਿਸ਼ਤਾ ਲੈ ਜਾ ਆ ਪੋਟੂ ਸ਼ਾਹ ਜੀ ਤੁਹਾਡਾ ਮੁੰਡਾ ਕਰਦਾ ਕੀ ਆ ਮੈਂ ਕਿਹਾ ਪੁੱਛਣਾ ਸਾਡਾ ਮੁੰਡਾ ਤੇ 4G ਆ 4G ਸਾਰੇ ਐਪ ਡਾਊਨਲੋਡ ਕਰੀ ਬੈਠਾ ਟੱਚ ਤੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ ਰਿਸ਼ਤਾ ਪੱਕਾ ਕਰੋ ਰਹਿਣ ਦੋ ਉਦਾਂ ਹੀ ਬੜੇ ਛੜੇ ਹੈਗੇ ਇੱਥੇ ਕੁੜੀ ਦੱਸੋ ਕੁੜੀ ਹੈਗੀ ਇਹਨਾਂ ਵਾਸਤੇ ਕੋਈ ਭੈਣ ਜੀ ਸਾਡੀ ਕੁੜੀ ਦਾ ਵਿਆਹ ਨਹੀਂ ਹੁੰਦਾ ਹੋਏ ਹੋਏ ਤੁਹਾਡੀ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ ਮਰ ਜਾਣੀ ਹੈਂਗ ਹੋ ਜਾਂਦੀ ਕਾ ਰੋਟੀ ਪਕਾਉਂਦੀ ਪਕਾਉਂਦੀ ਹੈਂਗ ਹੋ ਗਈ ਤਵੇ ਤੇ ਹੱਸੜਾ ਲਿਆ ਭੈਣ ਜੀ ਕਿੱਥੇ ਵਿਆਹ ਕਰਦੀ ਹੈ
ਉਸ ਤੋਂ ਬਾਅਦ ਜਦੋਂ ਵੋਟੀ ਵਿਆਹ ਕੇ ਆਇਆ ਕਰਨੀ ਆ, ਵਿਆਹ ਕੇ ਆਇਆ ਕਰਨੀ ਆ, ਤੇ ਨਾਲ ਦੀ ਗਵਾਂਢਣ ਨੇ ਪਤਾ ਕੀ ਕਹਿਣਾ, ਭੈਣ ਜੀ ਆ ਫਲਾਣਿਆਂ ਦੀ ਨੂੰ ਦਾਜ ਭਲਾ ਕਿੰਨਾ ਕੁ ਲੈ ਕੇ ਆਈ ਆ, ਹੈ ਹੈ ਮਰ ਜਾਣੇ ਤੇ ਮੁੰਡੇ ਵਾਲੇ ਬੜੇ ਲਾਲਚੀ ਆ, ਇਹ ਤੇ ਦਾਜ 'ਚ ਵਾਈਫਾਈ ਮੰਗਦੇ ਸੀ, ਕੁੜੀ ਵਾਲੇ ਗਰੀਬ ਸੀ ਉਹਨਾਂ ਡੋਂਗਲ ਦੇ ਕੇ ਤੋਰ ਦਿੱਤੀ। ਉਸ ਤੋਂ ਬਾਅਦ ਜਦੋਂ ਲਾਵਾਂ ਫੇਰੇ ਹੋਇਆ ਕਰਨੇ ਆ, ਉੱਥੇ ਕੀ ਪੰਗਾ ਪੈਣਾ, ਦੂਜੇ ਫੇਰੇ ਤੇ ਕੁੜੀ ਨੇ ਡਿੱਗ ਜਾ ਕਰਨਾ, ਕੁੜੀ ਨੇ ਕਿਉਂ ਡਿੱਗ ਜਾ ਕਰਨਾ, ਨੈੱਟ ਪੈਕ ਖਤਮ ਹੋ ਜਾ ਕਰਨਾ, ਮੁੰਡੇ ਵਾਲਿਆਂ ਨੇ ਹੌਟਸਪੌਟ ਚਲਾ ਕੇ ਲਾਵਾਂ ਲਿਆ ਕਰਨੀਆਂ, ਤਾਲੀਆਂ ਵਜਾ ਦਿਓ, ਇੱਥੇ ਤਾਂ ਗੱਲ ਜਾਣੀ ਆ। ਮੈਂ ਕਿਹਾ ਫੋਟੂ ਸ਼ਾਹ ਜੀ, ਬਾਅਦ 'ਚ ਜਦੋਂ ਲੇਡੀ ਸੰਗੀਤ ਹੁੰਦਾ ਆ, ਮੈਂ ਕਿਹਾ ਜਦ ਬੋਲੀਆਂ ਪਿਆ ਕਰਨੀਆਂ ਸਾਡੀਆਂ ਭੈਣਾਂ ਘਰਾਂ 'ਚ ਡੀ ਜੇ ਲੱਗਦਾ ਨੱਚਦੀਆਂ ਖੁਸ਼ੀ ਦੇ ਮੌਕੇ ਤੇ, ਬੋਲੀਆਂ ਵੀ ਇੰਟਰਨੈਟ ਦੀਆਂ ਪਿਆ ਕਰਨੀਆਂ, ਮੈਂ ਬੋਲੀ ਪਾ ਕੇ ਦੱਸਾਂ, ਮੈਂ ਕਿਹਾ ਪਾ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਟੱਚ ਵੇ, ਟੱਚ ਵੇ ਜੀ, ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ, ਮੈਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ, ਮੇਰੇ ਲੱਕ 'ਚ ਪ੍ਰੋਬਲਮ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦਾ ਵਟਸਐਪ ਨੀ, ਵਟਸਐਪ ਨੀ ਜੀ, ਮੈਨੂੰ ਧੋਖਾ ਦੇਣੀ ਏ ਤੇਰੇ ਲੜ ਜੇ ਸੱਪ ਨੀ, ਮੈਨੂੰ ਧੋਖਾ ਦੇਣੀ ਏ ਤੈਨੂੰ ਲੜ ਜੇ ਸੱਪ ਨੀ, ਮੈਨੂੰ ਧੋਖਾ ਦੇਣੀ ਏ। ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਖੱਟ ਕੇ ਲਿਆਂਦੀ ਫੇਸਬੁੱਕ ਵੇ, ਫੇਸਬੁੱਕ ਵੇ ਜੀ, ਮੈਂ ਟੈਂਪੂ 'ਚੋਂ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ, ਮੈਂ ਆਟੋ 'ਚੋਂ ਡਿੱਗ ਪਈ ਬਾਹਰ ਨਿਕਲ ਕੇ ਚੁੱਕ ਵੇ, ਮੈਂ ਟੈਂਪੂ 'ਚੋਂ ਡਿੱਗ ਪਈ। ਤਾਲੀਆਂ ਮੇਰੀ ਮਾਸੀ ਨੇ ਵਜਾਉਣੀਆਂ। ਸਾਡੇ ਜਲੰਧਰ ਆਟੋ ਬੜੇ ਚੱਲਦੇ ਆ, ਪਰਸੋਂ ਮੈਂ ਇੱਕ ਆਟੋ ਵਾਲੇ ਨੂੰ ਪੁੱਛਿਆ, ਮੈਂ ਕਿਹਾ ਜਾਣਾ ਕੀ ਕਹਿੰਦਾ, ਕਹਿੰਦਾ ਮਾਮਾ ਜਾਣਾ ਪਿਆ ਤੂੰ ਹੀ ਰੋਕਿਆ। ਮੈਂ ਕਿਹਾ ਬੱਸ ਅੱਡੇ ਦਾ ਕੀ ਲੈਣਾ, ਕੀ ਜਵਾਬ ਮਿਲਿਆ, ਕਹਿੰਦਾ ਮੈਂ ਹਲੇ ਵੇਚਣਾ ਨਹੀਂ। ਮੈਂ ਕਿਹਾ ਆਟੋ ਖਾਲੀ ਆ, ਫੇਰ ਕਹਿੰਦਾ ਆਹੋ ਖਾਲੀ ਤੈਂ ਵਿੱਚ ਬੰਬ ਰੱਖਣਾ, ਐ ਬੋਲਦੇ ਆਟੋ ਵਾਲੇ। ਮੈਨੂੰ ਤਾਂ ਸਮਝ ਨਹੀਂ ਆਉਂਦਾ ਆਟੋ ਵਾਲੇ ਵੀਰਾਂ ਦਾ ਦਿਮਾਗ ਇੰਨਾ ਗਰਮ ਕਿਉਂ ਰਹਿੰਦਾ ਆ। ਹੈ ਕਮਲੀਏ, ਸਾਰੀ ਦਿਹਾੜੀ ਇੰਜਨ ਤੇ ਬਹਿ ਕੇ ਆਟੋ ਚਲਾਉਣਾ, ਬੰਦਾ ਸਾਰਾ ਗਰਮ ਹੋ ਜਾਂਦਾ, ਤੂੰ ਦਿਮਾਗ ਨੂੰ ਰੋਣ ਡਈ ਆ, ਇਹ ਸ਼ਦੈਣ ਆ, ਇਹਨੂੰ ਪਤਾ ਨਹੀਂ ਲੱਗਦਾ। ਫੋਟੋ ਸ਼ਾਹ ਮੈਂ ਕਮੇਟੀ ਕਰ ਕਰਕੇ ਥੱਕ ਗਈ ਆ। ਅੱਛਾ ਥੱਕ ਗਈ, ਦੱਸ ਫਿਰ। ਸਟੇਜਾਂ ਕਰ ਕਰਕੇ ਅੱਕ ਗਈ ਆ। ਮੈਂ ਕੀ ਕਰਾਂ, ਤੂੰ ਮੈਨੂੰ ਕਿਤੇ ਕੰਮ ਤੇ ਲਵਾ, ਸਰਕਾਰੀ ਨੌਕਰੀ। ਸਰਕਾਰੀ ਨੌਕਰੀ ਮੈਂ ਫਿਰ ਤੈਨੂੰ ਐਂ ਕਰਦਾ, ਸਮੁੰਦਰੀ ਛਿਪ ਚ ਲਵਾ ਦਾਂ। ਸਮੁੰਦਰੀ ਛਿਪ ਚ? ਹਾਂ। ਅੱਛਾ, ਤਨਖਾਹ ਕਿੰਨੀ ਕੁ ਮਿਲੂਗੀ? 1.5 ਲੱਖ ਰੁਪਈਆ। ਛੇਤੀ ਦੱਸ ਕਰਨਾ ਕੀ ਆ? ਕੁਛ ਨਹੀਂ, ਜਦੋਂ ਸਮੁੰਦਰ 'ਚ ਛਿਪ ਖਰਾਬ ਹੋ ਜਾ ਕਰਨਾ, ਉੱਤਰ ਕੇ ਧੱਕਾ ਲਾਇਆ ਕਰਨਾ। ਆਪ ਵੀ ਧੱਕੇ ਖਾਈ ਤੇ ਮੇਰੇ ਤੋਂ ਵੀ ਲਵਾਈ। ਚੱਲ ਐਂ ਕਰ, ਬਿਜਲੀ ਬੋਰਡ 'ਚ ਲਵਾ ਦਿਆਂ। ਹੁਣ ਇਹ ਦੱਸ ਕਰਨਾ ਕੀ ਆ? ਬਾਈ ਮੈਂ ਤੇਰਾ ਮਿਸ ਕਰਦਾ, ਫਿਰ ਆਪਾਂ ਮਿਸ ਹੋ ਜਾਣਾ ਵਿੱਚੋਂ, ਹੈ। ਹਾਂ, ਬਿਜਲੀ ਬੋਰਡ 'ਚ ਲਵਾ ਦਾਂ। ਮੈਨੂੰ ਇਹ ਦੱਸ ਕਰਨਾ ਕੀ ਆ? ਕੱਖ ਨਹੀਂ ਕਰਨਾ, ਸਵੇਰੇ ਸਵੇਰੇ ਜਾ ਕੇ ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰਨਾ। ਅੱਛਾ, ਨੰਗੀਆਂ ਤਾਰਾਂ ਤੇ ਗਿੱਲਾ ਕੱਪੜਾ ਮਾਰਨਾ? ਹਾਂ ਹਾਂ। ਤਨਖਾਹ ਕਿੰਨੀ ਕੁ ਮਿਲੂਗੀ? ਹਾਂ, ਫਿੱਟੇ ਮੂੰਹ ਜਿੰਦੀ ਰਹੂੰਗੀ ਤਾਂ ਤਨਖਾਹ ਲਊਂਗੀ, ਪਹਿਲੇ ਦਿਨ ਹੀ ਕੰਮ ਹੋ ਜਾਣਾ। ਵੇਖ ਲਓ ਮੈਨੂੰ ਮਰਵਾਉਣ ਨੂੰ, ਫਿਰ ਤਾਂ ਬੜੀ ਕੁੱਤੀ ਚੀਜ਼ ਆ ਤੂੰ। ਨਹੀਂ, ਮੈਂ ਤਾਂ ਇਕੱਲੀ ਚੀਜ਼ ਹੀ ਹਾਂ। ਕੁੱਤੀ ਕੁੱਤੀ, ਇਹਨਾਂ ਨੂੰ ਤੇ ਪਤਾ ਲੱਗ ਗਿਆ ਤੈਨੂੰ ਠਹਿਰ ਕੇ ਲੱਗ ਜਾਊਗਾ। ਮੈਂ ਨਾ ਤੇਰੇ ਨਾਲ ਕੰਮ ਨਹੀਂ ਕਰਨਾ। ਓ ਮੇਰੀ ਗੱਲ ਸੁਣ, ਗੁੱਸਾ ਟੱਚ ਨਾ ਕਰ ਮੈਨੂੰ। ਟੱਚ ਨਾ ਕਰ, ਤੇਰੀਆਂ ਤਾਰਾਂ ਨੰਗੀਆਂ ਵਾ, ਜਾਂ ਤੂੰ ਭੱਠੀ 'ਚੋਂ ਨਿਕਲ ਕੇ ਆਈ ਆ, ਜਾਂ ਤੂੰ ਟੱਚ ਸਕਰੀਨ ਆ, ਮੈਂ ਟੱਚ ਕਰੂੰ ਤੇਰੀ ਗੈਲਰੀ ਖੁੱਲ ਜਾਣੀ ਆ। ਮੇਰੇ ਕਹਿਣ ਦਾ ਮਤਲਬ ਮੈਨੂੰ ਹੱਥ ਨਾ ਲਾਈ। ਹੱਥ ਨਾ ਲਾਈ, ਸ਼ਦੈਣ ਹੋਈ ਫਿਰਦੀ ਆ, ਮੈਂ ਨਹੀਂ ਲਾਉਂਦਾ ਹੱਥ ਤੈਨੂੰ। ਬੈ ਦੇਖ ਫੋਟੋ 'ਚੋਂ ਤੂੰ ਮੇਰੀ ਕਿੰਨੀ ਲੱਸੀ ਕਰਦਾ ਆ। ਹਾਂ, ਤੂੰ ਮੈਨੂੰ ਦੱਸ ਕਦੋਂ ਤੋਂ ਕਮੇਡੀ ਕਰਦੀ ਤੂੰ? ਜਦੋਂ ਮੈਂ ਐਡੀ ਸੀ ਉਦੋਂ ਤੋਂ ਕਮੇਡੀ ਕਰਦੀ ਆ। ਥੋੜੀ ਜਿਹੀ ਵੱਡੀ ਹੋ ਜਾ। ਕਿਉਂ? ਐਡਾ ਬਿੱਲੀ ਦਾ ਬੱਚਾ ਹੁੰਦਾ, ਜੰਮਦੀ ਕਮੇਡੀ ਕਰਨ ਲੱਗ ਪਈ ਤੂੰ। ਹਟਦਾ ਨਹੀਂ, ਪਹਿਲਾਂ ਪਤਾ ਕੀ ਕਹਿੰਦਾ ਸੀ? ਹਾਏ, ਤੂੰ ਮੇਰੀ ਅੱਖਾਂ 'ਚ ਰਹਿੰਦੀ ਹੈ, ਤੂੰ ਮੇਰੇ ਦਿਲ 'ਚ ਰਹਿੰਦੀ ਹੈ, ਤੂੰ ਮੇਰੇ ਸਾਹਾਂ 'ਚ ਰਹਿੰਦੀ ਹੈ, ਤੂੰ ਮੇਰੇ ਮਨ 'ਚ ਰਹਿੰਦੀ ਹੈ। ਮੈਨੂੰ ਤਾਂ ਸਾਲਾ ਪਤਾ ਹੀ ਹੋਣ ਲੱਗਾ ਤੂੰ ਨਕੋਦਰ ਕਿਰਾਏ 'ਤੇ ਰਹਿੰਦੀ ਹੈ, ਉਦੋਂ ਦਾ ਮੈਂ ਹਟ ਗਿਆ ਕਰਨਾ ਹੀ ਇੱਜ਼ਤ ਤੇਰੀ। ਉਹ ਪੋਟੂ ਸ਼ਾਹ ਦੇਖ ਦੇਖ, ਸ਼ਾਹਜਹਾਂ ਨੇ ਮੁਮਤਾਜ਼ ਦੀ ਯਾਦ ਦੇ ਵਿੱਚ ਤਾਜ ਮਹਿਲ ਬਣਾ ਦਿੱਤਾ। ਅੱਛਾ, ਤੇ ਤੂੰ ਮੇਰੀ ਯਾਦ 'ਚ ਕੀ ਬਣਾਏਗਾ?
ਉਹ ਤੂੰ ਹੀ ਮਰਨ 'ਚ ਲੇਟ ਹੋਣ ਡਈ, ਮੈਂ ਤਾਂ ਜਲੰਧਰ ਪਲਾਟ ਲਈ ਬੈਠਾ, ਹਵੇਲੀ ਤੋਂ ਪਰਲੇ ਪਾਸੇ ਲੈ ਲਿਆ, ਉੱਥੇ ਬਣਾਉਣਾ, ਮੈਂ ਤਾਂ ਲਈ ਬੈਠਾ। ਚੱਲ ਮੈਨੂੰ ਇੱਕ ਗੱਲ ਦੱਸ, ਹਾਂ, ਜਿਹੜਾ ਬੰਦਾ ਹਾਂ 20 ਸਾਲ ਦਾ ਹੋ ਕੇ ਵੀ ਕਿਸੇ ਕੁੜੀ ਨਾਲ ਪਿਆਰ ਨਹੀਂ ਕਰਦਾ, ਉਹਦੇ ਸੀਨੇ ਵਿੱਚ ਦਿਲ ਨਹੀਂ ਹੁੰਦਾ, ਜਿਹੜਾ 50ਵਾਂ ਦਾ ਹੋ ਕੇ ਵੀ ਹਟਦਾ ਨਹੀਂ, ਉਹਦੇ ਸਾਲੇ ਦਾ ਦਿਮਾਗ ਨਹੀਂ ਹੁੰਦਾ, 50ਵਾਂ ਤੋਂ ਬਾਅਦ ਹਟ ਜਾਣਾ ਚਾਹੀਦਾ। ਤੈਨੂੰ ਸਵਾਲ ਜਵਾਬ ਬੜੇ ਪਸੰਦ ਆ ਮੈਨੂੰ, ਮੈਂ ਤੇਤੋਂ ਸਵਾਲ ਪੁੱਛਦੀ ਆ, ਸਭ ਤੋਂ ਜ਼ਿਆਦਾ ਬਰਫ਼ ਕਿੱਥੇ ਪੈਂਦੀ ਆ? ਸਭ ਤੋਂ ਜ਼ਿਆਦਾ ਬਰਫ਼ ਪੰਜਾਬ 'ਚ ਪੈਂਦੀ ਆ। ਲੈ, ਇੰਨੀ ਗਰਮੀ ਹੋਈ ਪਈ ਆ, ਉਹ ਕਿੱਦਾਂ ਪੈਂਦੀ ਆ ਪੰਜਾਬ 'ਚ? ਸ਼ਾਮ ਨੂੰ ਸ਼ਰਾਬ ਵਾਲੀਆਂ ਗਲਾਸੀਆਂ 'ਚ ਪੈਂਦੀ ਆ, ਜਿਹੜੇ ਜਿਹੜੇ ਪਾਉਂਦੇ ਆ ਹੁਣ ਤਾਲੀਆਂ ਖਿੱਚ ਕੇ ਬਰਫ਼ ਪਾ ਦੇ, ਖਾਰਾ ਭਾਵਾਂ ਰਹਿਣ ਦੇ, ਇਹਦਾ ਕਹਿੰਦੇ ਖਾਰਾ ਬਣ ਜਾਣਾ, ਟੈਨਸ਼ਨ ਨਾ ਲੈ ਤੂੰ। ਮੈਨੂੰ ਇਹ ਦੱਸ, ਇਹ ਡਾਕਟਰ ਤੇ ਰੱਬ ਦੇ ਵਿੱਚ ਫਰਕ ਕੀ ਆ? ਥੋੜਾ ਹੀ ਫਰਕ ਹੁੰਦਾ। ਕਿੱਦਾਂ? ਰੱਬ ਜਦੋਂ ਨਾਰਾਜ਼ ਹੁੰਦਾ ਡਾਕਟਰ ਕੋਲੇ ਭੇਜ ਦਿੰਦਾ, ਤੇ ਡਾਕਟਰ ਜਦੋਂ ਨਾਰਾਜ਼ ਹੁੰਦਾ ਉਹ ਰੱਬ ਕੋ ਭੇਜ ਦਿੰਦਾ। ਨਾਲੇ ਮੈਂ ਤੈਨੂੰ ਦੱਸ ਇੱਕ ਸਵਾਲ ਪੁੱਛਾਂ, ਤੂੰ ਮੇਰੇ ਤੋਂ ਪੁੱਛ ਅੱਜ ਸਵਾਲ। ਮੈਨੂੰ ਦੱਸ ਦੁੱਧ ਪੀਣ ਨਾਲ ਕੀ ਹੁੰਦਾ? ਦੁੱਧ ਪੀਣ ਨਾਲ ਰੰਗ ਗੋਰਾ ਗੋਰਾ ਹੋ ਜਾਂਦਾ, ਚਿੱਟਾ ਚਿੱਟਾ ਹੋ ਜਾਂਦਾ। ਝੂਠ ਬੋਲਦੀਆਂ ਤੂੰ। ਕਿਉਂ? ਸਾਡਾ ਕੱਟਾ ਸਾਲਾ 2 ਸਾਲਾਂ ਤੋਂ ਪੀਣ ਡਿਆ, ਕਾਲੇ ਦਾ ਕਾਲਾ ਹੀ ਆ, ਹੈ ਉਹ ਤੇ ਗੋਰਾ ਹੋਇਆ ਨਹੀਂ। ਮੈਨੂੰ ਫਿਰ ਤੂੰ ਐਂ ਦੱਸ, ਆ ਵੀ ਗੰਜਾ ਜਿਹਾ, ਆ ਜਾ ਇੱਧਰ, ਆ ਜਾ, ਥੋੜੇ ਜਿਹੇ ਪੈਸੇ ਦਿਓ, ਅੱਜ ਵਾਲ ਲਵਾਉਣੇ ਇਹਦੇ ਭਾਜੀ, ਲੋਕਾਂ ਦੇ ਅੱਗੇ ਦਾੜੀ ਆਉਂਦੀ, ਇਹਦੇ ਪਿੱਛੇ ਆਈ ਹੋਈ ਆ। ਬੰਦੇ ਦੇ ਸਿਰਫ 2 ਔਰਤਾਂ ਹੱਥ ਫੇਰ ਸਕਦੀਆਂ, ਸਿਰ ਤੇ ਇੱਕ ਮਾਂ ਤੇ ਇੱਕ ਘਰ ਵਾਲੀ। ਸਹੀ ਗੱਲ ਆ। ਜਦੋਂ ਮਾਂ ਹੱਥ ਫੇਰਦੀ ਆ ਉਦੋਂ ਵਾਲ ਆਉਂਦੇ ਆ, ਤੇ ਜਦੋਂ ਜਨਾਨੀ ਫੇਰਦੀ ਉਦੋਂ ਇਦਾਂ ਦਾ ਹੋ ਜਾਂਦਾ। ਇਹਨੂੰ ਮੈਂ ਕਿਹਾ, ਮੈਂ ਕਿਹਾ ਪੁੱਤ ਹੈਲਮਟ ਲੈ ਲਿਆ ਕਰ, ਐਸਾ ਪਿਓ ਦਾ ਪੁੱਤ ਕਹਿੰਦਾ ਮੈਂ ਹੈਲਮਟ ਨਹੀਂ ਲੈਣਾ, ਮੈਂ ਨਹੀਂ ਲੈਣਾ। ਮੈਂ ਕਿਹਾ ਫਿਰ ਗੱਲ ਸੁਣ, ਹੈਲਮਟ ਨਹੀਂ ਲੈਣਾ ਤਾਂ ਮੈਂ ਤੈਨੂੰ 10 ਰੁਪਏ ਦਿੰਦਾ ਸਾਲਿਆ, ਸਿਰ 'ਤੇ ਕਾਲਾ ਰੰਗ ਕਰਾ ਲਾ, ਪੁਲਿਸ ਰੋਕੂਗੀ ਨਹੀਂ। ਹੈਲੋ, ਕਿਉਂਕਿ ਹੈਲਮਟ ਹੀ ਲੱਗਣਾ ਤੂੰ। ਹਾਂ, ਮੈਂ ਕਿਹਾ ਪੋਟੂ ਸ਼ਾਹ ਜੀ, ਹਾਂਜੀ, ਆਵਾਜ਼ ਹੀ ਬੜੀ। ਕੋਈ ਨਹੀਂ ਕੋਈ ਨਹੀਂ, ਹੋ ਜਾਂਦਾ, ਬਹੁਤ ਵਧੀਆ ਸਾਊਂਡ, ਇੱਕ ਪੰਜਾਬ ਦੀ ਨਾਮੀ ਸਾਊਂਡ ਹੈ, ਔਰ ਵੱਡੇ ਵੱਡੇ ਫਨਕਾਰਾਂ ਦੇ ਨਾਲ ਡਿੰਪੀ ਸਾਊਂਡ ਜਾਂਦੀ ਹੈ, ਬਹੁਤ ਵਧੀਆ। ਹਾਂਜੀ, ਮੈਂ ਕਿਹਾ ਪੋਟੂ ਸ਼ਾਹ ਜੀ, ਮਾਹੌਲ ਬਹੁਤ ਵਧੀਆ ਬਣਿਆ। ਮੈਂ ਕਿਹਾ ਸੁਣਨ ਵਾਲੇ ਬੈਠੇ, ਮਾਹੌਲ ਅੱਛਾ ਬਣ ਗਿਆ। ਮੇਰਾ ਦਿਲ ਕਰਦਾ ਕਿ ਮੈਂ ਅੱਜ ਸ਼ੇਰੋ ਸ਼ਾਇਰੀ ਕਰ ਲਵਾਂ। ਕਰ ਕਰ ਸ਼ੇਰੋ ਸ਼ਾਇਰੀ ਕਰ, ਦੇਖ ਲਾਈਵ ਚੱਲ ਰਿਹਾ ਪ੍ਰੋਗਰਾਮ। ਕਿਹੜਾ ਚੈਨਲ ਚਲਾ ਰਿਹਾ ਬਾਈ? ਹਾਂ, GP ਲਾਈਵ ਚਲਾ ਰਿਹਾ, ਜ਼ੋਰਦਾਰ ਤਾਲੀਆਂ, ਘਰਾਂ 'ਚ ਬੈਠੇ ਪ੍ਰੋਗਰਾਮ ਦਿਖਾ ਰਿਹਾ ਸਾਨੂੰ। ਹਾਂਜੀ ਬੀਬਾ, ਕਰ ਸ਼ੇਰੋ ਸ਼ਾਇਰੀ ਫੇ ਕੋਈ। ਮੈਂ ਤਾਂ ਹਿੰਦੀ ਮੇ ਸ਼ੇਰੋ ਸ਼ਾਇਰੀ ਕਰੂੰਗੀ। ਅੱਛਾ, ਤੂੰ ਹਿੰਦੀ 'ਚ ਕਰੂੰਗੀ ਸ਼ੇਰੋ ਸ਼ਾਇਰੀ? ਮੇਰੀ ਹਿੰਦੀ ਬਹੁਤ ਵਧੀਆ ਆ। ਆ ਹਿੰਦੀ ਇਹਦੀ ਬੜੀ ਸੋਹਣੀ ਹਿੰਦੀ, ਪਤਾ ਕਿੱਦਾਂ ਬੋਲਦੀ ਆ? ਮੈਂ ਆਪਣੀ ਸਹੇਲੀਓ ਕੇ ਸਾਥ ਤਾਂਗੇ ਪੇ ਬੈਠ ਕੇ ਜਾ ਰਹੀ ਥੀ, ਤਾਂਗੇ ਕਾ ਚਾਕਾ ਖਾਡੇ ਮੇ ਗਿਆ, ਘੋੜਾ ਆਗੇ ਸੇ ਚੂਕ ਹੋ ਗਿਆ। ਮੈਂ ਨਾ ਆਪਣੀ ਸਹੇਲੀਓ ਕੇ ਸਾਥ ਗੋਲ ਗੱਪੇ ਖਾ ਰਹੀ ਥੀ, ਜੈਸੇ ਮੈਨੇ ਗੋਲ ਗੱਪਾ ਮੂੰਹ ਮੇ ਰੱਖਾ, ਗੋਲ ਗੱਪਾ ਫਾਟ ਗਿਆ। ਮੈਂ ਨਾ ਰਾਤ ਕੋ ਬੁਰਸ਼ ਕਰਕੇ ਸੋਈ, ਮੈਨੇ ਸੁਬਹ ਉੱਠ ਕੇ ਕਿਹਾ, ਦੇਖਾ ਮੇਰੇ ਦਾੰਦ ਚੀਟੇ ਚੀਟੇ ਹੋ ਗਏ, ਫਿਟੇ ਮੈਨੂੰ ਤੁਹਾਡਾ ਨਹੀਂ ਬੋਲਿਆਂ ਦੀ ਨਾ ਬੋਲੋ। ਓ ਬਸ ਕਰ ਬਸ ਕਰ, ਹੁਣ ਤੂੰ ਹਿੰਦੀ ਮੈਂ ਹਿੰਦੀ ਚ ਸ਼ੇਅਰ ਬੋਲਦੀ, ਤੂੰ ਪੰਜਾਬੀ ਆਪੀ ਬਣਾਈ ਜਾਏ। ਮੈਂ ਕਿਹਾ ਤੂੰ ਭਾਵਾਂ ਉਰਦੂ ਚ ਬੋਲ, ਮੈਂ ਉਹਦਾ ਰਸ਼ੀਅਨ ਚ ਜਵਾਬ ਦਊਂ, ਪੋਟੂ ਸ਼ਾਹ ਆ। ਆ ਜਾ ਬੋਲ, ਸ਼ੇਅਰ ਬੋਲ। ਸ਼ੇਅਰ ਯਰਸ ਹੈ ਆਉਣ ਦਿਓ। ਸੜਕ ਕੇ ਇਸ ਪਰ ਤੇਰੇ ਬਾਪ ਕਾ ਘਰ, ਵਾਹ 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 ਵਾਹ, ਸੜਕ ਕੇ ਉਸ ਪਰ ਮੇਰੇ ਬਾਪ ਕਾ ਘਰ, ਤੇ ਵਿਚਾਲੇ ਗੰਦਾ ਨਾਲਾ ਪੈਂਦਾ। ਪੂਰਾ ਸ਼ੇਰ ਸੁਣਾਓ। ਸੜਕ ਇਸ ਪਰ ਤੇਰੇ ਬਾਪ ਕਾ ਘਰ, ਆਏ ਹਾਏ, ਸੜਕ ਇਸ ਪਰ ਮੇਰੇ ਬਾਪ ਕਾ ਘਰ, ਆਹਾ, ਹਮ ਮਿਲेंगे ਵੀ ਸੜਕ ਮੇ, ਨਾ ਜਹਾਂ ਤੇਰੇ ਬਾਪ ਕਾ ਡਰ, ਨਾ ਮੇਰੇ ਬਾਪ ਕਾ ਡਰ। ਬਣਾਈਏ ਪੰਜਾਬੀ, ਫਿਰ ਪੰਜਾਬੀ ਬਣਾਓ ਪੰਜਾਬੀ। ਸੜਕ ਤੋਂ ਪਰਲੇ ਪਾਸੇ ਸਾਲਾ ਤੁਹਾਡੇ ਬੁੜੇ ਦਾ ਘਰ, ਬੜਰਾ, ਸੜਕ ਦੇ ਇਧਰਲੇ ਪਾਸੇ ਸਾਲਾ ਸਾਡੇ ਬੁੜੇ ਦਾ ਘਰ, ਅਸੀਂ ਮਿਲਾਂਗੇ ਸੜਕ ਦੇ ਵਿਚਾਲੇ ਹੀ, ਇੱਥੇ ਨਾ ਤੁਹਾਡੇ ਬੁੜੇ ਦਾ ਡਰ, ਨਾ ਸਾਡੇ ਬੁੜੇ ਦਾ ਡਰ। ਆਓ ਆਓ, ਲਿਆਓ ਸ਼ੇਰ, ਲਿਆਓ ਹੋਰ, ਲਿਆਓ ਜੇ, ਆਉਣ ਦਿਓ। ਮੇਰੀ ਜ਼ੁਲਫੋਂ ਤਲੇ, ਹਾਏ ਹਾਏ, ਮੇਰੀ ਜ਼ੁਲਫੋਂ ਤਲੇ ਦੇਖੋ ਸ਼ਾਮ ਢਲੇ, ਇਹਦੀ ਪੰਜਾਬੀ ਸਿੱਧੀ ਬਣਦੀ ਆ, ਕੀ ਤੇਰੇ ਝਾਟੇ ਥੱਲੇ ਨੇਰਾ ਹੋ ਜੇ। ਲਿਆਓ ਕੇ ਸ਼ੇਰ, ਲਿਆਓ ਹਿੰਦੀ ਕੱਢ ਕੇ ਲਿਆਓ।
भरी महफिल में, भरी महफिल में, भरी महफिल में ना जाने किसने किस किस को किस किया। एदी पंजाबी सिद्धी बन दी आ की एक थां ते बड़ी भीड़ सी, पता नहीं कौन के दियां चुम्मियां लै गया। कैसन भैया जी खुश है? अब का फोटू सा ससुरा आ जा तो हमार बात करे रही, कैसन है हो जा वह जौन लही चले जा, पैसा कहाँ है? फोटू सा ही हमार फिल्म बनाया जा तो नहीं बनाया जा, ससुरा भल्ला नहीं बनाए हमार फिल्म और कोई नहीं, घुगी नहीं बनाए, फोटू सा बना रहा है जोरदार ताली लगा दे, कैसा पांच पेड़ मोहक रहे चले जात पैसा नहीं दे। आओ का हाँ आन दे मैं का फोटू शाह जी, मेरी कदे कदे तारीफ भी कर दिया करो। तारीफ करा? हाँ। रोज रोज ब्यूटी पार्लर ना जाया करो। नहीं जान्दी मैं। दोपहरे शाम हो जान्दी, जुल्फा ना लहराया करो। ओए होए होए होए। जे लोकां दियां नजरां तो बचना है ना फिर की करिया करा? गले च हरियां मिर्चां ते नींबू लटकाया करो, दुकानां वाले टंगे हुंदे नजर ना लगे। देख मेरे बाल किन्ने सोहने, बालां दी तारीफ करिया कर। बालां दी तारीफ करा? हाँ। ਇਹ ਜਿਹੜੇ ਤੁਹਾਡੇ ਲੰਬੇ ਬਾਲ ਹੁੰਦੇ ਆ, ਅੱਛਾ, ਮੁੰਡਿਆਂ ਨੂੰ ਫਸਾਉਣ ਵਾਲੇ ਜਾਲ ਹੁੰਦੇ ਆ, ਉਹ ਫੇਰ ਠੀਕ ਆ। ਤੇਰੇ ਵਰਗੀਆਂ ਪਤਾ ਨਹੀਂ ਕਿੰਨਿਆਂ ਦਾ ਖੂਨ ਪੀ ਗਈਆਂ, ਤਾਂ ਹੀ ਤੇ ਤੁਹਾਡੇ ਬੁੱਲ ਲਾਲ ਹੁੰਦੇ ਆ। ਚੀਕਾਂ ਮਾਰ ਦਿਆ ਕਰੋ, ਤੁਹਾਡੇ ਵੱਲ ਦੀ ਗੱਲ ਕਰਦਾ ਪਿਆ ਮੈਂ। ਮੇਰਾ ਪਤਾ ਕੀ ਦਿਲ ਕਰਦਾ? ਹੈ ਮੇਰਾ ਦਿਲ ਕਰਦਾ ਮੈਂ ਤੇਰਾ ਕਤਲ ਕਰਦਾ। ਤੂੰ ਮੇਰਾ ਕਤਲ ਕਿਵੇਂ ਕਰੇਂਗੀ? ਕਿਉਂਕਿ ਮੈਂ ਖੂਨੀ। ਹਾਏ ਹਾਏ, ਮੈਂ ਕਾਤਿਲ, ਮੇਰੇ ਕਾਲ ਕਾਤਿਲ, ਮੇਰੇ ਆਂਖ ਕਾਤਿਲ, ਮੇਰੇ ਆਈਬ੍ਰੋ ਕਾਤਿਲ, ਮੇਰੇ ਗਾਲੋ ਪੇ ਲਗਾ ਕਾਲਾ ਤਿਲ ਕਾਤਿਲ। ਹੁਣ ਇਹਦਾ ਜਵਾਬ ਮੇਲ ਮਤਲ ਬਣ ਕੇ ਦਵਾਂ? ਹਾਂ। ਮੈਂ ਕਿਹਾ ਸਾਲੀਏ ਤੂੰ ਖੂਨੀ, ਤੇਰੇ ਪਰਵੱਟੇ ਖੂਨੀ, ਤੇਰੇ ਡੇਲੇ ਖੂਨੀ, ਤੇਰੀਆਂ ਗੱਲਾਂ ਦੇ ਲੱਗਾ ਮੋਗਾ ਖੂਨੀ, ਤੇ ਨੱਕ 'ਚ ਪਾਇਆ ਕੋਕਾ ਖੂਨੀ, ਤਾਲੀਆਂ ਵਜਾ ਦਿਓ। ਮੈਂ ਤਾਂ ਮੈਂ ਜਵਾਬ ਦਿੰਦਾ ਹੁਣ, ਗੱਲ ਨਹੀਂ ਬਾਤ ਨਹੀਂ। ਔਰ ਮੈਂ ਕਿਹਾ ਪੋਟੂ ਸ਼ਾਹ ਜੀ, ਤੁਹਾਡੇ ਘਰ ਤਾਂ ਰੌਣਕ ਲੱਗੀ ਰਹਿੰਦੀ ਹੋਣੀ ਆ। ਮੈਂ ਕਿਹਾ ਪੁੱਛਣਾ, ਜਿੱਡੇ ਸਿਆਪੇ ਮੇਰੇ ਘਰ ਪੈਂਦੇ ਕਿਸੇ ਦੇ ਨਹੀਂ ਪੈਂਦੇ। ਮੈਂ ਇੱਕ ਬਾਬੇ ਕੋਲ ਚਲ ਗਿਆ, ਮੈਂ ਕਿਹਾ ਚਲੋ ਮਾਨ ਸਾਹਿਬ ਬਾਬਾ ਠੀਕ ਕਰ ਦੂਗਾ। ਤੇ ਮੈਂ ਬਾਬੇ ਕੋਲ ਗਿਆ, ਮੈਂ ਕਿਹਾ ਬਾਬਾ ਜੀ ਘਰੇ ਝਗੜਾ ਰਹਿੰਦਾ। ਅੱਛਾ। ਤੇ ਬਾਬਾ ਕਿਉਂ ਪਤਾ ਕੀ ਕਹਿੰਦਾ? ਕੀ ਕਹਿੰਦਾ? ਗੋਲ ਗੱਪੇ ਕਬ ਖਾਏ ਥੇ, ਟ੍ਰੇਨ ਮੇ ਸਫ਼ਰ ਕਬ ਕੀਆ ਥਾ। ਮੈਂ ਬਾਬਾ ਜੀ ਬੜਾ ਟਾਈਮ ਹੋ ਗਿਆ, ਬਸ ਵਹੀਂ ਪੇ ਕਿਰਪਾ ਰੁਕੀ ਹੋਈ ਹੈ। ਮੈਂ ਕਿਹਾ ਕਿਰਪਾ ਨੂੰ ਛੱਡੋ ਬਾਬਾ ਜੀ, ਤੁਸੀਂ ਮੇਰੇ ਘਰ ਠੀਕ ਕਰੋ। ਅੱਛਾ ਬੇਟਾ, ਇਸੇ ਕਰੋ, ਆਪਣੀ ਬੀਵੀ ਕੇ ਖਾਣੇ ਕੀ ਤਾਰੀਫ ਕਰਨਾ। ਤਾਰੀਫ ਕਰੋ। ਮੈਂ ਘਰੇ ਗਿਆ, ਪਰੌਂਠੇ ਬਣਾ ਕੇ ਬੈਠੀ, ਪਰੌਂਠੇ ਬਣਾ ਕੇ ਬੈਠੀ। ਮੈਂ ਜਿੱਦਾਂ ਬੁਰਕੀ ਤੋੜ ਕੇ ਖਾਧੀ, ਮੈਂ ਕਿਹਾ ਸੱਦ ਕੇ ਜਾਵਾਂ ਪ੍ਰੀਤ ਕੌਰ, ਇੰਨੇ ਸਵਾਦ ਮੈਂ ਹਾਂ ਪਰੌਂਠੇ। ਅੱਛਾ। ਮੈਂ ਹਾਂ ਦਿਲ ਕਰਦਾ ਬਣਾਉਣ ਵਾਲੀ ਦੇ ਹੱਥ ਚੁੰਮ ਲਵਾਂ। ਉਹ ਤਾਂ ਖੁਸ਼ੀ ਬਹੁਤ ਹੋ ਗਈ ਹੋਣੀ ਆ। ਮੈਂ ਖੁਸ਼ ਹੋਣਾ, ਅੰਦਰੋਂ ਛਿੱਤਰ ਕੱਢ ਲਿਆ। ਕਹਿੰਦੀ ਕੰਜਰਾ, ਜਦੋਂ ਦਾ ਵਿਆਹ ਮੈਂ ਬਣਾ ਕੇ ਖਵਾਉਣ ਡੀ, ਅੱਜ ਗੁਆਂਢਣ ਕੋਲ ਪਰੌਂਠੇ ਆਏ ਤਾਂ ਹੱਥ ਚੁੰਮਣ 'ਤੇ ਜਾਣ ਡੇ। ਬਾਬੇ ਨੇ ਹੋਰ ਸਿਆਪਾ ਪਾਤਾ, ਤਾਲੀਆਂ ਵਜਾ ਦੇ, ਬੜੇ ਧਿਆਨ ਰੱਖਿਆ ਕਰੋ। ਇੱਕ ਸਾਡੇ ਵੀ ਬਾਬਾ ਹੈਗਾ। ਕਿਹੜਾ ਬਾਬਾ? ਬਾਬਾ ਡੋਲੂ ਸ਼ਾਹ। ਡੋਲੂ ਸ਼ਾਹ? ਉਹਦਾ ਨਾਰਾ ਪਤਾ ਕਿੱਦਾਂ? ਕਿੱਦਾਂ? ਰੋਟੀ ਖਾਓ ਢਾਬੇ ਦੀ ਤੇ ਜੈ ਡੋਲੂ ਵਾਲੇ ਬਾਬੇ ਦੀ। ਲੈ ਮੈਂ ਡੋਲੂ ਵਾਲਾ ਬਾਬਾ ਬਣਿਆ, ਆ ਜਾ ਬੀਬੀ, ਵੇਖੀਏ ਤੇਰੀ ਕਿਸਮਤ, ਵੇਖ ਲੈਂਦੇ ਹਾਂ। ਕਿਸਮਤ ਵੇਖ ਲੈਂਦੇ ਹਾਂ? ਮੈਂ ਕਿਹਾ ਆ ਸਹੀ ਵੇਖ ਲੈਂਦੇ ਹਾਂ, ਹੱਥ ਵੇਖ ਲੈਂਦੇ ਹਾਂ। ਹੱਥ ਨਹੀਂ, ਤੇਰਾ ਮੂੰਹ ਹੀ ਵੇਖਾਂਗੇ, ਮੂੰਹ ਚੰਗਾ ਵਾ। ਲੈ ਕਰ ਗੱਲ ਬਾਬਿਆਂ ਨਾਲ ਆ ਕੇ ਵੇਖ। ਬਾਬਾ ਜੀ, ਬਾਬਾ ਜੀ, ਬਾਬਾ ਜੀ, ਅੱਗੇ ਬੋਲੋ, ਤੁਹਾਡਾ ਗੇਰ ਫਸ ਗਿਆ ਹੈ, ਕੀ ਗੱਲ ਹੈ? ਬਾਬਾ ਜੀ, ਬਾਬਾ ਜੀ, ਮੈਂ ਬਹੁਤ ਦੁਖੀ ਆ। ਤੇ ਬਾਬਾ ਸੜਾ ਕਿਹੜਾ ਸੁਖੀ ਆ? ਮੰਮੀ ਦੁਖੀ ਹੋ ਕੇ ਬਾਬਾ ਬਣਿਆ, ਸੁਖੀ ਹੁੰਦਾ ਤੇ ਕਰਨਾ ਬੈਠਾ ਹੁੰਦਾ, ਕੀ ਤਕਲੀਫ ਹੈ ਤੈਨੂੰ? ਬਾਬਾ ਜੀ, ਬਚਨ ਕਰੋ। ਬਚਨ ਮਤਾਬਚਨ ਕਰੀਏ ਕਿ ਅਭਿਸ਼ੇਕ ਬਚਨ ਕਰੀਏ? ਇਹ ਦੋਨੇ ਬਚਨ ਹੀ ਨੇ। ਬੋਲ ਕੇ ਬਚਨ ਕਰੋ ਜਿੱਦਾਂ ਬਾਬੇ ਕਰਦੇ ਆ। ਤੈਨੂੰ ਦੱਸ ਬੀਬੀ ਚਾਹੀਦਾ ਕੀ ਆ? ਚਰਨਾਂ 'ਚ ਮੇਰੇ ਆਈ ਆ, ਕੀ ਚਾਹੀਦਾ ਤੈਨੂੰ? ਅੱਜ 10 ਦਿਨ ਹੋ ਗਏ। ਹਾਂ, 10 ਦਿਨ ਹੋ ਗਏ ਮੇਰਾ ਘਰ ਵਾਲਾ ਘਰ ਨਹੀਂ ਆਇਆ। 10 ਦਿਨ ਹੋ ਗਏ ਘਰ ਵਾਲਾ ਘਰ ਨਹੀਂ ਆਇਆ? ਨਹੀਂ ਆਇਆ। ਅਸੀਂ ਬਚਨ ਕਰਦੇ ਆ, ਕੱਲ 11 ਵਜੇ ਤੇਰਾ ਘਰ ਵਾਲਾ ਘਰ ਆ ਜਾਊ। ਸੱਚੀ 11 ਵਜੇ ਆ ਜਾਊ? ਬਚਨ ਹੋ ਗਏ, ਆ ਜਾਊ। ਬਚਨ ਹੋ ਗਏ, ਆ ਜਾਊ। ਆ ਜਾਊ, ਪੱਕਾ ਆ ਜਾਊ, ਕਹਿਤਾ ਆ ਜਾਊ।
ਤੇ ਜੇ 11 ਵਜੇ ਵੀ ਨਾ ਆਇਆ ਫਿਰ ਚਿੰਤਾ ਨਾ ਕਰੀ 12 ਵਜੇ ਮੈਂ ਆ ਜਾਊਂਗਾ ਬਾਬਿਆਂ ਦੇ ਕੰਮ ਦੱਸਦਾ ਤੈਨੂੰ ਤਾਲੀਆਂ ਵਜਾ ਦੇ ਇਸ ਕਰਕੇ ਗੁਰੂ ਘਰ ਜਾਇਆ ਕਰੋ ਖੰਡੀ ਬਾਬਿਆਂ ਤੋਂ ਪਿੱਛੇ ਰਹੋ ਇਹ ਹੋਰ ਹੀ ਗੱਲ ਦੱਸਣ ਦੇ ਆ ਕੋਈ ਹਾਂ ਮੈਂ ਕਿਹਾ ਪੋਟੂ ਸ਼ਾਹ ਜੀ ਔਰ ਇੱਕ ਆਪਾਂ ਮੈਂ ਪੰਜਾਬ ਦੇ ਕਲਾਕਾਰਾਂ ਨੂੰ ਸਲੂਟ ਕਰਦਾ ਜਿਨ੍ਹਾਂ ਨੇ ਧੀਆਂ ਦੇ ਹੱਕ 'ਚ ਗੀਤ ਗਾਏ ਆ ਅਤੇ ਅੱਜ ਪੰਜਾਬ 'ਚੋਂ ਭਰੂਣ ਹੱਤਿਆ ਖਤਮ ਹੋ ਗਈ ਆ ਇੱਕ ਵਾਰੀ ਤਾਲੀਆਂ ਵਜਾ ਦਿਓ ਮਿੱਤਰੋ ਔਰ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਇਹੀ ਕਹਿੰਦਾ ਕਿ ਮਿੱਤਰੋ ਹੁਣ ਨਸ਼ਿਆਂ ਦੇ ਖਿਲਾਫ਼ ਵੀ ਗੀਤ ਗਾਓ ਤਾਂ ਕਿ ਪੰਜਾਬ ਆਪਣੇ ਨੂੰ ਨਸ਼ਾ ਮੁਕਤ ਕਰੀਏ ਮੇਰਾ ਬੇਟਾ ਹਰਮਨ ਸ਼ਾਹ ਉਹਨੂੰ ਕਿਹਾ ਪੁੱਤ ਚੰਗਾ ਹੀ ਗਾਣਾ ਪੰਜਾਬ ਨੂੰ ਚੰਗਾ ਗਾਣਾ ਦੇਣਾ ਜੇ ਅਸੀਂ ਚਿੱਟੇ ਦੇ ਗਾਣੇ ਗਾਵਾਂਗੇ ਤਾਂ ਸਾਡੇ ਬੱਚੇ ਨੈਚੁਰਲੀ ਚਿੱਟਾ ਪੀਣ ਜਾਣਗੇ ਅਸੀਂ ਜੇ ਬੰਦੂਕਾਂ ਦੇ ਗਾਣੇ ਗਾਵਾਂਗੇ ਤਾਂ ਸਾਡੇ ਨਿਆਣੇ ਵੀ ਬਰਥਡੇ ਪਾਰਟੀਆਂ ਨੂੰ ਇਹਨੇ ਕਹਿਣਾ ਪਾਪਾ ਐਤਕੀ ਰਿਵਾਲਵਰ ਲੈ ਕੇ ਦੇ ਨਹੀਂ ਤਾਂ ਮੈਂ ਨਹੀਂ ਬਰਥਡੇ ਮਨਾਉਣਾ ਇਸ ਕਰਕੇ ਜੋ ਪੰਜਾਬ ਨੂੰ ਯੂਥ ਨੂੰ ਸਿੰਗਰ ਦੇਣਗੇ ਉਹੀ ਮਿਲੇਗਾ ਨਸ਼ਿਆਂ ਦੀ ਗੱਲ ਕਰੀਏ ਬੀਬਾ ਮੈਨੂੰ ਟਾਈਮ ਦਾ ਦੱਸਦੀ ਹੁਣ ਹੈਂ ਬਸ ਹੁਣ ਮੈਂ ਇੱਕ ਨਸ਼ਿਆਂ ਦੀ ਗੱਲ ਕਰਾਂਗੇ ਹਰਮਨ ਦਾ ਸਥਾਈ ਅੰਤਰ ਆ ਕਿਉਂਕਿ ਪਿੱਛੇ ਕਿਰਨ ਜੀ ਕੀ ਨਾਂ ਉਹਨਾਂ ਦਾ ਕਿਰਨ ਸ਼ਰਮਾ ਜੀ ਹਾਂ ਸੰਗਰੂਰ ਤੋਂ ਆਏ ਆ ਸਾਰੇ ਕਲਾਕਾਰਾਂ ਨੂੰ ਸਮਾਂ ਮਿਲਣਾ ਚਾਹੀਦਾ ਤੁਹਾਡੇ ਪਿਆਰ ਦੇ ਸਦਕੇ ਜਾਵਾਂ ਇੱਕ ਵੀ ਬੰਦਾ ਨਹੀਂ ਹਿੱਲਿਆ ਇਹ ਮੁਹੱਬਤ ਹੁੰਦੀ ਹੈ ਇੱਥੋਂ ਪਤਾ ਲੱਗਦਾ ਕਿ ਸਾਡਾ ਪੰਜਾਬ ਸਾਡੇ ਕਲਾਕਾਰਾਂ ਨੂੰ ਕਿੰਨਾ ਪਿਆਰ ਕਰਦਾ ਆ ਬੀਬਾ ਮੈਂ ਪੋਟੂ ਸ਼ਾਹ ਜੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਨਸ਼ਿਆਂ ਦੇ ਬਹੁਤ ਨੁਕਸਾਨ ਹੁੰਦੇ ਆ ਮੈਂ ਕਹਿੰਦਾ ਨਸ਼ਿਆਂ ਦੇ ਫਾਇਦੇ ਹੁੰਦੇ ਆ ਨਸ਼ਿਆਂ ਦੇ ਨੁਕਸਾਨ ਹੁੰਦੇ ਆ ਨਸ਼ਿਆਂ ਦੇ ਫਾਇਦੇ ਹੁੰਦੇ ਆ ਮਾਨ ਸਾਹਿਬ ਦੱਸੋ ਇਹਨਾਂ ਨੂੰ ਨਸ਼ਿਆਂ ਦੇ ਨੁਕਸਾਨ ਹੁੰਦੇ ਆ ਮੈਂ ਤੈਨੂੰ ਕਹੀ ਜਾਂਦਾ ਫਾਇਦੇ ਹੁੰਦੇ ਆ ਦੱਸੋ ਫਿਰ ਕਿਹੜੇ ਫਾਇਦੇ ਹੁੰਦੇ ਆ ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਨਾ ਬੁੱਢਾ ਕਿਉਂ ਨਹੀਂ ਹੁੰਦਾ ਸਾਲਾ ਜਵਾਨੀ 'ਚ ਹੀ ਮਰ ਜਾਂਦਾ ਨਸ਼ਾ ਕਰਨ ਵਾਲੇ ਬੰਦੇ ਦੇ ਘਰੇ ਕਦੇ ਚੋਰੀ ਨਹੀਂ ਹੁੰਦੀ ਨਾ ਉਹਨਾਂ ਘਰੇ ਚੋਰੀ ਕਿਉਂ ਨਹੀਂ ਹੁੰਦੀ ਉਹ ਮਾਮਾ ਪਹਿਲੇ ਸਾਰਾ ਕੁਝ ਵੇਚ ਦਿੰਦਾ ਚੋਰਾਂ ਨੇ ਉੱਥੇ ਅੰਬ ਲੈਣ ਆਉਣਾ ਨਸ਼ਾ ਕਰਨ ਵਾਲੇ ਬੰਦੇ ਨੂੰ ਕਦੇ ਕੁੱਤਾ ਨਹੀਂ ਵੱਟਦਾ ਨਾ ਉਹਨੂੰ ਕੁੱਤਾ ਵੱਟਦਾ ਕਿਉਂ ਨਹੀਂ ਨਸ਼ਾ ਕਰ ਕਰਕੇ ਫਿਫੜੇ ਗੁਰਦੇ ਖਰਾਬ ਹੋ ਜਾਂਦੇ ਕਮਜ਼ੋਰ ਹੋ ਜਾਂਦੇ ਬੰਦਾ ਸੋਟੀ ਫੜ ਕੇ ਤੁਰਦਾ ਔਰ ਬਾਬੇ ਉਹ ਜਿਹਨੇ ਸੋਟੀ ਫੜੀ ਹੋਵੇ ਉਹਦੇ ਕੋਲੇ ਕੁੱਤਾ ਨਹੀਂ ਆਉਂਦਾ ਜੇ ਮੈਂ ਖਰੀਆਂ ਗੱਲਾਂ ਕਰਦਾ ਤਾਂ ਤਾਲੀਆਂ ਵਜਾ ਦਿਓ ਅਸੀਂ ਕਮੇਡੀਅਨ ਆ ਸਾਡਾ ਫਰਜ਼ ਬਣਦਾ ਪਹਿਲਾਂ ਸਾਡੇ ਪੰਜਾਬ ਦੇ ਨੌਜਵਾਨ ਦੁੱਧ ਪੀਂਦੇ ਸੀ ਚਿੱਟਾ ਪਨੀਰ ਖਾਂਦੇ ਸੀ ਚਿੱਟਾ ਦਹੀਂ ਖਾਂਦੇ ਸੀ ਚਿੱਟਾ ਪਿੱਛੇ ਜੇ ਇੱਕੋ ਇੱਕ ਚੀਜ਼ ਪੀਣ ਲੱਗ ਪਏ ਸੀ ਇਕੱਲਾ ਚਿੱਟਾ ਹੀ ਚਿੱਟਾ ਚਿੱਟਾ ਹੀ ਚਿੱਟਾ ਮੈਂ ਕਹਿੰਦਾ ਭਰਾਵੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਨਸ਼ਾ ਛੱਡ ਕੇ ਸਵਰਗਾਂ ਨੂੰ ਜਾਓਗੇ ਪਰ ਇੰਨਾ ਜ਼ਰੂਰ ਕਹਿੰਦਾ ਨਸ਼ਾ ਛੱਡਣ ਤੋਂ ਬਾਅਦ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਓਗੇ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਓਗੇ ਇਹਦੀ ਹਾਜ਼ਰੀ ਮੇਰੀ ਪ੍ਰਵਾਨ ਕਰਿਓ ਕਿਉਂਕਿ ਸਮਾਂ ਮੈਂ ਤਾਂ ਬਹੁਤ ਪਹਿਲਾਂ ਦਾ ਆਇਆ ਸੀ ਲਓ ਮਾਨ ਸਾਹਿਬ ਹਰਮਨ ਸ਼ਾਹ ਨੂੰ ਪੇਸ਼ ਕਰਨਗੇ ਮੇਰਾ ਇੱਕ ਲਿਖਿਆ ਗੀਤ ਉਹ ਸਿੰਗਰ ਭਾਈ ਸਿੰਗਰ ਬਣਨਾ ਬੜਾ ਔਖਾ ਮਾਂ ਪੁੱਤ ਜੰਮਦੀ ਹੈ ਵਿਚਾਰਾ ਪੜ੍ਹਦਾ ਪੜ੍ਹਨ ਤੋਂ ਬਾਅਦ ਉਸਤਾਦਾਂ ਦੀਆਂ ਮਾਰਾਂ ਖਾਂਦਾ ਮੇਲਿਆਂ 'ਤੇ ਧੱਕੇ ਖਾਂਦਾ ਉਹ ਜਦੋਂ ਸਟਾਰ ਬਣ ਜਾਂਦਾ ਪਿਓ ਦੇ ਪੁੱਤ ਗੋਲੀਆਂ ਮਾਰ ਕੇ ਹੋ ਜਾਂਦੇ ਆ ਜਿਹੜੇ ਜਿਹੜੇ ਕਲਾਕਾਰ ਸਾਡੇ ਕੋਲ ਗੋਲੀਆਂ ਖਾ ਕੇ ਵਿਛੜੇ ਆ ਬਾਈ ਅਮਰ ਸਿੰਘ ਚਮਕੀਲਾ ਜਿਹੜੇ ਪਿਆਰ ਕਰਦੇ ਆ ਤਾਲੀਆਂ ਵਜਾਓ ਉਹਨਾਂ ਨੂੰ ਦਿਲਸ਼ਾਦ ਅਖਤਰ ਜਿਹਨੇ ਇੱਕ ਵੀ ਲਾਈਨ ਕਦੇ ਮਾੜੀ ਨਹੀਂ ਗਾਈ ਹੁਣੇ ਹੁਣੇ ਸਾਡਾ ਸਿੱਧੂ ਮੂਸੇ ਵਾਲਾ ਖੋਲਿਆ ਭਾਈ ਇਹ ਗਾਣਾ ਹਰਮਨ ਦਾ ਪਰਸੋਂ ਰਿਲੀਜ਼ ਹੋਇਆ ਜੇ ਚੰਗਾ ਲੱਗਿਆ ਵੀਰੋ ਤਾਂ ਤਾਲੀਆਂ ਵਜਾਇਓ ਲਾਈਕ ਵੀ ਕਰਿਓ ਕਿਉਂਕਿ ਤੁਸੀਂ ਲਾਈਕ ਕਰੋਗੇ ਤਾਂ ਫਿਰ ਸਾਡੇ ਬੱਚੇ ਅੱਗੇ ਆਉਣੇ ਆ ਔਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਪੰਜਾਬ ਲਈ ਚੰਗਾ ਗਾਣਾ ਲੈ ਕੇ ਆਵਾਂਗੇ ਮਾਨ ਸਾਹਿਬ ਫੋਟੋ ਭਾਜੀ ਲਈ ਇੱਕ ਵਾਰ ਸਾਰੇ ਜਣੇ ਤਾੜੀਆਂ ਵਜਾਓ ਬਾਈ ਜਿਹਨਾਂ ਦੇ ਨਾਲ ਸਾਡੇ ਵੱਡੇ ਭਾਜੀ ਭੀਰਾ ਮੰਤਰੀ ਭਾਜੀ ਨੇ ਬੜੀ ਸੰਗਤ ਕੀਤੀ ਹੈ ਨਸ਼ਿਆਂ ਦਾ ਜ਼ਿਕਰ ਬਖੂਬੀ ਬਹੁਤ ਚੰਗੇ ਤਰੀਕੇ ਨਾਲ ਕੀਤਾ ਹੈ ਇੱਧਰ ਜਿਹੜੇ ਬੱਚੇ 5-7 ਪੌੜੀਆਂ 'ਤੇ ਬੈਠੇ ਬੇਟਾ ਤੁਸੀਂ ਥੱਲੇ ਹੋ ਜਾਓ ਕਨਵਰ ਭਾਜੀ ਚੱਲ ਗਿਆ ਬੱਚੇ ਸੰਭਾਲੋ ਕਿਹਨਾਂ ਕਿਹਨਾਂ ਦੇ ਹੈ
ਲੈ ਜਾਓ ਬੱਚੇ ਸੰਭਾਲੋ ਯਾਰ, ਜਿਹਨਾਂ ਦੇ ਉਹਨਾਂ ਤੱਕ ਪਹੁੰਚਾ ਦਿਓ। ਜੱਗਾ ਮਹਿਰਮਾ ਛਿੰਦੀ ਕਾਲਜ ਸੰਗਤ ਵੀਰ ਮੋਹਿਤ ਕਰਤਾਰਪੁਰ ਤੋਂ, ਮੱਖਣ ਜੀ ਗੋਲੀ ਵੀਰ ਸੁਖਾਣੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪਹੁੰਚੇ ਨੇ। ਸਿੱਧੂ ਮੂਸੇ ਵਾਲੇ ਭਾਅ ਜੀ, ਉਹਨਾਂ ਨੇ ਕੰਟਰੀਬਿਊਟ ਕੀਤਾ ਗਿਆ ਗਾਣਾ, ਹਰਮਨ ਸ਼ਾਹ ਪੋਟੂ ਭਾਅ ਜੀ ਦਾ ਬੇਟਾ। ਉਸ ਤੋਂ ਬਾਅਦ ਕਿਰਨ ਸ਼ਰਮਾ ਜੀ ਉਹ ਤੁਹਾਡੀ ਨਜ਼ਰ ਹੋਣਗੇ, ਸਾਡੇ ਦਰਵਿੰਦਰ ਸਿੰਘ ਦੁੱਲਾ ਅੰਕਲ ਜੀ, ਮੈਨੂੰ ਹੁਣ ਇਹ ਪਤਾ ਲੱਗਿਆ ਤੁਹਾਡਾ ਪੋਤਾ ਹੈ ਜਸ ਸਿੱਧੂ। ਵਾਹ ਵਾਹ ਵਾਹ, ਇਹ ਸਾਰੇ ਪਰਿਵਾਰ 'ਚੋਂ ਇਹੀ ਲੰਬਾ ਹੈ ਮੈਨੂੰ ਲੱਗਦਾ। ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਸਿੰਘ ਜੀ, ਸਿੱਧੂ ਸਾਹਿਬ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਪਹਿਲਾ ਮੇਲਾ ਦੇਖ ਲਓ ਬਾਬਾ ਜੀ ਦੀ ਮੌਜ ਹੈ, ਜਿੱਥੇ ਨਾਮਵਰ ਕਲਾਕਾਰ ਗਾ ਗਏ ਹੈ। ਉਹ ਆਮ ਹੁੰਦਾ ਕਿ ਜਦੋਂ ਨਾਮਵਰ ਵੱਡੇ ਲੈਵਲ 'ਤੇ ਕੋਈ ਕਲਾਕਾਰ ਗਾ ਲੈਂਦੇ, ਉਸ ਤੋਂ ਬਾਅਦ ਕਰਾਊਡ ਹਿੱਲ ਜਾਂਦਾ ਅਤੇ 19 ਸੰਗਤ ਬੈਠੀ ਹੈ। ਇੱਕ ਵਾਰ ਜ਼ੋਰਦਾਰ ਤਾੜੀਆਂ ਦਰਬਾਰ ਲਈ ਚਾਹੀਦੀਆਂ, ਜ਼ੋਰਦਾਰ ਤਾੜੀਆਂ, ਅਤੇ ਇੱਕ ਤਾੜੀ ਚਾਹੀਦੀ ਹੈ ਸਾਡੇ ਜਿੰਨੇ ਭਰਾ ਹੈ ਸਾਰਿਆਂ ਦੇ ਨਾਮ ਜਿਹੜੇ ਮੇਰੇ ਕੋਲ ਪਹੁੰਚੇ, ਮੈਂ ਜ਼ਰੂਰ ਬਾਅਦ 'ਚ ਬੋਲੂੰਗਾ। ਇਹ ਸਵੇਰੇ ਇੱਥੇ ਇੰਨਾ ਪਾਣੀ ਅੰਕਲ ਜੀ, ਬਾਲਟੀਆਂ ਲੈ ਲੈ ਕੇ ਖੁਦ ਇਹਨਾਂ ਨੇ ਪਹਿਲਾਂ ਪਾਣੀ ਕੱਢਿਆ, ਉਸ ਤੋਂ ਬਾਅਦ ਮਿੱਟੀ ਆਪ ਖੁਦ ਪਾਈ ਹੈ ਅਤੇ ਦਰਪਾਲਾਂ ਵਿਛਾਈਆਂ। ਇਹ ਸਾਰੇ ਸੇਵਾਦਾਰਾਂ, ਸਾਰੇ ਭਰਾਵਾਂ ਨੇ, ਇੱਕ ਵਾਰ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਹੈ, ਜਿੰਨੀ ਪ੍ਰਬੰਧਕ ਕਮੇਟੀ ਹੈ, ਉਹਨਾਂ ਸਾਰਿਆਂ ਲਈ ਤਾੜੀਆਂ ਚਾਹੀਦੀਆਂ, ਜ਼ੋਰਦਾਰ ਤਾੜੀਆਂ। ਵਾਹ ਜੀ ਵਾਹ। ਜੱਸਾ ਕਪੂਰਥਲਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਨਾਮ ਕੋਈ ਨਹੀਂ ਸਾਰਿਆਂ ਦੇ ਬੋਲੂੰਗਾ, ਵੱਖਰੀ ਗੱਲ ਹੈ। ਸੋ ਪਿਆਰ ਨਾਲ ਤੁਸੀਂ ਸਾਰੇ ਮੁਹੱਬਤ ਕਰਦੇ ਹੋ, ਜਿੰਨੇ ਵੀ ਪ੍ਰਬੰਧ ਸਿੱਧ ਬੈਠੇ ਆ। ਓਕੇ ਭਾਅ ਜੀ, ਮੈਲ ਸਿੰਘ ਕਰ ਲੈਂਦੋ। ਓਕੇ, ਸੂਰਜ ਚਨੇਰ, ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹਰ ਸਾਲ ਕਿ ਗਰੁੱਪ ਤੁਸੀਂ ਲੈ ਕੇ ਆਉਣਾ। ਬਸ ਡਿਊਟੀ ਲੱਗੀ ਆ, ਦੁਆਬੇ ਵਿੱਚ ਮਜੀਸ਼ੀਨਾਂ ਦੀ ਕਮੀ ਨਹੀਂ ਹੈ, ਪਿਆਰ ਹੈ। ਮੈਂ ਤੁਹਾਡੀ ਡਿਊਟੀ ਇਹਨਾਂ ਨੇ ਲਾਈ ਹੋਈ ਹੈ ਕਿ ਸਾਜੀ ਤੂੰ ਲੈ ਕੇ ਆਉਣੇ ਭਰਾ। ਇਹ ਸਾਰੇ ਭਰਾ ਜਿੰਨੇ ਨਾ ਸੰਜਿੰਦੇ ਆ, ਸੁਬਾਹ ਦੇ ਆਏ ਹੋਏ ਆ, 5-6 ਘੰਟੇ ਲਗਾਤਾਰ ਹੋ ਗਿਆ ਇਹਨੂੰ, ਇੰਨਾ ਕੁ ਸਮਾਂ ਹੋ ਗਿਆ। ਬਹੁਤ ਬਹੁਤ ਸ਼ੁਕਰੀਆ। ਅੱਜ ਭੈਣਾਂ ਨੂੰ ਰੋਟੀ ਦਾ ਕੋਈ ਫਿਕਰ ਨਹੀਂ ਹੈ? ਕੋਈ ਗੱਲ ਨਹੀਂ, ਬਾਬੇ ਦੇ ਲੰਗਰ ਬਣਿਆ। ਹਾਂ, ਬਹੁਤ ਪਿਆਰਾ ਇਹ ਸਾਰਾ ਮਾਹੌਲ ਹੈ। ਅਤੇ ਆਓ ਜੀ ਹਰਮਨ ਸ਼ਾਹ, ਪੋਟੂ ਭਾਅ ਜੀ ਨੂੰ ਪਿੱਛੇ ਸ਼ਾਹ ਲਾਉਣ ਲਈ ਬੜੀ ਸਟਰਗਲ ਕਰਨੀ ਪਈ, ਇਹਨਾਂ ਦੇ ਸ਼ਾਹ ਸ਼ੁਰੂ ਵਿੱਚ ਹੀ ਲੱਗ ਗਿਆ। ਸੋ ਬਹੁਤ ਬਹੁਤ ਸ਼ੁਕਰੀਆ, ਇੱਕ ਵਾਰ ਬਲੈਸਿੰਗ ਦੇ ਦਿਓ, ਤਾੜੀਆਂ ਦੇ ਨਾਲ ਆਸ਼ੀਰਵਾਦ ਦੇ ਦਿਓ। ਆਉਣ ਵਾਲੇ ਸਮੇਂ ਵਿੱਚ ਬੜੀ ਤਰੱਕੀ ਕਰਨੀ ਤੁਹਾਡੇ ਆਸ਼ੀਰਵਾਦ ਦੇ ਨਾਲ, ਤੁਹਾਡੀ ਮੁਹੱਬਤ ਦੇ ਨਾਲ। ਹਰਮਨ ਸ਼ਾਹ, ਆਪਣਾ ਪਿਆਰਾ ਗੀਤ ਜਿਹੜਾ ਕਿ ਸਿੱਧੂ ਮੂਸੇਵਾਲ ਸਾਹਿਬ ਨੂੰ ਟ੍ਰਿਬਿਊਟ ਕੀਤਾ ਗਿਆ, ਤੋ ਉਸ ਗੀਤ ਨਾਲ ਤੁਹਾਡੇ ਰੂਬਰੂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸਾਈਆਂ ਦੀ, ਜੈ ਪੀਰਾਂ ਫਕੀਰਾਂ ਦੀ। ਰਣਜੀਤ ਮਾਨ ਭਾਅ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਦੀ ਬਦੌਲਤ ਇੱਥੇ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ। ਸੋ ਇਹ ਮੇਰਾ ਗੀਤ 2-3 ਪਹਿਲਾਂ ਯੂਟਿਊਬ 'ਤੇ ਰਿਲੀਜ਼ ਹੋਇਆ, ਹਿੱਕ ਵਿੱਚ ਗੋਲੀ ਨੂੰ ਸਰਚ ਕਰਕੇ ਸੁਣਨਾ ਜ਼ਰੂਰ ਹੈ। ਮੇਰੇ ਨਾਲ ਸੈਮਿਊਲ ਖੈਰਾ, ਇਹਨੇ ਮਿਊਜ਼ਿਕ ਕੀਤਾ ਇਸ ਗਾਣੇ ਦਾ। ਲਓ ਜੀ ਪੇਸ਼ ਕਰਨ ਜਾ ਕੀ ਕਹਿ ਰਹੇ ਤੇ ਰੱਖ। ਸੋ ਇਹ ਮੇਰਾ ਗੀਤ ਉਹਨਾਂ ਸਿੰਗਰਾਂ ਨੂੰ ਟ੍ਰਿਬਿਊਟ ਹੈ ਜਿਨ੍ਹਾਂ ਨੂੰ ਗੋਲੀ ਨਾਲ ਅਤੇ ਬੇਵਜ੍ਹਾ ਮਾਰ ਦਿੱਤਾ ਗਿਆ। ਲਓ ਜੀ ਪੇਸ਼ ਕਰਨ ਜਾ ਕੀ ਕਹਿ ਰਹੇ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਨੀ ਤੇ ਹਿੱਕ ਵਿੱਚ ਵੱਜੂ ਤੇਰੇ ਗੋਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਨੀ ਤੇ ਹਿੱਕ ਵਿੱਚ ਵੱਜੂ ਤੇਰੇ ਗੋਲੀ ਚੰਗਾ ਲੱਗ ਰਿਹਾ ਤਾਲੀ ਵਜਾ ਦਿਓ ਕੀ ਕਹਿ ਰਿਹਾ ਜਦੋਂ ਬਣ ਜਾਣੇ ਤੇਰੇ ਬੜੇ ਫੈਨ ਬਈ
ਗੱਲ ਕਈਆਂ ਤੋਂ ਨਹੀਂ ਹੋਣੀ ਇਹ ਸਹਿਨ ਵਈ ਜਦੋਂ ਬਣ ਜਾਣੇ ਤੇਰੇ ਬੜੇ ਫੈਨ ਵਈ ਗੱਲ ਕਈਆਂ ਤੋਂ ਨਹੀਂ ਹੋਣੀ ਇਹ ਸਹਿਨ ਵਈ ਬੰਦ ਕਰ ਦੇਣੀ ਤੇਰੀ ਪੈਂਦੀ ਰੌਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਸਿੰਗਰ ਬਣਨਾ ਬਹੁਤ ਹੀ ਔਖਾ ਹੈ ਕੀ ਕਹਿ ਰਿਹਾ ਧੁੱਪੇ ਮੇਲਿਆਂ 'ਚ ਜਾ ਕੇ ਪੈਂਦਾ ਖੜਨਾ ਬੜਾ ਔਖਾ ਏ ਸਟੇਜਾਂ ਉੱਤੇ ਖੜਨਾ ਧੁੱਪੇ ਮੇਲਿਆਂ 'ਚ ਜਾ ਕੇ ਪੈਂਦਾ ਸੜਨਾ ਬੜਾ ਔਖਾ ਏ ਸਟੇਜਾਂ ਉੱਤੇ ਖੜਨਾ ਐਵੇਂ ਪੈਸਿਆਂ ਨਾ ਭਰਦੀ ਨੀ ਝੋਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਜਿਹੜੇ ਜਿਹੜੇ ਬਾਈ ਚਮਕੀਲੇ ਨੂੰ ਪਿਆਰ ਕਰਦੇ ਕਰੀ ਜ਼ੋਰਦਾਰ ਤਾਲੀਆਂ ਨਾ ਉਸ ਵੇਲੇ ਦਾ ਸੁਣਾਉਂਦਾ ਸੀਗਾ ਸੱਚ ਬਈ ਫੋਲੋ ਕਰਦੀ ਸੀ ਉਹਨੂੰ ਕੋਈ ਅੱਖ ਬਈ ਉਸ ਵੇਲੇ ਦਾ ਸੁਣਾਉਂਦਾ ਸੀਗਾ ਸੱਚ ਬਈ ਫੋਲੋ ਕਰਦੀ ਸੀ ਉਹਨੂੰ ਕੋਈ ਅੱਖ ਬਈ ਜਿਹਦੇ ਬੋਲਾਂ ਨੇ ਸੀ ਗੱਭਰੂ ਕੀਲੇ ਬਈ ਰੋਜ਼ ਜੰਮਦੇ ਨੀ ਬਾਈ ਚਮਕੀਲੇ ਬਈ ਬੰਨੀ ਉਸ ਨੂੰ ਵੀ ਮੌਤ ਵਾਲੀ ਮੌਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਨੀ ਤੇ ਹਿੱਕ ਵਿੱਚ ਵੱਜੂ ਤੇਰੇ ਗੋਲੀ ਜਿਹੜੇ ਜਿਹੜਾ ਬਾਈ ਸਿੱਧੂ ਨੂੰ ਪਿਆਰ ਕਰਦਾ ਹੈ ਕਰੀ ਹੱਥ ਖੜੇ ਕਰਕੇ ਤਾਲੀਆਂ ਮਾਰ ਦਿਓ ਕਿਉਂਕਿ ਜਿਹੜਾ ਗੱਲ ਦਾ ਜਵਾਬ ਹੈ ਬਾਈ ਗੱਲ ਨਾਲ ਹੀ ਦੇਣਾ ਚਾਹੀਦਾ ਦਿਓ ਗੱਲ ਦਾ ਜਵਾਬ ਵੀਰੇ ਗੱਲ ਨਾ ਮਾਰ ਦੇਣਾ ਤੇ ਕਿਸੇ ਨੂੰ ਕੋਈ ਹੱਲ ਨਾ ਦਿਓ ਗੱਲ ਦਾ ਜਵਾਬ ਵੀਰੇ ਗੱਲ ਨਾ ਮਾਰ ਦੇਣਾ ਤੇ ਕਿਸੇ ਨੂੰ ਕੋਈ ਹੱਲ ਨਾ ਦੁੱਖ ਲੱਗਾ ਪੁੱਤ ਮਾਪਿਆਂ ਦੇ ਪਾਲੇ ਦਾ ਇਹਨਾਂ ਤੋਰਤਾ ਜਨਾ ਜਾ ਮੂਸੇ ਵਾਲੇ ਦਾ ਯੂਥ ਜਾਂਦਾ ਉਹਨੂੰ ਗਾਣਿਆਂ ਚ ਢੋਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਕਰੀ ਸਿੰਗਰਾ ਤਰੱਕੀ ਹੌਲੀ ਹੌਲੀ ਨੀ ਤੇ ਹਿੱਕ ਵਿੱਚ ਵੱਜੂ ਤੇਰੇ ਗੋਲੀ ਸੋ ਚੰਗਾ ਲੱਗਾ ਤਾਲੀਆਂ ਵਜਾ ਦੇ ਇੱਕ ਗਾਣੇ ਦਾ ਟਾਈਮ ਸੀ ਸੋ ਜ਼ਰੂਰ ਸੁਣਨਾ ਹਿੱਕ ਵਿੱਚ ਗੋਲੀ ਯੂਟਿਊਬ 'ਤੇ ਜਾ ਕੇ ਧੰਨਵਾਦ ਵਾਹ ਜੀ ਵਾਹ ਹਰਮਨ ਸ਼ਾ ਪੋਟੂ ਭਾਅ ਜੀ ਉਹਨਾਂ ਦਾ ਸਨਮਾਨ ਹੋ ਰਿਹਾ ਥੋੜ੍ਹਾ ਜਿਹਾ ਅੱਗੇ ਆ ਜਾਓ ਇੱਥੇ ਕ ਥੋੜ੍ਹਾ ਜਿਹਾ ਉਹ ਟੈਂਟ ਵਾਲਾ ਵੀ ਕਹਿ ਰਿਹਾ ਸੀ ਜਿਹੜੀ ਚਾਰ ਪੰਜ ਸੀਲੀਆਂ ਨੇ ਨਵੀਆਂ ਲਿਆ ਕੇ ਲਾਈਆਂ ਇੱਕ ਵਾਰ ਟੈਂਟ ਵਾਲਿਆਂ ਦੀ ਜ਼ੋਰਦਾਰ ਤਾੜੀਆਂ ਵਜਾਓ ਬਾਈ ਭੈਣਾਂ ਨੂੰ ਬੇਨਤੀ ਆ ਜੇ ਬਹਿ ਜਾਓ ਕਵਿਤਾ ਸ਼ਰਮਾ ਜੀ ਔਰ ਕਿਰਨ ਸ਼ਰਮਾ ਜੀ ਤਰਵਾਰ ਪਰ ਤਿਆਰ ਨੇ ਪੋਟੂ ਸ਼ਾਹ ਜੀ ਕਵਿਤਾ ਭੱਲਾ ਜੀ ਸੋ ਉਹਨਾਂ ਦਾ ਸਨਮਾਨ ਹੋ ਰਿਹਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਬੰਧਕ ਕਮੇਟੀ ਦਾ ਥੈਂਕ ਯੂ ਲਓ ਜੀ ਬੈਲਸਿੰਗ ਵੀਰੇ ਹੋ ਗਈ ਸਜਿੰਦਰ ਨੂੰ ਮੈਂ ਬੇਨਤੀ ਕਰੂੰਗਾ ਓਕੇ ਬੈਲੈਂਸ ਸਾਰਾ ਠੀਕ ਹੈ ਬਾਕੀ ਬੈਲੈਂਸ ਜਿਹੜਾ ਸੂਰਜ ਨੇ ਬਾਅਦ 'ਚ ਕਰ ਦੇਣਾ ਪੇਪਰ ਵਰਕ ਡਿੰਬੀ ਸੌਨ ਥੈਂਕ ਯੂ ਹੈਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅਤੇ ਆਓ ਗੱਲਾਂ ਘੱਟ ਇਸ ਵਾਰ ਹੋਈਆਂ ਅਤੇ ਕਰਨੀਆਂ ਵੀ ਘੱਟ ਚਾਹੀਦੀਆਂ ਕਿਉਂਕਿ ਟਾਈਮ ਲਗਾਤਾਰ ਵੱਧਦਾ ਜਾ ਰਿਹਾ ਸੋ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆ ਅਗਲੇ ਕਲਾਕਾਰ ਫਨਕਾਰ ਤੁਹਾਡੀ ਨਜ਼ਰ ਕਰੀਏ ਸੋ ਬੇਨਤੀ ਹੈ ਵੀ ਪਿਆਰ ਨਾਲ ਬੈਠ ਜਾਓ ਅਤੇ ਆਓ ਤੁਹਾਡੇ ਰੂਬਰੂ ਆਪਣੇ ਪਿਆਰੇ ਗੀਤਾਂ ਦੇ ਨਾਲ ਤੁਹਾਡੀਆਂ ਤਾੜੀਆਂ ਦੇ ਨਾਲ ਕਿਰਨ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ
ਥੋੜਾ ਕੀਬੋਰਡ ਦੇ ਦਿਓ, ਥੋੜਾ ਜਿਹਾ ਵਾਲੀਅਮ ਕੀਬੋਰਡ ਦਾ ਜਿਹੜਾ ਮੇਨ ਹੈ। ਆਓ ਜੀ ਤੁਹਾਡੇ ਰੂਬਰੂ ਕਿਰਨ ਸ਼ਰਮਾ ਜੀ। ਹੈਲੋ ਸੋ ਪਹਿਲੇ ਆਪਣੇ ਦਾਂ ਦੀ ਤਾੜੀ ਲਾ ਦਿਓ ਕਿਉਂਕਿ ਗਰਮੀ ਬੜੀ ਆ ਔਰ ਕਰਾਊਡ ਉਵੇਂ ਹੀ ਆ। ਤਾੜੀ ਲਾ ਦਿਓ ਭਾਈ, ਦੱਬ ਕੇ ਸੁਣੇ ਦਰਬਾਰ ਦੇ। ਔਰ ਜੈਕਾਰਾ ਲਾਈਏ ਜੀ, ਕਿਉਂਕਿ ਜਿਹਦੇ ਦਰਬਾਰ ਆਏ ਉਹਦੀਆਂ ਘੋੜੀਆਂ ਗਾਉਣੀਆਂ ਜ਼ਰੂਰੀ। ਬੋਲੀਏ ਸੱਚੇ ਦਰਬਾਰ ਕੀ, ਸੱਚੇ ਦਰਬਾਰ ਕੀ, ਸੱਚੀ ਸਰਕਾਰ ਕੀ। ਸੋ ਬਹੁਤ ਬਹੁਤ ਮੁਬਾਰਕਾਂ ਜੀ ਇਸ ਮੇਲੇ ਦੀਆਂ, ਔਰ ਸਪੈਸ਼ਲ ਥੈਂਕਸ ਕਰਦੇ ਹਾਂ ਬਾਈ ਰਣਜੀਤ ਜੀ ਦਾ, ਰਣਜੀਤ ਮਾਨ, ਕਿਉਂਕਿ ਮਾਨ ਵੈਸੇ ਹੀ ਘੈਂਟ ਹੀ ਹੁੰਦੇ ਆ ਜਿੰਨੇ ਵੀ ਮਾਨ ਨੇ ਨਾ। ਮੇਰਾ ਜੀ ਕਰਦਾ ਵੀ ਇਹਦੇ ਲਈ ਵੀ ਬੋਲੀ ਜਾਵਾਂ, ਗਾਉਣਾ ਗੁਣਾ ਤਾਂ ਮੈਨੂੰ ਆਉਂਦਾ ਨਹੀਂ, ਕਿਉਂਕਿ ਜਦੋਂ ਇੰਨੇ ਸੋਹਣੇ ਵੀਰ ਖੜ੍ਹੇ ਹੁੰਦੇ ਨਾ ਉਦੋਂ ਉਹਨਾਂ ਦੀ ਤਾਰੀਫ ਜ਼ਿਆਦਾ ਹੋ ਜਾਵੇ ਤਾਂ ਜ਼ਿਆਦਾ ਵਧੀਆ ਆ। ਗਾਉਣਾ ਗੁਣਾ ਤਾਂ ਕਲਾਕਾਰਾਂ ਦਾ ਕੰਮ ਹੈ। ਸੋ ਇਸ ਦਰਬਾਰ 'ਤੇ ਹਾਜ਼ਰੀ ਦੇਣ ਆਇਆ ਉਸ ਪਰਵਰਦਿਗਾਰ ਦਾ ਮੈਂ ਬੱਚਾ ਹੈ, ਉਹਨਾਂ ਦੀ ਚਰਨਾਂ ਦੀ ਧੂਲਾਂ, ਔਰ ਸਾਰੀ ਕਮੇਟੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਵਕਤ ਦਿੱਤਾ ਇੱਥੇ ਖੜ੍ਹੇ ਹੋਣ ਦਾ। ਔਰ ਇੱਕ ਸਪੈਸ਼ਲ ਥੈਂਕਸ ਜਿੰਨੇ ਵੀ ਕੈਮਰਾਮੈਨਸ ਇੱਥੇ ਖੜ੍ਹੇ ਨੇ, JP ਲਾਈਵ ਐਂਡ MS ਲਾਈਵ, ਜਿਨ੍ਹਾਂ ਨੇ ਬਹੁਤ ਸਾਰਾ ਮਾਣ ਬਖਸ਼ਿਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਕਹਿੰਦੇ ਜਿਤਨਾ ਦੀਆ ਸਰਕਾਰ ਨੇ ਮੁਝਕੋ ਇਤਨੀ ਤੋਂ ਮੇਰੀ ਔਕਾਤ ਨਾ ਥੀ, ਯੇ ਤੋ ਕਰਮ ਹੈ ਉਨਕਾ ਵਰਨਾ ਮੁਝ ਮੇ ਤੋ ਕੋਈ। ਸੋ ਸ਼ੁਕਰੀਆ ਮਿਹਰਬਾਨੀ, ਜ਼ਿਆਦਾ ਸਮਾਂ ਨਾ ਲੈਂਦੇ ਸਟੈਂਡ ਦੇ ਦਿਓ, ਸਟੈਂਡ ਦੇ ਦਿਓ। ਹਾਂ ਬੀਟ ਹੀ ਰੱਖੂੰਗੀ, ਡਾਂਡ ਵਾਲੀ। ਸੋ ਬਾਬਾ ਇਮਾਮ ਸ਼ਾਹ ਜੀ ਦੇ ਦਰਬਾਰ 'ਤੇ ਆਇਆ ਤਾਂ ਇੱਕ ਛੋਟੀ ਜਿਹੀ ਗੱਲ ਕਹਿਣ ਤੋਂ ਬਾਅਦ ਆਪਾਂ ਸੁਫਿਆਨਾ ਦੇ ਨਾਲ ਨਾਲ ਸਰਪੰਚ ਸਾਹਿਬ ਬੈਠੇ ਨੇ, ਜਿਨ੍ਹਾਂ ਦੇ ਘਰ ਅੱਜ ਬਹੁਤ ਪਿਆਰ ਔਰ ਮਾਣ ਮਿਲਿਆ, ਜਸ਼ਪਾਲ ਸਿੱਧੂ, ਹੈ ਨਾ ਸਿੱਧੂ, ਸਿੱਧੂਆਂ ਲਈ ਤਾੜੀ ਲਾ ਦਿਓ, ਕਿਉਂਕਿ ਇੰਨਾ ਵੱਡਾ ਦਿਲ, ਜਿੱਡਾ ਵੱਡਾ ਘਰ ਹੈ ਉਨਾ ਵੱਡਾ ਦਿਲ ਤੁਹਾਡਾ, ਸਲੂਟ ਆ ਤੁਹਾਨੂੰ, ਤੁਸੀਂ ਸਾਡੇ ਪਿਤਾ ਸਮਾਨ ਹੋ। ਸੋ ਬਹੁਤ ਬਹੁਤ ਸ਼ੁਕਰਾਨਾ ਮਿਹਰਬਾਨੀ ਕਿ ਤੁਸੀਂ ਬਾਈ ਜੀ ਹੁਣਾਂ ਨੇ ਅਮੈਰੀਕਾ ਤੋਂ ਜਿਹੜੇ NRI ਵੀਰ ਆਏ ਹੋਏ, ਹੈ ਨਾ, ਤਾੜੀ ਲਾ ਦਿਓ ਵੀਰੇ, ਮੈਂ ਨਾਮ ਕਈ ਵਾਰੀ ਸਕਿੱਪ ਹੋ ਜਾਂਦਾ ਮੇਰਾ ਵੀਰ, ਜਿਉਂਦਾ ਰਹਿ, ਜਵਾਨੀਆਂ ਬਣ। ਹਾਂਜੀ ਹੋ ਦਰ ਦਰ ਧੱਕੇ ਮੈਂ ਕਿਉਂ ਖਾਵਾਂ, ਰਿਪੀਟ ਰੱਖ ਦਿਓ ਭਾਜੀ, ਦਰ ਦਰ ਧੱਕੇ ਮੈਂ ਕਿਉਂ ਖਾਵਾਂ, ਕਿਉਂ ਜਾਵਾਂ ਗੈਰਾਂ ਦੇ ਦਰ ਤੇ, ਹੋ ਸੋ ਰੱਬ ਦੀ ਮੇਰਾ ਮੁਰਸ਼ਦ ਨਹੀਂ ਹੋ, ਹੋ ਮੁਰਸ਼ਦ ਮੇਰਾ ਗੰਜ ਸ਼ਕਰ। ਸੋ ਬਾਬਾ ਜੀ ਦੀ ਇੱਕ ਛੋਟੀ ਜਿਹੀ ਹਾਜ਼ਰੀ, ਉਸ ਤੋਂ ਬਾਅਦ ਜਿਵੇਂ ਤੁਸੀਂ ਹੁਕਮ ਕਰੋਗੇ, ਜਿੱਦਾਂ ਕਮੇਟੀ ਮੈਂਬਰਸ ਦਾ ਹੁਕਮ ਹੈ ਸਿਰ ਮੱਥੇ, ਕੀ ਕਿਹਾ, ਨੀ ਮੈਂ ਲੜ ਬਾਬਾ ਦਾ ਫੜਿਆ ਮੇਰਾ ਕੰਮ ਕਦੇ ਨਾ ਅੜਿਆ, ਨੀ ਮੈਂ ਲੜ ਬਾਬਾ ਦਾ ਫੜਿਆ, ਨੀ ਮੈਂ ਲੜ ਬਾਬਾ ਦਾ ਫੜਿਆ ਮੇਰਾ ਕੰਮ ਕਦੇ ਨਾ ਅੜਿਆ, ਨੀ ਮੈਂ ਚੁਣ ਕੇ ਮੁਰਸ਼ਦ ਫੜਿਆ ਮੇਰੇ ਬਾਬਾ ਦਾ ਕਰਮ ਮੇਰੇ ਨਾਲ ਹੈ, ਮੇਰੇ ਸਾਈਂ ਦਾ ਕਰਮ ਮੇਰੇ ਨਾਲ ਹੈ, ਮੇਰੇ ਬਾਬਾ ਦਾ ਕਰਮ ਮੇਰੇ ਨਾਲ ਹੈ।
कर हो जेड़े गंज शकर ते मरदे ओदे डुबदे बेड़े तरदे जो साईं मेरे ते मरदे ओदे डुबदे बेड़े तरदे ओ किसे मैदान नहीं हरदे मेरे साईं दा करम मेरे नाल है मेरे पीर दा करम मेरे नाल है मेरे दाता दा करम मेरे नाल है बोलिए सच्चे दरबार की सच्ची सरकार की फोक रंग वाले चलिए भाई ताड़ी लाके दस दे फोक रंग दे वाले चलिए आओ जी भाई माइक माइक खोल दो चंगी तरह रिवर्ब देगी प्लीज शार्प कर लो थोड़ा सा क्योंकि दरबार से आइए तो बाबा जी का ना लेना भी लाजमी है इस तो बाद जिमें जिमें इन्होंने बच्चों की इच्छा जिमें जिमें कमेटी मैंबर्स और थोड़ा सारा का हुक्म लाहौर पुराना पंजाब मैं पुरानी चीज़ों प्रमोट करना चाहनी हूँ क्योंकि नवा तो बहुत कुछ थोड़ा सारा आता जिसे असं नेड़े तेड़े भी नहीं अज की जनरेशन बहुत एडवांस है पर मैं पुरानी चीज़ को प्रमोट करना चाहनी हूँ आओ पुराने पंजाब की गल करिए सुन के जरा क्योंकि बजुर्ग बैठे है बड़े बैठे है ऐ यो चीज़ है यो प्यारा बच्चा पहला ताड़ी ला दो भाई ये ना दी क्योंकि मैं वो नज़ारा देखा सरपंच साहब के घर जो मैं कभी सोचती हूँ भी इदा साढ़े पंजाब से रह जूगा दब के ताड़ी ला दो क्योंकि दादे नाल पोतियां का प्यार अजकल घटता जाता है हाँ जी हाँ जी दलविंदर सिंह जी सरपंच साहब जस सिद्धू बिल्कुल थैंक यू सो मच जोरदार ताड़ी मार दो बच्चे के ना दी क्योंकि बहुत वड्डा ते सोहना तरीका आपके दादे दे नाल गल्लां करन दा बापू दे नाल बैठन दा सो थैंक यू सो मच हाँ जी सो पुराना पंजाब मैडम जगमोहन कौर जी की गल करन लगी हाँ सुन के जरा की क्या हो दाले दस खां शहर लाहौर अंदर के दाले दस खां शहर लाहौर अंदर ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ ਹੋ ਨਾਲੇ ਦਸ ਖਾਂ ਉੱਥੋਂ ਦੀਆਂ ਇੱਟਾਂ ਬਈ ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ ਹੋ ਦਾਲ ਦਸ ਖਾਂ ਸ਼ਹਿਰ ਲਾਹੌਰ ਅੰਦਰ ਬਈ ਖੋਈਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ ਹੋ ਜ਼ਰਾ ਸੋਚ ਕੇ ਦੇਈ ਜਵਾਬ ਮੈਨੂੰ ਬਈ ਉੱਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਖਾਰੀਆਂ ਨੇ ਅੱਗੋਂ ਦਾਲ ਜਵਾਬ ਦੱਸਦਾ ਕੀ ਕਹਿੰਦਾ ਸੁਣ ਕੇ ਜ਼ਰਾ ਹੋ ਦਾਲ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਬਈ ਲੱਖਾਂ ਹੀ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ ਹੋ ਜਿੰਨਾ ਇੱਟਾਂ ਤੇ ਧਰਗੇ ਨੇ ਪੈਰ ਆਸ਼ਕ ਬਈ ਉਹੀ ਉਹ ਟੁੱਟੀਆਂ ਤੇ ਬਾਕੀ ਹੋ ਜਿੰਨਾ ਖੂਹੀਆਂ ਤੋਂ ਭਰ ਗਏ ਮਸ਼ੂਕ ਪਾਣੀ ਜਿੰਨਾ ਖੂਹੀਆਂ ਤੋਂ ਭਰ ਗਏ ਮਸ਼ੂਕ ਪਾਣੀ
ਬਈ ਓਯੋ ਮਿੱਠੀਆਂ ਤੇ ਬਾਕੀ ਖਾਰੀਆਂ ਨੇ ਓਏ ਜਿਹੜੀਆਂ ਬਹਿੰਦੀਆਂ ਨੇ ਆਪਣੇ ਸੱਜਣਾ ਨਾ ਬਈ ਓਯੋ ਵਿਆਹੀਆਂ ਤੇ ਬਾਕੀ ਖਾਰੀਆਂ ਨੇ ਉਹ ਹਾਜੀ ਲੋਕ ਮੱਕੇ ਵੱਲ ਜਾਂਦੇ ਨੀ ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ ਆਓ ਇਹ ਪੁਰਾਣਾ ਰੰਗ ਹੈ ਜਿਹੜੇ ਸਾਡੇ ਬਜ਼ੁਰਗਾਂ ਨੂੰ ਪਤਾ ਹੋਣਾ ਬੱਚਿਆਂ ਨੂੰ ਨਹੀਂ ਪਤਾ ਸੋ ਇੰਜੋਏ ਕਰਦੇ ਹੋ ਕੀ ਕਹਿਣਾ ਉਹ ਹਾਜੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਹਾਜੀ ਲੋਕ ਮੱਕੇ ਵੱਲ ਜਾਂਦੇ ਮੇਰਾ ਰਾਂਝਾ ਮੇਰਾ ਮੱਕਾ ਨੀ ਮੈਂ ਕਮਲੀਆਂ ਮੈਂ ਤੇ ਮੰਗ ਰਾਂਝਣ ਦੀ ਹੋਈਆਂ ਮੇਰਾ ਬਾਬਲ ਕਰਦਾ ਮੱਕਾ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਨੀ ਮੈਂ ਕਮਲੀਆਂ ਦਾ ਕੀ ਪਾਵਣਾ ਹੋ ਜਿਹੜਾ ਅਥਰੂ ਵਗੇ ਜੁੜ ਜਾਵੇ ਰੰਗ ਦਾ ਕੀ ਲਾਵਣਾ ਹੋ ਜਿਹੜਾ ਭੂੰਡ ਪਏ ਡੁੱਲ ਜਾਵੇ ਹੋ ਕੱਚ ਦਾ ਕੀ ਪਹਿਨਣਾ ਕਿ ਜਿਹੜਾ ਠੇਸ ਲੱਗੇ ਟੁੱਟ ਜਾਵੇ ਓਏ ਆਸ਼ਿਕ ਨੂੰ ਕੀ ਮਾਰਨਾ ਮੁੱਕ ਜਾਵੇ ਨੀ ਮੈਂ ਕਮਲੀਆਂ 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 ਹੋ ਛੱਲਾ ਬੇਰੀ ਪੂਰੇ ਵੇ ਪਤਨ ਮਾਹੀ ਦਾ ਦੂਰੇ ਵੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਹੋ ਛੋਰਾ ਵੇ ਕਾਦਾ ਪਾਉਣੀ ਰੌਲਾ ਕਾਲੇ ਰੰਗ ਦਾ ਗੁਲਾਬ ਕੋਈ ਨਾ ਸੋਹਣਿਆ ਹੈ ਮਾਹੀ ਦੇ ਮੇਰੀ ਗੱਲ ਦਾ ਜਵਾਬ ਕੋਈ ਨਾ
ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ ਮੇਲ ਦੀ ਆਉਂਦੀ ਬੇਸ਼ੌਂਕਣ ਬੇਸ਼ੌਂਕਣ ਮੇਲੇ ਦੀ ਮਾਹੀ ਵੇ ਸ਼ੌਂਕਣ ਹੱਥਨ ਵੇਚ ਸ਼ੌਂਕਣ ਤੇਰੀ ਚੁਗਣੀ ਸੌਂ ਰੱਬ ਦੀਵੇ ਮੈਨੂੰ ਸੌਂ ਰੱਬ ਦੀਵੇ ਮੈਨੂੰ ਸੋ ਰੱਬ ਦੀ ਵੇ ਮੈਨੂੰ ਸੋਹਣਾ ਲੱਗਦਾ ਨਾ ਕਰ ਜ਼ੋਰ ਤੇ ਗਾਣ ਵੇ ਨੰਗੇ ਪਿੰਡੇ ਤੂੰ ਮੇਰੇ ਮਾਰਦਾ ਛਮਕਾ ਰੋਂਦੇ ਨੈਣ ਨਿਮਾਣ ਵੇ ਹੈ ਜਿੰਨੀਆਂ ਤਨ ਮੇਰੇ ਤੇ ਲੱਗੀਆਂ ਇੱਕ ਲੱਗੇ ਤਾਂ ਤੂੰ ਜਾਣ ਵੇ ਗੁਲਾਮ ਫਰੀਦਾ ਵੇ ਦਿਲ ਉੱਥੇ ਦਈਏ ਗੁਲਾਮ ਫਰੀਦਾ ਦਿਲ ਉੱਥੇ ਦਈਏ ਅੱਜ ਤੇ ਅਗਲਾ ਕਦਰ ਵੀ ਜਾਣੇ ਨਿਮ ਕਮਲੀ ਯਾਰ ਦੀ ਕਮਲੀ ਹਨੀ ਮੈਂ ਕਮਲੀ ਹਨੀ ਮੈਂ ਕਮਲੀ ਨੀ ਮੈਂ ਕਮਲੀ ਨੀ ਮੈਂ ਕਮਲੀ ਕਮਲੀ ਯਾਰ ਦੀ ਕਮਲੀ ਮੈਂ ਕਮਲੀ ਯਾਰ ਦੀ ਕਮਲੀ ਔਰ ਨਾਲੀ ਉਹ ਪੁਰਾਣਾ ਰੰਗ ਸੁਣ ਕੇ ਜ਼ਰਾ ਤੇਰੇ ਨੀ ਕਰਾਰਾ ਮੈਨੂੰ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕਿ ਪਿਆਰ ਵਿੱਚ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕਿ ਪਿਆਰ ਵਿੱਚ ਖੱਟਿਆ ਹੋ ਤੂੰ ਮੈਂ ਤੇਰੀ ਤੂੰ ਮੇਰਾ ਵੇ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਈ ਵੇ ਜੋ ਲੜਪੁਣੇ ਵਿੱਚ ਲਾਈਆਂ ਤੋੜਨ ਆਈ ਆਹਾ ਕਿਆ ਬਾਤ ਹੈ ਹੰਸ ਹੰਸਣੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ ਹੰਸ ਹੰਸਣੀ ਵੇ ਤੇਰੇ ਵਾਜੋਂ ਸੋਲ ਚਕੋਰੀ ਕੀ ਕਣ ਜਰਾ ਹੋ ਤੇਰੇ ਵਾਜੋਂ ਕੀ ਕਣ ਸਹਾ ਵਿਛੋੜਾ ਚੰਨ ਹੋ ਅੱਖੀਆਂ ਤੋਂ ਓਲੇ ਨਾਜ਼ਰ ਫਾਮੀ ਵੇ ਜੋ ਲੜਪੁਣੇ ਵਿੱਚ ਲਾਈਆਂ ਆਹ
ਘੱਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਬਾਬਾ ਜੀ ਹਲੇ ਨਹੀਂ ਜਾਣਾ ਮੈਨੂੰ ਵੀ ਨਹੀਂ ਸੁਣਦਾ ਤੁਹਾਨੂੰ ਵੀ ਨਹੀਂ ਸੁਣਦਾ ਪਿਓ ਤੇ ਇੱਕੋ ਜਿਹੀਆਂ ਦੋ ਮਿੰਟ ਸੁਣ ਕੇ ਜ਼ਰਾ ਕੀ ਕਹਿਣਾ ਧੀਆਂ ਲਈ ਵੀ ਗਾਉਣਾ ਸੀ ਪਰ ਮੇਰੀਆਂ ਮਾਵਾਂ ਧੀਆਂ ਜਿੰਨੀਆਂ ਵੀ ਹੈਗੀਆਂ ਅਸੀਂ ਗੱਲ ਕਰਕੇ ਜਾਊਂਗੀ ਬੜੀ ਖੂਬਸੂਰਤ ਗੱਲਾਂ ਜਿਹੜੀਆਂ ਮੇਰੇ ਆਉਣ ਵਾਲੇ ਗਾਣੇ ਨੇ ਮੈਂ ਉਹਨਾਂ ਦੀ ਗੱਲ ਤਾਂ ਕਰਾਂ ਜੇ ਵਕਤ ਹੋਵੇ ਕਿਉਂਕਿ ਵਕਤ ਪਹਿਲਾਂ ਹੀ ਬਹੁਤ ਹੋ ਗਿਆ 12:30 ਦਾ ਟਾਈਮ ਸੀ ਪਰ ਇਹਦੇ ਨਾਲ ਖੜਨ ਦੀ ਰੀਝਾਂ ਨੇ ਮੇਰੀਆਂ ਉਹ ਮੈਂ ਖੜੀ ਹਾਂ ਤਾੜੀ ਮਾਰਦੇ ਦੱਬ ਕੇ ਰਣਜੀਤ ਮਾਨ ਦੇ ਨਾਂ ਦੀ ਕਿਉਂਕਿ ਇਸ ਬੰਦੇ ਦੇ ਕਰਕੇ ਇੰਨੇ ਵੱਡੇ ਪ੍ਰੋਗਰਾਮ ਦੇ ਨਾਲ ਨਾਲ ਸਾਰਿਆਂ ਦਾ ਸਾਂਝ ਹੁੰਦੀ ਹੈ ਪਰ ਇਸ ਵੀਰ ਦੀ ਬੜੀ ਸਾਂਝ ਔਰ ਸਾਰਾ ਗਰੁੱਪ ਬਾਈ ਸਲੂਟ ਆ ਤੁਹਾਨੂੰ ਔਰ ਬਾਬਾ ਜੀ ਇੱਕ ਸੈਕਿੰਡ ਦੀ ਗੱਲ ਸੁਣ ਲਿਓ ਕੀ ਕਹਿਣਾ ਮੋੜੀ ਬੇ ਮੋੜੀ ਬਾਬਾ ਓਏ ਚੱਕਵੀ ਮੰਡੀਰ ਨੂੰ ਕਿਉਂਕਿ ਸਰਪੰਚ ਹੋਣ ਐਮ ਐਲ ਏ ਹੋਣ ਇਹਨਾਂ ਦੀ ਬਹੁਤ ਪਾਵਰ ਹੁੰਦੀ ਹੈ ਹਨਾ ਵੀਰੇ ਸੋ ਭਰਾਵਾਂ ਦੇ ਲਈ ਇੱਕ ਮੈਸੇਜ ਹੈ ਕੀ ਕਿਹਾ ਮੋੜੀ ਬੇ ਮੋੜੀ ਬਾਬਾ ਆ ਚੱਕਵੀ ਮੰਡੀਰ ਨੂੰ ਹੋ ਪੀ ਪੀ ਸਮੈਕਾਂ ਪੀ ਪੀ ਕੇ ਚੁੱਟੇ ਛਾਣੀ ਓਏ ਕਰ ਲਿਆ ਸਰੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਹੋ ਪੀ ਪੀ ਕੇ ਚੁੱਟੇ ਪੀ ਪੀ ਸਮੈਕਾਂ ਛਾਣੀ ਓਏ ਕਰ ਲਿਆ ਸਰੀਰ ਨੂੰ ਮੋੜੀ ਬੇ ਮੋੜੀ ਬਾਬਾ ਕਿਉਂਕਿ ਬਾਈ ਮਾਫੀ ਚਾਹੁੰਦੀ ਹਾਂ ਕਿਸੇ ਦੀ ਭੈਣ ਨੂੰ ਟੋਟਾ ਕਹਿਣਾ ਕੁਰਜਾ ਕਹਿਣਾ ਬਹੁਤ ਆਸਾਨ ਹੈ ਪਰ ਆਪਣੀ ਭੈਣ ਹਮੇਸ਼ਾ ਗੰਗਾ ਜਲ ਵਰਗੀ ਲੱਗਦੀ ਹੈ ਨਾ ਵੀਰੇ ਹਾਂ ਤਾੜੀ ਲਾਇਓ ਮੁੰਡਿਆਂ ਦੇ ਨਾਂ ਦੀ ਭਾਈ ਮਿੱਠਾ ਕਰ ਲਓ ਕਿਸੇ ਦੀ ਭੈਣ ਨੂੰ ਟੋਟਾ ਪੁਰਜਾ ਬੰਬ ਇਹ ਸ਼ਬਦ ਅਸੀਂ ਬੋਲਦੇ ਹਾਂ ਪਰ ਆਪਣੀ ਭੈਣ ਕਹਿੰਦੇ ਯਾਰ ਮੇਰੀ ਭੈਣ ਵਰਗਾ ਬਸ ਕੋਈ ਨਹੀਂ ਇਹਦੇ ਵੱਲ ਕੋਈ ਨਾ ਝਾਕੇ ਬੋਲੀਏ ਸੱਚੇ ਦਰਬਾਰ ਕੀ ਸੁਣ ਕੇ ਕੀ ਕਿਹਾ ਤਿੱਖੇ ਤਿੱਖੇ ਜਿੰਨਾ ਤੇ ਕਮੈਂਟ ਕੱਸੀ ਜਾਣੇ ਵੇ ਉਹ ਵੀ ਤੈਨੇ ਕਿਸੇ ਦੀਆਂ ਇੱਜ਼ਤਾਂ ਜਵਾਨਾਂ ਵੇ ਉਹ ਵੀ ਕਿਸੇ ਦੀਆਂ ਇੱਜ਼ਤਾਂ ਜਵਾਨਾਂ ਵੇ ਅਣਖੀ ਜੇ ਵੀਰ ਉਹਦਾ ਆ ਗਿਆ ਮੈਦਾਨ ਵਿੱਚ ਭੱਜਿਆ ਨਹੀਂ ਜਾਣਾ ਤੈਥੋਂ ਵੱਡੇ ਪਹਿਲਵਾਨ ਵੇ ਭੱਜਿਆ ਨਹੀਂ ਜਾਣਾ ਤੈਥੋਂ ਵੱਡੇ ਪਹਿਲਵਾਨ ਵੇ ਹਏ ਭੱਜਿਆ ਨਹੀਂ ਜਾਣਾ ਤੈਥੋਂ ਵੱਡੇ ਪਹਿਲਵਾਨ ਵੇ ਭੱਜਿਆ ਨਹੀਂ ਜਾਣਾ ਤੈਥੋਂ ਵੱਡੇ ਪਹਿਲਵਾਨ ਵੇ ਪਾ ਦੂਗਾ ਠੰਡ ਪਾ ਦੂਗਾ ਠੰਡ ਤੇਰੀ ਓਏ ਗਰਮ ਤਸੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਮੋੜੀ ਬੇ ਮੋੜੀ ਹੋ Thank you.
ਜਿਹੜਾ ਹੋਕਾ ਦੇਣ ਲੱਗਿਆ ਸੁਣ ਕੇ ਜ਼ਰਾ ਆਉਣ ਦੇ ਬਈ। ਥੈਂਕ ਯੂ ਸੋ ਮੱਚ ਸਾਰੀ ਕਮੇਟੀ ਮੈਂਬਰ ਦਾ, ਰਣਜੀਤ ਮਾਨ ਵੀਰੇ ਦਾ ਬਹੁਤ ਬਹੁਤ ਸ਼ੁਕਰਾਨਾ। ਥੈਂਕ ਯੂ ਸੋ ਮੱਚ, ਜਿਉਂਦੇ ਰਹੋ। ਠੀਕ ਹੈ, ਸੁਣ ਕੇ ਬਾਈ। ਪਾਲ ਤੇ ਪਤੰਦਰ ਬਈ ਹੋਕਾ ਦੇਵੇ ਸੱਚ ਦਾ, ਜਵਾਨੀ ਦੀਆਂ ਜੜਾਂ ਵਿੱਚ ਚਿੱਟਾ ਜਾਵੇ ਰਚਦਾ, ਜਵਾਨੀ ਦੀਆਂ ਜੜਾਂ ਵਿੱਚ ਹੋ ਜਵਾਨੀ ਦੀਆਂ ਜੜਾਂ ਵਿੱਚ ਚਿੱਟਾ ਜਾਵੇ ਰਚਦਾ, ਜਵਾਨੀ ਦੀਆਂ ਲੱਸੀਆਂ ਨੂੰ ਭੁੱਲ, ਲੱਸੀਆਂ ਨੂੰ ਭੁੱਲ ਪੀਂਦੇ ਹੋਏ ਜੁਗਨੀ ਤੇ ਹੀਰ ਨੂੰ ਮੋੜੀ ਬੇ ਮੋੜੀ ਬਾਬਾ ਮੋੜੀ ਬੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਮੋੜੀ ਬੇ ਮੋੜੀ ਬਾਬਾ ਮੋੜੀ ਬੇ ਮੋੜੀ ਓ ਮੂਸੇ ਵਾਲੇ ਦੇ ਨਾਂ ਤੇ ਤਾੜੀ ਲਾ ਦਿਓ ਕਿਉਂਕਿ ਮੇਰੇ ਏਰੀਏ ਦੀ ਗੱਲਬਾਤ ਹੈਗੀ ਹੈ ਬਾਈ। ਮਾਨਸਾ ਸੁਨਾਮ ਏਰੀਆ ਸਾਡਾ ਇਕੱਠਾ ਜਿਹਾ ਹੀ ਪੈਂਦਾ, ਤਾੜੀ ਦੱਬ ਕੇ ਮਾਰੋ ਬਾਈ ਦੇ ਨਾਂ ਦੀ, ਕਿਉਂਕਿ ਬਹੁਤ ਫੈਨਸ ਉਹਦੇ ਅੱਜ ਵੀ ਬੈਠੇ ਨੇ ਔਰ ਹਮੇਸ਼ਾ ਰਹਿਣਗੇ। ਛੋਟੇ ਤੋਂ ਛੋਟਾ ਬੱਚਾ ਉਹਦਾ ਫੈਨ ਹੈ, ਹੈ ਨਾ। ਉਹਨੂੰ ਸ਼ਰਧਾਂਜਲੀ ਦੇਣੀ ਸਾਰਿਆਂ ਨੂੰ ਬਣਦੀ ਹੈ, ਹੈ ਨਾ ਵੀਰੇ, ਹੈ ਨਾ। ਤਾੜੀ ਲਾ ਕੇ ਇਕੱਠੇ ਗਾਈਏ, ਦੋ ਲਾਈਨਾਂ ਇਕੱਠੇ ਗਾਈਏ ਸਾਰੇ ਜਣੇ। ਦਸ ਪੁੱਤ ਤੇਰਾ ਹੈਡ ਟਾਊਨ ਕਾਸਟ ਤੋਂ ਹੋ ਚੰਗਾ ਭਲਾ ਵਸਦਾ ਸੀ, ਦਸ ਪੁੱਤ ਤੇਰਾ ਹੈਡ ਟਾਊਨ ਕਾਸਟ ਤੋਂ ਚੰਗਾ ਭਲਾ ਹੱਸਦਾ ਸੀ ਮੋਨ ਕਾਸਟ ਤੋਂ। ਆ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ, ਕੌਣ ਕਾਸਟ ਤੋਂ ਹੋ ਕਈ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕਈ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ, ਕਈ ਭੁੱਖੇ ਫਿਰਦੇ ਨੇ ਇੱਥੇ ਵੇਮਦੇ, ਨਾਮ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਨੇ। ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ, ਹੋ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਹੈ, ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਉੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਿਤ ਕੰਟਰੋਵਰਸੀ ਕਰੇਟ ਮਿਲੂਗੀ, ਹੋ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ। ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ। ਤਾੜੀ ਲਾ ਕੇ ਬਾਈ। ਥੈਂਕ ਯੂ ਸੋ ਮੱਚ। ਇਹ ਪਹਿਲਾਂ ਬੁਲਾਉਂਦਾ ਫਿਰ ਬਿਠਾਉਂਦਾ ਫਿਰ ਪੁਜਾ ਦਿੰਦਾ। ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ, ਇਹਦੀ ਸਟੇਜ ਤੋਂ ਹੀ ਵਾਇਰਲ ਹੋਇਆ ਸੀ। ਤਾੜੀ ਲਾਇਓ ਮਾਨ ਦੇ ਲਈ, ਇਹਦੀ ਸਟੇਜ ਤੋਂ ਵਾਇਰਲ ਹੋਇਆ ਔਰ ਮੈਨੂੰ ਬਹੁਤ ਸਾਰਾ ਪਿਆਰ ਦੁਆਬੇ 'ਚੋਂ ਮਿਲਿਆ। ਇਸੇ ਦੀ ਕਿਰਪਾ ਕਰਕੇ ਅੱਜ ਵੀ ਵੀਰ ਨੇ ਸਟੇਜ ਦਿੱਤੀ ਹੈ, ਕੋਈ ਗੱਲ ਨਹੀਂ ਬਾਈ, ਕਿਉਂਕਿ ਵਕਤ ਬਹੁਤ ਹੋ ਗਿਆ, ਇੱਥੇ ਬਹਿਣਾ ਬਹੁਤ ਔਖਾ, ਇੱਥੇ ਖੜ੍ਹਨਾ ਸੌਖਾ ਫਿਰ ਵੀ, ਪਰ ਉੱਥੇ ਇੰਨਾ ਚਿਰ ਵੇਟ ਕਰਨੀ ਬੜੀ ਔਖੀ ਹੈ। ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ, ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ। ਗੱਜ ਪਰ ਜਾਵੇ ਗੱਲ ਹੋਵੇ ਨਾ ਗਾਹਾਂ, ਹੋ ਖਾਣਾ ਪੀਣਾ ਭੁੱਲ ਜਾਂਦੀਆਂ, ਪੁੱਤ ਮਰੇ ਨੀ ਭੁੱਲਦੀਆਂ ਮਾਵਾਂ, ਹੋ ਖਾਣਾ ਪੀਣਾ
ਭੁੱਲ ਜਾਂਦੀਆਂ ਥੈਂਕ ਯੂ ਸੋ ਮੱਚ ਇੰਨੀ ਕੁ ਹਾਜ਼ਰੀਆਂ ਕਬੂਲ ਦੇ ਮਾਫ਼ੀ ਦੀ ਜਾਂਚ ਕਰਾਂਗੇ ਕੁਛ ਵੀ ਗਲਤ ਬੋਲਿਆ ਗਿਆ ਹੋਵੇ ਸਮਾਂ ਵੱਧ ਮੈਂ ਲੈ ਲੈਂਦੀ ਥੋੜ੍ਹਾ ਜਿਹਾ ਉਹਦੇ ਲਈ ਮਾਫ਼ੀ ਚਾਹੁੰਦੇ ਵੀਰੇ ਥੈਂਕ ਯੂ ਜੀ ਸਾਰੀ ਕਮੇਟੀ ਦਾ ਥੈਂਕ ਯੂ ਸੋ ਮੱਚ ਜਿਉਂਦੇ ਰਹੋ ਐਕਚੁਅਲੀ ਤੁਸੀਂ ਸਹੀ ਹੈ ਪਰ ਟਾਈਮ ਜਿਹੜਾ ਸੀ ਮਿਲਿਆ ਨਾ 2 ਵਜੇ ਸਟਾਰਟ ਕੀਤਾ 3 ਵਜੇ ਤੁਹਾਨੂੰ ਪਤਾ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸੂਰਜ ਚਨੇਰ ਆਓ ਸਾਡੇ ਪਿਆਰੇ ਵੀਰ ਪਹਿਲਾਂ ਸ਼ੁਰੂ 'ਚ ਸਭ ਤੋਂ ਪਹਿਲਾਂ ਗਾਉਂਦਾ ਹੁੰਦਾ ਅਤੇ ਅੱਜ ਐਂਡ 'ਤੇ ਤਾਂ ਉਹ ਮਿੰਟੂ ਭਾਅ ਜੀ ਵੀ ਆ ਗਿਆ ਦੋ ਸ਼ੀਲ ਇੱਕ ਮੇਲਾ ਲੈ ਕੇ ਆ ਗਿਆ ਆਓ ਸੂਰਜ ਚਨੇਰ ਜੀ ਸਾਡੇ ਪਿਆਰੇ ਵੀਰ ਬੜੀਆਂ ਪਿਆਰੀਆਂ ਗੱਲਾਂ ਮੱਲੀ ਸਾਹਿਬ ਮਿੰਟੂ ਭਾਅ ਜੀ ਉੱਦਾਂ ਆ ਜਾ ਕੋਈ ਨਹੀਂ ਆਪਣਾ ਘਰ ਦਾ ਮੇਲਾ ਆ ਜਾ ਕੋਈ ਚੱਕਰ ਨਹੀਂ ਹੁਣ ਆਪਾਂ ਕਲਾਕਾਰ ਥੋੜ੍ਹੀ ਹਾਂ ਆਓ ਜੀ ਤੁਹਾਡੇ ਰੂਬਰੂ ਸੂਰਜ ਚਨੇਰ ਆ ਵੀ ਮਾਨਸ ਵਾਲੇ ਦੀ ਕੰਪੋਜੀਸ਼ਨ ਹੈ ਤੇ ਹੈ ਤਰਨ ਤਰਨ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਘੱਟ ਪਬਲਿਕ ਘੱਟ ਪਰ ਇੱਕ ਤਾੜੀ ਡਿੰਪੀ ਸਾਊਂਡ ਦੇ ਨਾਂ ਤੇ ਸਾਡੇ ਵੱਡੇ ਭਾਜੀ ਬਾਵੇ ਭਰਾਣਾ ਜਾਂਦੇ ਆ ਮੈਂ ਭਾਜੀ ਬਹੁਤ ਕੋਰਸ ਬੋਲਿਆ ਤੁਹਾਡੀ ਸਾਊਂਡ ਤੇ ਸਰਕਾਰਾਂ ਹੀ ਵਿਖਾਉਂਦੀਆਂ ਚਿੱਟਾ ਮੈਂ 3 ਗਾਣੇ ਗਾਊਂਗਾ ਤੇ 3 ਹੀ ਚੱਕਵੇਂ ਹੋਣੇ ਆਪਣੇ ਸਭ ਤੋਂ ਪਹਿਲਾਂ ਆਪਾਂ ਗਾਣਾ ਜਿਹੜਾ ਆਪਣਾ ਗਾਣਾ ਬੈਨ ਹੋਇਆ ਸੀ ਸਰਕਾਰਾਂ ਹੀ ਵਿਖਾਉਂਦੀਆਂ ਚਿੱਟਾ ਲਾਸਟ ਈਅਰ ਬੋਲ ਕੇ ਗਿਆ ਸੀ ਜਿਹੜਾ ਬਾਈ ਸਿੱਧੂ ਨਾਲ ਗਾਣਾ ਆਉਣਾ ਸੀ ਸਾਰੇ ਗਾਮਾ ਪਾ 29 ਨੂੰ ਬਾਈ ਦੀ ਡੈਥ ਹੋਈ 24 ਜੂਨ ਨੂੰ ਸਾਡਾ ਗਾਣਾ ਰਿਲੀਜ਼ ਹੋਣਾ ਸੀ ਹੁਣ ਪੋਸਟਪੋਨ ਹੋ ਗਿਆ ਆਪਾਂ ਮੈਂ ਚਾਹੁੰਦਾ ਪਹਿਲਾਂ ਬੋਲ ਹੀ ਉਹ ਦਈਏ ਸਾਰੇ ਗਾਮਾ ਪਾ ਇੱਕ ਸਿੱਧੂ ਦੇ ਨਾਂ ਤੇ ਤਾੜੀ ਮਾਰੋ ਪਲੀਜ਼ ਕਿਸੇ ਪੁਰਾਣੇ ਯੂਟਿਊਬ ਤੇ ਡਿੰਪੀ ਭਾਅ ਜੀ ਕਮੈਂਟ ਕੀਤਾ ਕਹਿੰਦੇ ਬਾਈ ਤੁਸੀਂ ਲਿਖਦੇ ਸੋਹਣਾ ਆ ਸਰਕਾਰਾਂ ਹੀ ਵਿਖਾਉਂਦੀਆਂ ਚਿੱਟਾ ਬਾਵੇ ਨੇ ਕੀਤਾ ਜੀਨ ਕੁੜੀਏ ਚੰਡੀਗੜ੍ਹ ਵਾਲੀ ਸਹੇਲੀ ਦੋਸਤ ਜੀ ਸਰਕਾਰਾਂ ਹੀ ਵਿਖਾਉਂਦੀਆਂ ਚਿੱਟਾ ਮੇਰਾ ਹਿੱਟ ਗਾਣਾ ਰਿਹਾ ਉਸ ਤੋਂ ਬਾਅਦ ਕਿਸੇ ਨੇ ਕਮੈਂਟ ਕੀਤਾ ਬਾਈ ਲਿਖਦੇ ਸੋਹਣਾ ਆ ਪਰ ਤੁਹਾਨੂੰ ਗਾਉਣਾ ਨਹੀਂ ਆਉਂਦਾ ਤੁਹਾਨੂੰ ਸਾਹ ਦਾ ਨਹੀਂ ਪਤਾ ਤੁਹਾਨੂੰ ਗਾ ਦਾ ਨਹੀਂ ਪਤਾ ਭਰਾ ਦੇ ਕਮੈਂਟ ਦਾ ਰਿਪਲਾਈ ਕੀਤਾ ਰਿਪੀਟ ਦਿਓ ਪਹਿਲਾਂ ਆ ਜਿਹੜੇ ਮੈਨੂੰ ਕਹਿਣ ਤੈਨੂੰ ਗਾਉਣਾ ਨਹੀਂ ਆਉਂਦਾ ਕੋਈ ਝੂਠ ਨਹੀਂ ਉਹਨਾਂ ਦੀ ਗੱਲ ਸਾਚਿਆ ਬਈ ਧੰਨਵਾਦ ਮੈਨੂੰ ਮੇਰੀ ਕਮੀ ਤੁਸੀਂ ਦੱਸੀ ਮੈਨੂੰ ਗੁੱਸਾ ਨਹੀਂ ਬਾਈ ਜੀ ਤੁਹਾਡਾ ਹੱਕ ਆ ਜੀ ਦੀ ਤੁਸ਼ ਬੁੱਧੀ ਜਿੰਨਾ ਕਰਦੀ ਵਰਗੀ ਆਪਾਂ ਉਹਨੂੰ ਉਸੇ ਹਿਸਾਬ ਨਾਲ ਸੁਝਾ ਦਈਦਾ ਆ ਸਾ ਦਾ ਨਹੀਂ ਪਤਾ ਭਾਵੇਂ ਗਾ ਦਾ ਨਹੀਂ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਬੋਲੀ ਸਾਹਿਬ ਆ ਜਿਹੜੇ ਮੈਨੂੰ ਕਹਿਣ ਤੈਨੂੰ ਗਾਉਣਾ ਨਹੀਂ ਆਉਂਦਾ ਕੋਈ ਝੂਠ ਨਹੀਂ ਉਹਨਾਂ ਦੀ ਗੱਲ ਸਾਚੀ ਆ ਖੋਲ ਦਿਓ ਮਾੜਾ ਜਿਹਾ ਮਾਈਕ ਡਿੱਪੀ ਭਾਜੀ ਮਾਈਕ ਖੋਲ ਜਿਹੜੇ ਮੈਨੂੰ ਕਹਿਣ ਤੈਨੂੰ ਗਾਉਣਾ ਨਹੀਂ ਆਉਂਦਾ ਕੋਈ ਝੂਠ ਨਹੀਂ ਉਹਨਾਂ ਦੀ ਗੱਲ ਸਾਚਿਆ ਧੰਨਵਾਦ ਮੈਨੂੰ ਮੇਰੀ ਕਮੀ ਤੁਸੀਂ ਦੱਸੀ ਮੈਨੂੰ ਗੁੱਸਾ ਨਹੀਂ ਬਾਈ ਜੀ ਤੁਹਾਡਾ ਹੱਕ ਆ ਜਿਹਦੀ ਤੁਸ਼ ਬੁੱਧੀ ਜਿੰਨਾ ਕਰਦੀ ਵਰਕ ਜਿਹਦੀ ਤੁਸ਼ ਬੁੱਧੀ ਜਿੰਨਾ ਕਰਦੀ ਵਰਕ ਆਪਾਂ ਉਹਨੂੰ ਉਸੇ ਹਿਸਾਬ ਨਾਲ ਸੁਝਾ ਦਈਦਾ ਆ ਸਾ ਦਾ ਨਹੀਂ ਪਤਾ ਭਾਵੇਂ ਗਾ ਦਾ ਨਹੀਂ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਸਾ ਦਾ ਨਹੀਂ ਪਤਾ ਭਾਵੇਂ ਗਾ ਦਾ ਨਹੀਂ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਸਾ ਦਾ ਨਹੀਂ ਪਤਾ ਭਾਵੇਂ ਗਾ ਦਾ ਨਹੀਂ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਜੀ
ਤੈਨੂੰ ਆਖਾਂ ਕਿਵੇਂ ਬਹੁਤ ਕੁਝ ਜਾਣਦਾ ਸੂਰਜ ਕਨੇਰ ਭੈਣ ਮੂਸੇ ਵਾਲੇ ਸਾਡਾ ਮੈਂ ਕਦੋਂ ਆਖਾਂ ਕਿਵੇਂ ਬਹੁਤ ਕੁਝ ਜਾਣਦਾ ਸੂਰਜ ਕਨੇਰ ਭੈਣ ਮੂਸੇ ਵਾਲੇ ਸਾਡਾ ਭਾਗ ਲੱਗੂਗਾ ਜ਼ਰੂਰ ਮਿਹਨਤ ਮੇਰੀ ਨੂੰ ਭਾਗ ਲੱਗੂਗਾ ਜ਼ਰੂਰ ਨਾਮ ਬਾਬਾ ਜੀ ਦਾ ਲੈ ਕੇ ਸਿਰਾ ਲਾ ਦਈਦਾ ਆ ਸਾ ਦਾ ਨੀ ਪਤਾ ਭਾਵੇਂ ਗਾ ਦਾ ਨੀ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਸਾ ਦਾ ਨੀ ਪਤਾ ਭਾਵੇਂ ਗਾ ਦਾ ਨੀ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਸਾ ਦਾ ਨੀ ਪਤਾ ਭਾਵੇਂ ਗਾ ਦਾ ਨੀ ਪਤਾ ਪਰ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਦੂਜਾ ਕਾਲਾ ਸਭ ਟੱਪ ਜਾਈਦਾ ਬੇਸ਼ੱਕ ਬਾਈ ਜੀ ਵਿਸਰੇ ਆਪਾਂ ਗਾਈਦਾ ਪਹਿਲਾ ਚਿੱਟਾ ਦੂਜਾ ਕਾਲਾ ਸਭ ਟੱਪ ਜਾਈਦਾ ਬੇਸ਼ੱਕ ਬਾਈ ਜੀ ਵਿਸਰੇ ਆਪਾਂ ਗਾਈਦਾ ਮਿਹਨਤ ਮੇਰੀ ਨੂੰ ਭਾਗ ਲੱਗੂਗਾ ਜ਼ਰੂਰ ਮਿਹਨਤ ਮੇਰੀ ਨੂੰ ਭਾਗ ਲੱਗੂਗਾ ਜ਼ਰੂਰ ਨਾਮ ਬਾਬਾ ਜੀ ਦਾ ਲੈ ਕੇ ਸਿਖਰਾ ਲਾ ਦਈਦਾ ਸਾਦਾ ਨੀ ਪਤਾ ਭਾਵੇਂ ਗਾਦਾ ਨੀ ਪਤਾ ਪਰ ਜਿੱਥੇ ਵੀ ਜਾਈਦਾ ਗਾ ਸਾਦਾ ਨੀ ਪਤਾ ਭਾਵੇਂ ਗਾਦਾ ਨੀ ਪਤਾ ਪਰ ਜਿੱਥੇ ਵੀ ਜਾਈਦਾ ਗਾ ਜਿੱਥੇ ਵੀ ਜਾਈਦਾ ਗਾ ਜਿੱਥੇ ਵੀ ਜਾਈਦਾ ਗਾ ਪਾ ਦਈਦਾ ਇੱਕ ਗਾਣਾ ਹੋਰ ਬੋਲਾਂਗੇ ਡਰਾਈਵਰ ਭਰਾਵਾਂ ਲਈ ਖਾਸ ਕਰਕੇ ਸਾਡਾ ਗਾਣਾ ਆ ਰਿਹਾ ਕੁੜੀ ਕਹਿੰਦੀ ਕਿ ਬਹਿਲ ਜਦੋਂ ਵੱਜਦੀ ਤੂੰ ਆਸਾ ਪਾਸਾ ਕਰ ਜੇ ਬੀਪੀ ਹੋ ਜੇ ਲੋਹ ਤੇ ਨਬਜ਼ ਮੇਰੀ ਖੜ ਜੀ ਆ ਬਿੱਲ ਜਦੋਂ ਵੱਜਦੀ ਤੂੰ ਆਸਾ ਪਾਸਾ ਕਰ ਜੇ ਬੀਪੀ ਹੋ ਜੇ ਲੋਹ ਤੇ ਨਬਜ਼ ਮੇਰੀ ਖੜ ਜੇ ਹਾਏ ਮਾਰਨਿੰਗ ਹੋਵੇ ਭਾਵੇਂ ਨੂਨ ਵੇ ਡਰਾਈਵਰ ਆ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਡਰਾਈਵਰ ਆ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਡਰਾਈਵਰ ਆ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਡਰਾਈਵਰ ਆ ਮੇਰਾ ਖਸਕਾਉਂਦਾ ਰਹਿੰਦਾ ਖੁੱਲ ਜੇ ਨਾ ਭੇਦ ਤੇਰਾ ਬਾਲਾ ਤੂੰ ਚੰਟ ਵੇ ਲੋਗੀ ਉੱਤੋਂ ਲਾਇਆ ਏ ਤੂੰ ਫਿੰਗਰ ਪ੍ਰਿੰਟ ਵੇ ਫੋਨ ਮੈਨੂੰ ਦਿੰਦਾ ਨੀ ਤੂੰ ਛੂਣ ਵੇ ਡਰਾਈਵਰਾ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਡਰਾਈਵਰਾ ਦੱਸ ਤੈਨੂੰ ਕੀਦਾ ਆਉਂਦਾ ਆ ਮੇਰਾ ਕਿਉਂ ਸਟਾਉਂਦਾ ਰਹਿੰਦਾ ਖੂਨ ਵੇ ਡਰਾਈਵਰਾ ਦੱਸ ਮੈਨੂੰ ਕੀਦਾ ਆਉਂਦਾ ਫੋਨ
ਵਿੱਚ ਚੱਲਦੀ ਨਹੀਂ ਏ ਤਾਂ ਚੀਟ ਵੇ ਭਾਜੀ ਹੋਰ ਸਮਾਈ ਕਾਹਤੋਂ ਬੰਦ ਕੀਤੀ ਹੋਈ ਸੂਰਜ ਚਮੇਰ ਤੇਰੀ ਗੱਲ ਨਹੀਂ ਏ ਠੀਕ ਏ ਸੱਚੇ ਪਿਆਰ ਵਿੱਚ ਚੱਲਦੀ ਨਹੀਂ ਏ ਤਾਂ ਚੀਟ ਵੇ ਹੁਣ ਮੈਨੂੰ ਦਿੰਦਾ ਨੀ ਤੂੰ ਛੂਣ ਵੇ ਚਲੈ ਮਰਾ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਚਲੈ ਮਰਾ ਦੱਸ ਤੈਨੂੰ ਕੀਦਾ ਆਉਂਦਾ ਆ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਚਲੈ ਮਰਾ ਦੱਸ ਤੈਨੂੰ ਕੀਦਾ ਆਉਂਦਾ ਦੱਸ ਤੈਨੂੰ ਕੀਦਾ ਆਉਂਦਾ ਫੋਨ ਵੇ ਬਹੁਤ ਥੈਂਕਸ ਪਿੰਡ ਸਿੱਧਵਾਂ ਦੋਨਾਂ ਦੀ ਸਾਰੀ ਮੈਨੇਜਮੈਂਟ ਦਾ ਜਿੰਨਿਆਂ ਕਿ ਭਰਾਵਾਂ ਨੇ ਭੈਣਾਂ ਨੇ ਸੁਣਿਆ ਸਾਰਿਆਂ ਦਾ ਸ਼ੁਕਰਾਨਾ ਕਿਸ਼ੇ ਵੀਰ ਦਾ ਰਾਜੇ ਵੀਰ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਥੈਂਕਸ ਕਰਦੇ ਹਾਂ ਜਾਂਦੇ ਜਾਂਦੇ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਵੀਡੀਓ ਪਾਉਂਦੇ ਸੀ ਤੇਰੇ ਯਾਰ ਦੇ ਖਿਲਾਫ ਨੀ ਆਸਾ ਏ ਮੇਰੇ ਸੋਚਦੇ ਮੈਂ ਕਰ ਦੂੰਗਾ ਮਾਫ ਵੀਡੀਓ ਪਾਉਂਦੇ ਸੀ ਤੇਰੇ ਯਾਰ ਦੇ ਖਿਲਾਫ ਨੀ ਸਾਰੇ ਮੇਰੇ ਸੋਚਦੇ ਮੈਂ ਕਰ ਦੂੰਗਾ ਮਾਫ ਫੇਸਬੁੱਕ ਉੱਤੇ ਜਿਹੜੇ ਵਾਹੁੰਦੇ ਸੀ ਜ਼ਬਾਨ ਆ ਬੰਦ ਪੋਤੇ ਆਪਣੀ ਜ਼ਬਾਨ ਰੱਖੇ ਹੋ ਪਹਿਲਿਆਂ ਕੰਮਾਂ ਤੇ ਯੱਟ ਫੇਰ ਆ ਗਿਆ ਹੋਇਆ ਸਾਡੀ ਜਿੰਨਾਂ ਨਾਲ ਲੱਗਦੀ ਧਿਆਨ ਰੱਖਿਓ ਪਹਿਲਿਆਂ ਕੰਮਾਂ ਤੇ ਯੱਟ ਫੇਰ ਆ ਗਿਆ ਹੋਇਆ ਸਾਡੀ ਜਿੰਨਾਂ ਨਾਲ ਲੱਗਦੀ ਧਿਆਨ ਰੱਖਿਓ ਸੋ ਲਵ ਯੂ ਥੈਂਕ ਸੋ ਮਚ ਇੱਕ ਜ਼ਰੂਰੀ ਅਨਾਊਂਸਮੈਂਟ ਹੈ ਇੱਕ ਗੱਡੀ ਦੀ ਚਾਬੀ ਗੁੰਮ ਹੋਈ ਉਹਦੇ ਵਿੱਚ ਦੋ ਚਾਬੀਆਂ ਸੀ ਪਲੀਜ਼ ਕਿਸੇ ਨੂੰ ਮਿਲੀ ਹੋਵੇ ਤਾਂ ਸਾਡੇ ਤੱਕ ਪਹੁੰਚਾ ਦਿਓ ਦੂਰ ਜਾਣਾ ਮਹਿਮਾਨਾਂ ਨੇ ਸਾਡੇ ਬੜੇ ਪਿਆਰੇ ਵੱਡੇ ਭਾਅ ਜੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਕਿਉਂਕਿ ਪਹਿਲਾਂ ਵੀ ਨਾਮ ਅਨਾਊਂਸ ਕੀਤੇ ਹੁਣ ਵੀ ਥੋੜ੍ਹੇ ਜਿਹਾ ਨਾਮ ਅਨਾਊਂਸ ਕਰ ਦਈਏ ਥੋੜ੍ਹਾ ਹੀ ਹੈ ਸਾਡੇ ਸਤਿਕਾਰਯੋਗ ਪਰਮਜੀਤ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਬਹੁਤ ਵੱਡੀ ਸੇਵਾ ਦਿੱਤੀ ਗਈ ਅੱਜ ਦੇ ਮੇਲੇ ਵਿੱਚ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰਮਜੀਤ ਭਾਅ ਜੀ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਜੀ ਦੇ ਮੇਲੇ ਦੀਆਂ ਮਨਜਿੰਦਰ ਸਿੰਘ ਜੀ ਪਾਲੀ USA ਵਾਲੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੁਖਵਿੰਦਰ ਸਿੰਘ ਜੀ ਨੇਕੀ IKP ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਰਾ ਜੀ ਸਿੱਧਵਾਂ ਤੋਂ ਇੰਟਰਨੈਸ਼ਨਲ ਕਬੱਡੀ ਪਲੇਅਰ ਉਹਨਾਂ ਦਾ ਬਹੁਤ ਬਹੁਤ ਥੈਂਕਸ ਹੈ ਤੀਰਥ ਜੀ ਕੈਨੇਡਾ ਵਾਲੇ ਦਲਵੀਰ ਸਿੰਘ ਜੀ USA ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਲਵੀਰ ਸਿੰਘ ਕਲੱਚ ਨਾਮ ਬਹੁਤ ਪਿਆਰਾ ਭਾਅ ਜੀ ਦਾ ਯੋਗਾ ਸਿੱਧੂ ਜੀ ਕੈਨੇਡਾ ਵਾਲੇ ਔਰ ਕਾਲਾ ਜੀ USA ਤੋਂ ਨਾਗਰਾ ਸਾਹਿਬ ਕੋਹਾਲੇ ਵਾਲੇ ਜਿਹਨਾਂ ਵੱਲੋਂ 11,000 ਦੀ ਸੇਵਾ ਆਈ ਹੈ ਕਾਲਾ ਜੀ USA ਵਾਲੇ ਬਹੁਤ ਬਹੁਤ ਧੰਨਵਾਦ ਧੀਰਾ ਕੋਹਾਲਾ ਤੋਂ ਉਹਨਾਂ ਦਾ ਵੀ ਥੈਂਕਸ ਹੈ ਔਰ ਗੁਰਮੇਲ ਸਿੰਘ ਜੀ ਸਿੱਧੂ ਸਾਹਿਬ ਗੁਰਜੀਤ ਸਿੰਘ ਜੀ ਸਿੱਧੂ ਨਿੰਦਰ ਜੀ ਬਲਜੀਅਮ ਤੋਂ ਮਲਕੀਤ ਸਿੰਘ ਜੀ ਕਾਕਾ ਮੈਂਬਰ ਪੰਚਾਇਤ ਅਮਰੀਕ ਸਿੰਘ ਜੀ ਮੈਂਬਰ ਪੰਚਾਇਤ ਔਰ ਸਪੈਸ਼ਲੀ ਕਲੇਅਰ ਟੈਂਟ ਹਾਊਸ ਭਾਅ ਜੀ ਉਹਨਾਂ ਦਾ ਬਹੁਤ ਥੈਂਕਸ ਹੈ ਆ ਜਾਓ ਭਾਅ ਜੀ ਆ ਜਾਓ ਬਹੁਤ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਤੁਹਾਨੂੰ ਇੱਕ ਦੋ ਕੰਮ ਤਾਂ ਸਾਡੇ ਵੱਲੋਂ ਪੱਕੇ ਮਿਲਣਗੇ ਬੜੀ ਮਿਹਨਤ ਕੀਤੀ ਤੁਸੀਂ ਸੋ ਇੱਕ ਵਾਰ ਫਿਰ ਬੇਨਤੀ ਹੈ ਕਿ ਚਾਬੀ ਅਗਰ ਕਿਸੇ ਨੂੰ ਮਿਲੇ ਗੱਡੀ ਦੀ ਦੋ ਚਾਬੀਆਂ ਛੱਲੇ ਦੇ ਵਿੱਚ ਅਤੇ ਜਿਹਨਾਂ ਨੂੰ ਮਿਲ ਜਾਵੇ ਸਾਡੇ ਤੱਕ ਪਹੁੰਚਾ ਦਿਓ ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ ਕਲੇਅਰ ਟੈਂਟ ਹਾਊਸ ਲਈ ਜਿੰਨੇ ਬੈਠੇ ਇੱਕ ਵਾਰ ਤਾੜੀਆਂ ਵਜਾ ਦਿਓ ਬਈ ਜ਼ੋਰਦਾਰ ਤਾੜੀਆਂ ਬਹੁਤ ਬਹੁਤ ਸ਼ੁਕਰੀਆ ਭਾਅ ਜੀ ਕਹਿੰਦੇ ਰਾਤ ਦੇ ਲੱਗੇ ਆ ਮੀਂਹ ਪੈ ਗਿਆ ਟੈਂਟ ਡਿੱਗ ਪਿਆ ਫਿਰ ਚੱਕਿਆ ਫਿਰ ਲਾਇਆ ਫਿਰ ਡਿੱਗ ਪਿਆ ਫਿਰ ਚੱਕਿਆ ਕੋਈ ਚੱਕਰ ਨਹੀਂ ਹੁਣ ਬਾਬਾ ਜੀ ਨੇ ਤੁਹਾਨੂੰ ਓਕੇ ਰਿਪੋਰਟ ਕਰਤੀ ਹੈ ਆਓ ਮਿੰਟੂ ਭਾਅ ਜੀ ਪੁਲਿਸ ਮੁਲਾਜ਼ਮ ਸਾਡੇ ਆਫਿਸਰ ਸਬਾਨ ਮੈਂ ਬੇਨਤੀ ਕਰੂੰਗਾ ਨਾਲ ਸਰ ਤੁਸੀਂ ਵੀ ਸਨਮਾਨ ਲੈ ਲਓ ਮਿੰਟੂ ਹੇਰ ਜੀ ਬੜੇ ਪਿਆਰੇ ਵੀਰ ਹੈ ਸਾਡੇ ਇੰਸਪੈਕਟਰ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਉਹ ਆਪਣਾ ਸਨਮਾਨ ਲੈਣ ਸਾਡੇ ਪਿਆਰੇ ਵੀਰ ਗੀਤਕਾਰੀ ਤੋਂ ਬਾਅਦ ਵਿੱਚ ਗਾਇਕੀ 'ਚ ਟੋਟ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਉਹ ਸਨਮਾਨ ਲੈਣ ਆਜੋ 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 ਕੋਈ ਨਹੀਂ ਸਰ ਆਜੋ ਲਵ ਯੂ ਸਮਾਂ ਵੀ ਗੱਲ ਆ
ਆ ਜੀ ਸਾਡੇ ਪਿਆਰੇ ਵੀਰ ਮਿੰਟੂ ਹੇਲ ਜੀ, ਕੱਲ ਨੂੰ ਵੀ ਇਕੱਠੇ ਹੀ ਸੋ। ਸਭ ਤੋਂ ਪਹਿਲਾਂ ਅੱਜ ਦੇ ਦਿਨ ਦੀਆਂ ਪੀਰ ਬਾਬਾ ਇਮਾਮ ਸ਼ਾਹ ਦੂਲੋ ਜੀ ਉਹਨਾਂ ਦੇ ਸਾਲਾਨਾ ਉਰਸ ਦੀਆਂ ਮੁਬਾਰਕਾਂ, ਸਾਰੇ ਨਗਰ ਨਿਵਾਸੀਆਂ ਨੂੰ, ਭੈਣ ਭਰਾਵਾਂ ਨੂੰ, ਮੇਰਾ ਵੀਰ ਚਰਨਜੀਤ ਰਾਜੇ ਹੋਣੀ, ਰਣਜੀਤ ਮਾਨ, ਬੱਲੀ ਸਿੱਧੂ ਸਾਡੇ ਸਰਪੰਚ, ਸਰਪੰਚ ਸਾਹਿਬ ਸੋਖਾ ਭਾਅ ਜੀ, ਉਹਨਾਂ ਦੇ ਬ੍ਰਦਰ ਆਏ ਸਾਰੇ ਬਾਹਰੋਂ, ਸਾਰਿਆਂ ਦਾ ਧੰਨਵਾਦ। ਸੋ ਟਾਈਮ ਥੋੜ੍ਹਾ ਆ, ਸਾਰਿਆਂ ਨੇ ਪੰਜ ਪੰਜ ਮਿੰਟ ਲਾ ਕੇ ਆਪਣਾ ਸਮਾਂ ਪੂਰਾ ਕਰਨਾ। ਪੰਜਾਬ ਪੁਲਿਸ ਜ਼ਿੰਦਾਬਾਦ ਭਾਅ ਜੀ, ਪਹਿਲਾਂ ਗੱਲ। ਸੋ ਜਿੱਦਾਂ ਦਾ ਮਾਹੌਲ ਆ ਉੱਦਾਂ ਦੇ ਗੀਤ, ਡੈਂਪੀ ਸਾਊਂਡ, ਜੇ ਪੀ ਲਾਈਵ, ਸਾਰਿਆਂ ਦਾ ਧੰਨਵਾਦ। ਪੰਗਾ ਦੁਸ਼ਮਣਾਂ ਨਾਲ ਕਦੇ ਨਾ ਲਈਏ, ਪੰਗਾ ਦੁਸ਼ਮਣਾਂ ਨਾਲ ਕਦੇ ਨਾ ਲਈਏ, ਜਾਨ ਪਹਿਲਾਂ ਹੀ ਜੇ ਕਰ ਡਈ ਹੋਵੇ, ਉਹ ਮੁੱਲ ਪੁੱਛੀਏ ਨਾ, ਘਾਟਾ ਦੇਖੀਏ ਨਾ, ਚੀਜ਼ ਛੱਡੀਏ ਨਾ, ਜੇ ਕਰ ਖਰੀ ਹੋਵੇ। ਉਹ ਯਾਰੋ ਸ਼ੌਂਕ ਵੀ ਤਾਈਓ ਨੇ ਪਾਲ ਹੁੰਦੇ, ਸੀਨੇ ਦਿਲ ਹੋਵੇ ਤੇ ਜੇਬ ਭਰੀ ਹੋਵੇ, ਸੀਨੇ ਦਿਲ ਹੋਵੇ ਤੇ ਜੇਬ ਭਰੀ ਹੋਵੇ। ਸੋ ਨਾਲੋ ਨਾਲ ਸਨਮਾਨ, ਟਾਈਮ ਥੋੜ੍ਹਾ ਆ, ਜਿੱਦਾਂ ਵੀ ਹੈਗਾ ਕਬੂਲ ਕਰ ਲਿਓ। ਕੀ ਗੱਲ ਆ, ਜਿੰਨਾ ਚਿਰ ਮਿੱਤਰਾਂ ਦਾ ਸਾਥ ਚੱਲਦਾ, ਜਿੰਨਾ ਚਿਰ ਰੱਬ ਨਹੀਂ ਸੁਨੇਹਾ ਕਰਦਾ, ਜਿੰਨਾ ਚਿਰ ਰੱਬ ਨੇ ਸੁਨੇਹਾ ਘੱਲਦਾ, ਬਣ ਕੇ ਰਵਾਂਗੇ ਇਸ ਜੱਗ ਤੇ ਮਿਸਾਲ, ਬਣ ਕੇ ਰਵਾਂਗੇ ਇਸ ਜੱਗ ਤੇ ਮਿਸਾਲ, ਜਿੰਨਾ ਚਿਰ ਜੀਣਾ ਏ, ਜਿੰਨਾ ਚਿਰ ਜੀਣਾ ਏ, ਜੀਣਾ ਏ ਠੱਗਣਾ, ਜਿੰਨਾ ਚਿਰ ਜੀਣਾ ਏ, ਜੀਣਾ ਏ ਠੱਗਣਾ, ਜਿੰਨਾ ਚਿਰ ਜੀਣਾ ਏ, ਜੀਣਾ ਏ ਠੱਗਣਾ। ਸ਼ਿਕਾਰ ਜੱਟ ਦੇ ਹਵਾ ਵਿੱਚ ਹੌਸਲੇ ਉਡਾਰ ਜੱਟ ਦੇ, ਅੱਖਾਂ ਹੇਠਾਂ ਜਿਹੜੇ ਸ਼ਿਕਾਰ ਜੱਟ ਦੇ, ਹਵਾ ਵਿੱਚ ਹੌਸਲੇ ਉਡਾਰ ਜੱਟ ਦੇ, ਪੈਰਾਂ ਥੱਲੇ ਅਸੀਂ ਦੱਬ ਲੈਂਦੇ ਆ ਪੁਚਾਲ, ਪੈਰਾਂ ਥੱਲੇ ਅਸੀਂ ਦੱਬ ਲੈਂਦੇ ਆ ਪੁਚਾਲ, ਜਿੰਨਾ ਚਿਰ ਜੀਣਾ ਏ, ਜਿੰਨਾ ਚਿਰ ਜੀਣਾ ਏ, ਜੀਣਾ ਏ ਠੱਗਣਾ, ਜਿੰਨਾ ਚਿਰ ਜੀਣਾ ਏ, ਜੀਣਾ ਏ ਠੱਗਣਾ, ਪਹਿਲੋਂ ਇੱਥੇ ਆਇਆ, ਫਿਰ ਹੁਸ਼ਿਆਰਪੁਰ ਗਿਆ, ਹੁਣ ਇੱਥੇ ਆਇਆ ਤੁਹਾਡੇ ਕਰਕੇ। ਸੁਣ ਲਓ ਯਾਰ, ਬੰਦਾ ਉੱਧਰ ਕੱਚਾ ਜਿਹਾ ਲੱਗਦਾ ਗਾਉਂਦਾ ਜੀ, ਤੁਸੀਂ ਮਾਣ ਕਰਨਾ ਤੁਹਾਡੇ ਨਾਲ ਸਾਡੀ ਡੋਰ ਆ, ਸਾਡੇ ਨਾਲ ਜੱਟੀਆ ਭਰਾ ਆ ਤੁਸੀਂ। ਮਿੱਤਰਾਂ ਦੇ ਜਦੋਂ ਖੜਕ ਦੇ ਖੰਡੇ ਨੇ, ਪਾਲੇ ਤੰਦੇ
ਸਕੂਨ ਹੋ ਜਾਂਦੇ ਠੰਡੇ ਪਰ ਬਚਲਾਈਏ ਜੜ ਮਾਰਦੇ ਉਬਾਲ ਪਰ ਬਚਲਾਈਏ ਜੜ ਮਾਰਦੇ ਉਬਾਲ ਜਿੰਨਾ ਚਿਰ ਜੀਣਾ ਏ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਬੱਲੂ ਫੋਟੋ ਖਿੱਚ ਕੇ ਨਾ ਜਾ ਲਾਇਆ ਚੈੱਕ ਯਾਰਾਂ ਦਾ ਕਰ ਲਵੇ ਸਾਰੀ ਕਰ ਚੈੱਕ ਯਾਰਾਂ ਦਾ ਕਦੇ ਆਇਆ ਚੈੱਕ ਯਾਰਾਂ ਦਾ ਕਰ ਲਵੇ ਸਾਰੀ ਗੱਲ ਚੈੱਕ ਯਾਰਾਂ ਦਾ ਮੈਨੂੰ ਹੈਰਾ ਹੱਲ ਸਾਰੇ ਕਰੀਏ ਸਵਾਲ ਮੈਨੂੰ ਹੈਰਾ ਹੱਲ ਸਾਰੇ ਕਰੀਏ ਸਵਾਲ ਜਿੰਨਾ ਚਿਰ ਜੀਣਾ ਏ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਜਿੰਨਾ ਚਿਰ ਜੀਣਾ ਏ ਜੀਣਾ ਏ ਠੋਕ ਨਾਲ ਰਾਜਿਆਂ ਨੂੰ ਮਾਤ ਪਾ ਦੇਈ ਜੀ ਰਾਜਿਆਂ ਨੂੰ ਮਾਤ ਪਾ ਦੇਈ ਜੀ ਨਿਕਲੀਏ ਜਦੋਂ ਬਣ ਡਰ ਕੇ ਸਾਡੇ ਯਾਰ ਕਾਟਾਂ ਨੂੰ ਤੋੜ ਦਊ ਇਹਦਾ ਦਾ ਨੀ ਆਇਆ ਕੋਈ ਬਣ ਕੇ ਸਾਡੇ ਯਾਰ ਕਾਟਾਂ ਨੂੰ ਤੋੜ ਦਊ ਇਹਦਾ ਦਾ ਨੀ ਆਇਆ ਕੋਈ ਬਣ ਕੇ ਲੀਡਰਾਂ ਦੇ ਨਾਲ ਵੀ ਸਾਂਝ ਰੱਖੀ ਦੀ ਕੀਤੀ ਨੀ ਗੁਲਾਮੀ ਕਦੇ ਲਾਲ ਬੱਤੀ ਦੀ ਕੰਮ ਸਦਾ ਵੱਖਰੇ ਜੈ ਹੁੰਦੇ ਆ ਕੰਮ ਸਦਾ ਵੱਖਰੇ ਜੈ ਹੁੰਦੇ ਆ ਰਹਿਣਾ ਨਹੀਂ ਉਹ ਟੋਟ ਜਹੇ ਬਣ ਕੇ ਸਾਡੇ ਯਾਰ ਕਾਟਾਂ ਨੂੰ ਤੋੜ ਦਊ ਇਹਦਾ ਦਾ ਨਹੀਂ ਆਇਆ ਕੋਈ ਬਣ ਕੇ ਸਾਡੇ ਯਾਰ ਕਾਟਾਂ ਨੂੰ ਤੋੜ ਦਊ ਇਹਦਾ ਦਾ ਨਹੀਂ ਆਇਆ ਕੋਈ ਬਣ ਕੇ ਕੋਈ ਬਣ ਕੇ ਸਾਡੇ ਯਾਰ ਕਾਟਾਂ
ਯਾਰ ਕਦਾਂ ਨੂੰ ਪਤੋੜ ਦਊ ਇਹ ਤਾਂ ਨਹੀਂ ਆਇਆ ਕੋਈ ਬਣ ਕੇ ਸਾਡੇ ਯਾਰ ਕਦਾਂ ਨੂੰ ਪਤੋੜ ਦਊ ਇਹ ਤਾਂ ਨਹੀਂ ਆਇਆ ਕੋਈ ਬਣ ਕੇ ਸੋ ਇੰਨੀ ਹਾਜ਼ਰੀ ਕਬੂਲ ਕਰਨੀ ਜਿੰਨੀ ਵੀ ਸੰਗਤ ਬੈਠੀ ਹੈ ਤੁਹਾਡੇ ਚਰਨਾਂ ਵਿੱਚ ਸੱਜਦਾ ਨਮਸਕਾਰ ਤੁਸੀਂ ਸੁਣਿਆ ਮਾਣ ਦਿੱਤਾ ਮੇਰਾ ਵੀਰ ਚਰਨਜੀਤ ਰਾਜੇ ਹੁਣੀ ਸਾਰੇ ਰਣਜੀਤ ਮਾਨ ਜੇ ਪੀ ਲਾਈਵ ਡੈਂਪੀ ਸਾਊਂਡ ਸਾਰਿਆਂ ਦਾ ਧੰਨਵਾਦ ਮੇਰਾ ਵੀਰ ਪੰਮਾ ਹਰੀ ਭਾਜੀ ਹੁਣੀ ਸਾਰਿਆਂ ਦਾ ਧੰਨਵਾਦ ਜੈ ਪੀਰਾਂ ਦੀ ਜੈ ਸਾਈਆਂ ਵਾਹ ਜੀ ਵਾਹ ਮਿੰਟੂ ਹੇਰ ਭਾਜੀ ਥੈਂਕ ਯੂ ਸੋ ਕਾਕੀ ਹੁਣ ਕਨਵਰ ਭਾਜੀ ਚਲ ਗਏ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਮੈਂ ਦੇ ਦੇਣਾ ਤੁਹਾਨੂੰ ਤੁਸੀਂ ਬਾਅਦ 'ਚ ਔਰ ਥੈਂਕ ਯੂ ਸਾਰਿਆਂ ਵੱਲੋਂ ਬਹੁਤ ਬਹੁਤ ਪਿਆਰ ਆਓ ਅਗਲੀ ਹਾਜ਼ਰੀ ਸਾਡੇ ਪਿਆਰੇ ਵੀਰ ਦੇਵ ਸੰਘਾ ਹਜ਼ਾਰੇ ਦਾ ਸਨਮਾਨ ਇਹ ਤਾਂ ਦੱਸਦਾ ਮੈਂ ਬੰਦਾ ਕੌਣ ਹੈ ਇਹ ਦੱਸਣਾ ਨਹੀਂ ਪੈਂਦਾ ਕੌਣ ਹੁੰਦੇ ਆ ਇਹ ਬੰਦਾ ਹਜ਼ਾਰਾ ਹੈ ਇਹਨੂੰ ਪੰਜਾਬ 'ਚ ਮੀਕਾ ਸਿੰਘ ਦਾ ਪ੍ਰੋਗਰਾਮ ਹੋਵੇ ਨਾ ਦੋ ਮਿੰਟ ਮੀਕਾ ਸਿੰਘ ਦਾ ਹੋਵੇ ਦਲੇਰ ਮਹਿੰਦੀ ਸਾਹਿਬ ਦਾ ਹੋਵੇ ਕਿਸੇ ਵੀ ਵੱਡੇ ਸਿੰਗਰ ਦਾ ਪ੍ਰੋਗਰਾਮ ਹੋਵੇ ਬੋਂਬੇ ਤੋਂ ਜਿੰਨੇ ਆਉਣਾ ਹੈ ਉਹ ਸਪੈਸ਼ਲੀ ਸਭ ਤੋਂ ਪਹਿਲਾਂ ਫੋਨ ਇਹਨੂੰ ਆਉਂਦਾ ਹੈ ਕਿ ਜਿਹੜਾ ਉਹ ਪੂਰਾ ਨਾ ਵਿੱਤ ਮੰਤਰੀ ਵਾਲਾ ਉਹ ਰੁਤਬੇ ਦੇ ਕੋਲ ਨੇ ਸਾਰਿਆਂ ਦੇ ਪੈਸੇ ਸੰਭਾਲਣੇ ਹੁੰਦੇ ਆ ਸੋ ਥੈਂਕ ਯੂ ਸਵੇਰ ਦੇ ਆਏ ਤੁਸੀਂ ਓਕੇ ਹੁਣ ਸ਼ਾਮ ਹੋ ਗਈ ਚਲ ਜਾਓ ਸੋ ਬਹੁਤ ਬਹੁਤ ਸ਼ੁਕਰੀਆ ਆਓ ਦੇਵ ਸੰਘਾ ਸਾਡਾ ਪਿਆਰਾ ਵੀਰ ਆਪਣੀ ਹਾਜ਼ਰੀ ਨਾਲ ਉਸ ਤੋਂ ਬਾਅਦ ਕੁਲਵਿੰਦਰ ਖਹਿਰਾ ਉਹ ਤੁਹਾਡੀ ਨਜ਼ਰ ਹੋਣਗੇ ਪਹਿਲਾਂ ਕੁਲਵਿੰਦਰ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਜਾ ਕੋਈ ਨਹੀਂ ਉਹ ਆ ਜਾ ਇਹ ਭਰਾ ਹੈ ਸਾਰੇ ਕੋਈ ਚੱਕਰ ਨਹੀਂ ਅੱਛਾ ਸ਼ਾਹਕੁੰਡ ਮੇਲਾ ਚੱਲ ਰਿਹਾ ਬਿੱਟੂ ਸਰਕਾਰਾਂ ਦੇ ਔਰ ਕਾਕੜੇ ਵੀ ਮੇਲਾ ਚੱਲ ਰਿਹਾ ਜੇ ਪੀ ਹੁਣਾਂ ਨੇ ਉੱਥੇ ਜਾਣਾ ਆਪਾਂ ਇਕੱਠੇ ਨਹੀਂ ਜਾਣਾ ਕੋਈ ਨਹੀਂ ਚੱਲਦੇ ਹਾਂ ਸੋ ਬਹੁਤ ਬਹੁਤ ਸ਼ੁਕਰੀਆ ਆਓ ਕੁਲਵਿੰਦਰ ਖਹਿਰਾ ਤੁਹਾਡੀ ਨਜ਼ਰ ਹੈਲੋ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਸਾਰੀ ਸੰਗਤ ਦਾ ਦਾਤਾ ਜੀ ਦੇ ਦਰਬਾਰ ਵਿੱਚ ਬੈਠੇ ਹੋਏ ਤਮਾਮ ਸੰਗਤ ਪੀਰ ਬਾਬਾ ਇਮਾਮ ਸ਼ਾਹ ਜੀ ਦੁੱਲੋ ਕਾਦਰੀ ਸਰਕਾਰ ਕਾਦਰੀ ਘੁਰਾਨਾ ਇੱਕ ਵਾਰੀ ਤਾੜੀ ਲਗਾਓ ਫਕੀਰਾਂ ਫਕੀਰਾਂ ਦੇ ਨਾਂ ਦੀ ਯਾਰ ਔਰ ਬੜਾ ਸ਼ੁਕਰਗੁਜ਼ਾਰ ਹਾਂ ਮੇਰੇ ਵੱਡੇ ਭਾਅ ਜੀ ਸਨੀ ਕਾਲੇ ਸੰਗਿਆਂ ਤੋਂ ਕਬੱਡੀ ਪਲੇਅਰ ਭਾਅ ਜੀ ਬਹੁਤ ਚਿਰ ਕਬੱਡੀ ਬੜੀ ਅੱਛੀ ਖੇਡੀ ਭਾਅ ਜੀ ਨੇ ਔਰ ਰਾਜੇ ਵੀਰ ਦਾ ਮੈਂ ਥੈਂਕਸ ਕਰਦਾ ਚਰਨਜੀਤ ਭਾਅ ਜੀ ਔਰ ਤਮਾਮ ਕਮੇਟੀ ਦਾ ਮੈਂ ਤਹਿ ਦਿਲੋਂ ਸ਼ੁਕਰ ਅਦਾ ਕਰਦਾ ਜੀ ਮੇਰੇ ਤੋਂ ਬੜਾ ਪਹਿਲਾਂ ਬੜੇ ਅੱਛੇ ਫਨਕਾਰ ਲੋਕ ਆਪਣੀ ਆਪਣੀ ਹਾਜ਼ਰੀ ਦੇ ਕੇ ਗਏ ਨੇ ਮੇਰੇ ਤੋਂ ਬਾਅਦ 'ਚ ਵੀ ਹਲੇ ਹਾਜ਼ਰੀ ਦੇਣੀ ਆ ਸਾਰਿਆਂ ਨੇ ਮਿੰਟੂ ਭਾਅ ਜੀ ਦੋ ਮਿੰਟ ਸਿਰਫ ਮੇਰੇ ਦੋ ਕੁ ਮਿੰਟ ਹੀ ਮੈਂ ਲੈਣੇ ਆ ਸਿਰਫ ਹੈ ਨਾ ਵੱਡੇ ਭਾਅ ਜੀ ਮਿੰਟੂ ਭਾਅ ਜੀ ਤਹਿ ਦਿਲੋਂ ਸ਼ੁਕਰ ਅਦਾ ਕਰਦਾ ਭਾਅ ਜੀ ਦਾ ਮੈਂ ਇਹਨਾਂ ਦੀ ਕਲਮ ਦਾ ਬਹੁਤ ਵੱਡਾ ਫਨਿਆ ਮੈਂ ਇੱਕ ਵਾਰੀ ਭਾਅ ਜੀ ਦੇ ਨਾਂ ਦੀ ਵੀ ਤਾੜੀ ਲਗਾਓ ਯਾਰ ਸਾਰੀ ਸੰਗਤ ਜਿੰਨੇ ਵੀ ਬੈਠੇ ਆ ਨਾ ਭਾਵੇਂ 10 ਜਣੇ ਹੋਣ ਭਾਵੇਂ 20 ਜਣੇ ਪਰ ਸੁਣਨ ਵਾਲੇ ਬੈਠੇ ਨੇ ਲੋਕ ਜਿਹੜੇ ਵੀਰ ਪੈਰ ਵੀਰ ਇਸ਼ਕ ਨਾ ਹੁੰਦਾ ਜਾਗੀ ਅੰਦਰ ਕੋਈ ਗਾਸ਼ਕ ਨਾਮ
ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦੇ ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇ ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦੇ ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇ ਕਈ ਸੁੱਕ ਜਾਂਦੇ ਨੇ ਕਈ ਮੁੱਕ ਜਾਂਦੇ ਕਈ ਮਾਰ ਦਿੰਦੇ ਵਿੱਚ ਤਾਨਿਆਂ ਦੇ ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦੇ ਬਸ ਯਾਰ ਦੀ ਪੂਜਾ ਕਰਦੇ ਨੇ ਕੋਲੋਂ ਦੀ ਭਾਵੇਂ ਰੱਬ ਲੰਘ ਜਾਵੇ ਸੱਜਦਾ ਯਾਰ ਨੂੰ ਕਰਦੇ ਨੇ ਜੇ ਇਸ਼ਕ ਨਾ ਹੁੰਦਾ ਜਾਗੇ ਅੰਦਰ ਕੋਈ ਆਸ਼ਕ ਨਾਮ ਦਰਾਉਂਦਾ ਨਾ ਭਾਜੀ ਗਾਣਾ ਤਮਾਮ ਕਮੇਟੀ ਨੂੰ ਮੈਂ ਗੁਜ਼ਾਰਿਸ਼ ਕਰਦਾ ਪ੍ਰਬੰਧਕ ਮੈਂਬਰਾਂ ਨੂੰ ਭਾਜੀ ਚਰਨਜੀਤ ਭਾਜੀ ਇਹ ਗਾਣਾ ਗਾਣਾ ਕੋਈ ਐਵੇਂ ਨਹੀਂ ਆਉਂਦਾ ਗਾਣਾ ਇੱਕ ਗਾਣਾ ਬੜੇ ਜ਼ਿਆਦਾ ਗਾ ਕੇ ਗਏ ਨੇ ਗਾਉਣਾ ਵੀ ਹੈ ਮੇਰੇ ਤੋਂ ਬਾਅਦ 'ਚ ਮੇਰੇ ਗੁਰੂ ਜੀ ਸ਼ੌਕਤ ਅਲੀ ਮਦੋਈ ਸਾਹਿਬ ਇੱਕ ਵਾਰੀ ਉਹਨਾਂ ਦੇ ਨਾਂ ਦੀ ਤਾੜੀ ਲਗਾਓ ਉਸਤਾਦ ਜੀ ਦੇ ਨਾਂ ਦੀ ਮੇਰਾ ਜਿਹੜਾ ਗਾਣਾ ਮੈਂ ਸਵੇਰੇ ਉੱਠ ਕੇ ਰਿਆਜ਼ ਕਰਦਾ ਪਹਿਲਾਂ ਇਹ ਉਹ ਫਿਰ ਗਾਣਾ ਇਹਨੂੰ ਇਹ ਗਾਣਾ ਮੈਂ ਗਾਉਣਾ ਇਹ ਕੋਈ ਇੱਦਾਂ ਨਹੀਂ ਵੀ ਰੌਲਾ ਜਿਹਾ ਪਾ ਕੇ ਗਾਂਹ ਚਲਿਆ ਗਿਆ ਇਹ ਨਹੀਂ ਕੋਈ ਹੈਗਾ ਤੁਹਾਡੇ ਪਿਆਰ ਨੂੰ ਐਂ ਇੱਕ ਵਾਰੀ ਰਾਜੇ ਭਾਅ ਦੀ ਨਾਂ ਦੀ ਤਾੜੀ ਲਗਾਓ ਯਾਰ ਇਹ ਪਿਆਰ ਦਾ ਕਰਕੇ ਬੈਠਾ ਮੈਂ ਇੰਨਾ ਚਿਰ ਨਹੀਂ ਤਾਂ ਅਦਰਵਾਈਜ਼ ਮੈਂ ਹੁਣ ਤਾਂ ਚਲੇ ਹੀ ਜਾਣਾ ਸੀ ਕਾਫੀ ਦੇਰ ਦੇ ਜੇ ਇਸ਼ਕ ਨਾ ਹੁੰਦਾ ਜਾਗੇ ਅੰਦਰ ਕੋਈ ਆਸ਼ਕ ਨਾ ਦਰਾਉਂਦਾ ਨਾ ਇੱਜ਼ਤ ਹੁੰਦੀ ਮਸ਼ੂਕਾਂ ਦੀ ਕੋਈ ਪਿਆਰ ਕਿਸੇ ਨਾਲ ਪਾਉਂਦਾ ਨਾ ਐਨ ਇਸ਼ਕ ਦੇ ਖੇਡਰ ਜਾਏ ਨੇ ਇਹਦੇ ਇਸ਼ਕ ਦੇ ਯਾਰ ਬਣਾਏ ਨੇ ਜੇ ਇਸ਼ਕ ਦਾ ਤੂੰਬਾ ਵੱਜਦਾ ਨਾ ਬੁੱਲਾ ਨੱਚ ਕੇ ਯਾਰ ਮਨਾਉਂਦਾ ਨਾ ਜੇ ਇਸ਼ਕ ਦਾ ਤੂੰਬਾ ਵੱਜਦਾ ਨਾ ਮਾਇਆ ਜੇ ਇਸ਼ਕ ਦਾ ਤੂੰਬਾ ਵੱਜਦਾ ਨਾ ਮਾਨ ਭਾਜੀ ਰਾਗ ਹੀਰ ਭੈਰਵੀ ਹੁਣ ਸਿੰਧੀ ਭੈਰਵੀ ਮੈਂ ਮਿਕਸ ਕਰ ਦੇਣ ਲੱਗਾ ਵਿੱਚ ਜੇ ਇਸ਼ਕ ਦਾ ਤੂੰਬਾ ਵੱਜਦਾ ਨਾ ਉਹ ਮਾਇਆ ਜੇ ਇਸ਼ਕ ਦਾ ਤੂੰਬਾ ਵੱਜਦਾ ਨਾ ਬੁੱਲਾ ਨੱਚ ਕੇ ਯਾਰ ਮਨਾਉਂਦਾ ਨਾ ਤੇ ਕੀ ਕਹਿਣਾ ਦਿਲਾਂ ਦੇ ਸੌਦੇ ਕੀਤੇ ਨੇ ਦਿਲਾਂ ਦੇ ਸੌਦੇ ਕੀਤੇ ਨੇ ਤੇਰੇ ਦੀਦਾਰ ਦੀ ਖਾਤਰ ਦਿਲਾਂ ਦੇ ਸੌਦੇ ਕੀਤੇ ਨੇ ਤੇਰੇ ਦੀਦਾਰ ਦੀ ਖਾਤਰ ਦਿਲਾਂ ਦੇ ਸੌਦੇ ਕੀਤੇ ਨੇ ਤੇਰੇ ਦੀਦਾਰ ਦੀ ਖਾਤਰ ਦਿਲਾਂ ਦੇ ਸੌਦੇ ਕੀਤੇ ਨੇ ਤੇਰੇ ਦੀਦਾਰ ਦੀ ਖਾਤਰ ਜ਼ਮਾਨਾ ਸਾਰਾ ਛੱਡਿਆ ਜ਼ਮਾਨਾ ਸਾਰਾ ਛੱਡਿਆ ਇੱਕ ਤੇਰੇ ਪਿਆਰ ਦੀ ਖਾਤਰ ਜ਼ਮਾਨਾ ਸਾਰਾ ਛੱਡਿਆ ਇੱਕ ਤੇਰੇ ਪਿਆਰ ਦੀ ਖਾਤਰ ਜ਼ਮਾਨਾ ਸਾਰਾ ਛੱਡਿਆ ਇੱਕ ਤੇਰੇ ਪਿਆਰ ਦੀ ਖਾਤਰ ਗਜਰੇ ਪਾ ਕੇ ਹੱਥਾਂ ਵਿੱਚ ਤੇ ਘੁੰਗਰੂ ਪਾ ਕੇ ਪੈਰਾਂ ਵਿੱਚ ਤੇ ਘੁੰਗਰੂ ਗਜਰੇ ਪਾ ਕੇ ਹੱਥਾਂ ਵਿੱਚ ਤੇ ਘੁੰਗਰੂ ਪਾ ਕੇ ਪੈਰਾਂ ਵਿੱਚ ਤੇ ਘੁੰਗਰੂ ਪਾ ਕੇ ਪੈਰਾਂ ਵਿੱਚ ਤੇ ਘੁੰਗਰੂ ਪਾ ਕੇ
ਵੇਖੋ ਬੁਲਾ ਲੱਗਿਆ ਉਹ ਵੇਖੋ ਬੁਲਾ ਨੱਚਿਆ ਏ ਮਨੋ ਨੇ ਯਾਰ ਦੀ ਖਾਤਰ ਉਹ ਵੇਖੋ ਬੁਲਾ ਨੱਚਿਆ ਏ ਮਨੋ ਨੇ ਯਾਰ ਦੀ ਖਾਤਰ ਉਹ ਵੇਖੋ ਬੁਲਾ ਨੱਚਿਆ ਏ ਮਨੋ ਨੇ ਯਾਰ ਦੀ ਖਾਤਰ ਮੇਰੀ ਇੰਨੀ ਕੁ ਹਾਜ਼ਰੀ ਕਬੂਲ ਕਰਨਾ ਜੇ ਕੁਲਵਿੰਦਰ ਖੈਰੇ ਨੂੰ ਸੁਣਨਾ ਤੇ ਥੋੜਾ ਜਿਹਾ ਟਾਈਮ ਚਾਹੀਦਾ ਇਸ ਕਰਕੇ ਮੇਰੀ ਵੀ ਹਾਜ਼ਰੀ ਆ ਸਾਰਿਆਂ ਦੀ ਹਾਜ਼ਰੀ ਆ ਕੋਈ ਕਲਾਕਾਰ ਬਣ ਕੇ ਨਹੀਂ ਆਇਆ ਭਰਾਵਾਂ ਦੇ ਪਿਆਰ ਨੂੰ ਆਏ ਇੱਕ ਵਾਰੀ ਇਹਨਾਂ ਦੇ ਨਾਂ ਦੀ ਵੀ ਤਾੜੀ ਲਗਾ ਦਿਓ ਸਰ ਥੈਂਕ ਯੂ ਸੋ ਮੱਚ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤਿੰਨ ਅਗਸਤ ਨੂੰ ਜੈ ਮਾਂ ਜਵਾਲਾ ਜਾਗਰਣ ਕਮੇਟੀ ਵੱਲੋਂ ਬਹੁਤ ਵੱਡਾ ਜਾਗਰਣ ਇੱਥੇ ਹੋ ਰਿਹਾ ਜਿੱਥੇ ਵੱਡੇ ਭਾਜੀ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ ਔਰ ਜੇ ਮਹਾਰਾਣੀ ਚਾਹੇ ਤਾਂ ਕੋਈ ਨਹੀਂ ਮੈਂ ਆ ਜਾਣਾ ਬਾਕੀ ਫੋਨ ਆਪਕੀ ਕਾਲ ਕਤਾਰ ਮੇ ਕੋਈ ਚੱਕਰ ਨਹੀਂ ਹੈ ਪੰਜਾਬ ਦੇ ਪਹਿਲੇ ਕਲਾਕਾਰ ਹੈ ਲਾਈਵ ਚੱਲਦਾ ਨਹੀਂ ਬਾਅਦ 'ਚ ਬੋਲੂ ਜਦੋਂ ਸਲੀਮ ਭਾਜੀ ਆਏ ਉਦੋਂ ਸੋ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅਤੇ ਡਿੰਪੀ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਹੈ ਹੌਲੀ ਹੌਲੀ ਲਾਈਨਰ ਲਾਈਨ 'ਚ ਲਾਓ ਸੋ ਆਓ ਸਾਡਾ ਪਿਆਰਾ ਵੀਰ ਦੇਵ ਸੰਘਾ ਉਹਨਾਂ ਤੁਹਾਡੀ ਨਜ਼ਰ ਕਰਦੇ ਹਾਂ ਅਤੇ ਮੈਨੂੰ ਕਹਿੰਦਾ ਭਾਅ ਜੀ ਮੇਲੇ ਲਾਉਣੇ ਹੋਣ ਤਾਂ ਫਿਰ ਕਿੱਦਾਂ ਲਾਉਣੇ ਪੈਂਦੇ ਮੈਂ ਕਿਹਾ ਪਹਿਲਾਂ ਤੂੰ ਗਾਣਾ ਗਾ ਫਿਰ ਮੈਂ ਤੈਨੂੰ ਦੱਸੂਗਾ ਕਿੱਦਾਂ ਮੇਲੇ ਲਾਉਣੇ ਆ ਹਾਂਜੀ ਆਓ ਆਓ ਕੋਰਸ 'ਤੇ ਸਾਡਾ ਰਾਜਾ ਸਿੱਧਵਾਂ ਔਰ ਚਰਨਜੀਤ ਮੈਂਬਰ ਪੰਚਾਇਤ ਕੋਰਸ 'ਤੇ ਆਉਣਗੇ ਮਾਈਕ ਲੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਦੀ ਗਾਇਆ ਗੋਇਆ ਨਹੀਂ ਹੈਗਾ ਪਹਿਲੀ ਵਾਰੀ ਗਾਉਣ ਲੱਗਾ ਹਾਂ ਤਾਂ ਕਰਕੇ ਹੈਲੋ ਹਾਂਜੀ ਦੋ ਕੁ ਲੈਣਾ ਫਨੀ ਜੀਆਂ ਹੋ ਜਾਣ ਉੱਦਾਂ ਉਹ ਕਹਿੰਦਾ ਵੱਡੇ ਵੱਡੇ ਲੀਡਰਾਂ ਨੂੰ ਦਿੰਦੇ ਆ ਸਹਾਰੇ ਨੀ 20 ਵਾਰੀ ਲੈ ਕੇ ਗਿਆ ਮੋਦੀ ਵੀ ਉਧਾਰੇ ਉਹ ਵੱਡੇ ਵੱਡੇ ਲੀਡਰਾਂ ਨੂੰ ਦਿੰਦੇ ਆ ਸਹਾਰੇ 20 ਵਾਰੀ ਲੈ ਕੇ ਗਿਆ ਮੋਦੀ ਵੀ ਉਧਾਰੇ ਉਹ ਪਤਾ ਵੀ ਨਾ ਲੱਗੇ ਕਦ ਡੁੱਬ ਜਾਣੀਏ ਨੀ ਅਸੀਂ ਸੁਖਬੀਰ ਤੋਂ ਵਿਆਜ ਲੈ ਕੇ ਸੋਨੇ ਆ ਨੀ ਉਂਜ ਭਾਵੇਂ ਮਿੱਤਰਾਂ ਨੂੰ ਸਾਈਕਲ ਜੁੜੇ ਨਾ ਪਰ ਫੀਲਿੰਗਾਂ 'ਚ ਬਦਲੋ ਜਹਾਜ਼ ਲੈ ਕੇ ਸੋਨਿਆਂ ਉਹ ਘਰੇ ਨਾ ਫਰਾਰੀ ਨਾ ਹੀ ਮਾਲਕ ਜ਼ਮੀਨਾਂ ਦੇ ਤਾਂ ਵੀ ਤੰਗ ਬੜਾ ਕਰਦੇ ਆ ਫੋਨ ਗਟਰੀਨਾਂ ਦੇ ਉਹ ਯਾਰ ਨੇ ਤਾਂ ਸੌਖੀਆਂ ਨਾ ਕਲਾਕਾਰੀਆਂ ਨੀ ਭਾਵੇਂ ਨਿੱਤ ਸੁਬਾਹ ਸ਼ਾਮ ਦਾ ਰਿਹਾਜ਼ ਲੈ ਕੇ ਸੋਨਿਆਂ ਉਹ ਉਂਝ ਭਾਵੇਂ ਮਿੱਤਰਾਂ ਨੂੰ ਸਾਈਕਲ ਜੁੜੇ ਨਾ ਪਰ ਫੀਲਿੰਗਾਂ 'ਚ ਬਦਲੋ ਜਹਾਜ਼ ਲੈ ਕੇ ਸੋਨਿਆਂ ਉਹ ਬਿਨਾਂ ਰਿਆਜ਼ ਤੋਂ ਪਹਿਲੇ ਕਾਲੇ ਤੇ ਲਾਇਆ ਨਹੀਂ ਜਾਣਾ ਉਹ ਕੱਲੀ ਮਲੱਠੀ ਚੱਪ ਕੇ ਮਿਰਜ਼ਾ ਗਾਇਆ ਨਹੀਂ ਜਾਣਾ ਕਹਿੰਦੀ ਨਾ ਨਾ ਲਿਖਿਆ ਕਰ ਗਾਣੇ ਤੂੰ ਰਹੀ ਹਟਾਉਂਦੀ ਮਿੱਤਰਾਂ ਨੂੰ ਤੇਰੇ ਵੱਸ ਦੀ ਨਹੀਂ ਉਹ ਗਾਇਕੀ ਤੂੰ ਰਹੀ ਡਰਾਉਂਦੀ ਮਿੱਤਰਾਂ ਨੂੰ ਉਹ ਪਰਿਆ ਨੀਲੀ ਛੱਤ ਵਾਲਾ ਹੀ ਜਾਣੇ ਮੰਦੇ ਚੰਗੇ ਨੂੰ ਨੀ ਆਪਣੇ ਪੈਰਾਂ ਦਾ ਪਤਾ ਤਾਂ ਹੁੰਦਾ ਹਰ ਇੱਕ ਬੰਦੇ ਨੂੰ ਉਹ ਤੈਨੂੰ ਤੇਰਾ ਵੱਡਾ ਪਨ ਖਾ ਗਿਆ ਨੀ ਸਾਨੂੰ ਤਾਰ ਗਈਆਂ ਯਾਰਾਂ ਦੀਆਂ ਯਾਰੀਆਂ ਉਹ ਭਾਵੇਂ ਕਰਵਾਇਆ ਗਾਣਾ ਯਾਰਾਂ ਦਾ ਵੀ ਗਹਿਣੇ ਰਾਖੇ ਸਹੇਲੀਆਂ ਦੀਆਂ ਵਾਲੀਆਂ ਉਹ ਤੇ ਤੋਂ ਸਰੀ ਨਾ ਵਧਾਈ ਡੁੱਬ ਜਾਣੀਏ ਨੀ ਮਸਾਂ ਕੰਮ ਕੋਈ ਕਰਿਆ ਸੀ ਚੱਜ ਤਾਂ ਉਹ ਹੁਣ ਜਰਿਆ ਨੀ ਜਾਂਦਾ ਤੇ ਤੋਂ ਵਹਿਰ ਨੇ ਜਿਹਦੇ ਨੀ ਦੇ ਵਸਾਂਗਾ ਵੱਜਦਾ ਉਹ ਚੜ੍ਹੀ ਜਵਾਨੀ ਨਾਲ ਸਰਕਾਰਾਂ ਕਰਦੀਆਂ ਕਾਲਾ ਮਾਲਾ ਬੇਰੁਜ਼ਗਾਰੀ ਦੇ ਵਿੱਚ ਰੁਲ ਗਿਆ ਉਹ ਤੇਰਾ ਯਾਰ ਡਿਗਰੀਆਂ ਵਾਲਾ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਦਿਲੋ ਨੀ ਮਿਲੇ ਨਾ ਪਿਓਰੇ ਉਹ 250 ਦੀ ਕਿਲੋ ਨੀ
ਤੇਰਾਂ ਦੀ ਗੱਲ ਸੁਣ ਗਿੱਲੂ ਨੀ ਮੇਰੋ ਨਾ ਪਿਓਰੀ ਉਹ 250 ਦੀ ਗਿੱਲੂ ਨੀ ਦੱਸ ਲਵਾਂ ਮੈਂ ਸਹਾਰਾ ਦੱਸਦਾ ਦੱਸ ਲਵਾਂ ਮੈਂ ਸਹਾਰਾ ਦੱਸਦਾ ਮੁੰਡਾ ਬੇਰੁਜ਼ਗਾਰ ਚੱਲਦਾ ਉਹ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਟਾ ਤਿਆਰ ਚੱਲਦਾ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਟਾ ਤਿਆਰ ਚੱਲਦਾ ਉਹ ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਟਾ ਤਿਆਰ ਚੱਲਦਾ ਸਿਗਾ ਪਿੰਡ ਵਿੱਚ ਚੜਕੇ ਨੀ ਹੁਣ ਚੁੱਪ ਕਰਕੇ ਚਲਾਉਂਦੀ ਰਹੀ ਕਰਕੇ ਉਹ ਚੰਗਾ ਭਲਾ ਪਤਾ ਸੀਗਾ ਪਿੰਡ ਵਿੱਚ ਚੜਕੇ ਨੀ ਹੁਣ ਚੁੱਪ ਕਰਕੇ ਚਲਾਉਂਦੀ ਰਹੀ ਕਰਕੇ ਉਹ ਬੀਜੇ ਵਿੱਚ